ਤੋਂ ਪਹਿਲਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਕਿ ਸਵਰਗਦੂਤ ਆਉਂਦੇ ਆ, ਆਉਂਦੇ ਆ ਸਵਰਗਦੂਤ। ਸਵਰਗਦੂਤ ਵੱਡੀ ਕਿਰਪਾ ਆ ਜਿਹਨਾਂ ਕੋਲ ਆਉਂਦੇ ਆ, ਪਰ ਬਹੁਤ ਲੋਕਾਂ ਨੇ ਉਸ ਗੱਲ ਨੂੰ ਇੰਨਾ ਅਹਿਮ ਨਹੀਂ ਸਮਝਿਆ, ਅਹਿਮ ਨਹੀਂ ਸਮਝਿਆ। ਅਹਿਮ ਇੱਕ ਆਦਮੀ ਨੇ ਬਾਈਬਲ 'ਚ ਲਿਖਿਆ, ਅਹਿਮ ਸਮਝਿਆ ਯਕੂਬ ਨੇ। ਯਕੂਬ ਦੇ ਕੋਲੋਂ ਸਵਰਗਦੂਤ ਆਇਆ, ਬਾਈਬਲ 'ਚ ਲਿਖਿਆ, ਜਿਹੜੇ ਸਵਰਗਦੂਤ ਆਇਆ ਤਾਂ ਯਕੂਬ ਨੇ ਉਹਦੇ ਪੈਰ ਫੜ ਲਏ। ਬਾਈਬਲ ਇੱਦਾਂ ਕਹਿੰਦੀ ਆ, ਫੜ ਲਏ ਅਤੇ ਉਹਨੇ ਸਵਰਗਦੂਤ ਕਹਿੰਦਾ ਸੀ ਮੈਨੂੰ ਛੱਡ ਦੇ, ਯਕੂਬ ਨੂੰ ਕਹਿੰਦਾ ਸੀ। ਬਾਈਬਲ ਲਿਖੀ, ਬਾਈਬਲ ਕਹਿੰਦੀ ਕਹਿੰਦੀ ਉਹ ਸਵੇਰ ਚੜ੍ਹ ਗਈ ਪਰ ਉਹਨੇ ਸਵਰਗਦੂਤ ਨੂੰ ਛੱਡਿਆ। ਬੋਲੋ, ਪਤਾ ਕਿਉਂ ਨਹੀਂ ਛੱਡਿਆ ਕੋਈ ਦੱਸ ਸਕਦਾ? ਸਵਰਗਦੂਤ ਆਇਆ, ਉਹਨੇ ਸਵਰਗਦੂਤ ਨੂੰ ਛੱਡਿਆ ਨਹੀਂ। ਪਤਾ ਕੀ ਕਹਿੰਦਾ ਸੀ? ਬੋਲੋ, ਮੈਨੂੰ ਬਰਕਤ ਦੇ ਕੇ ਜਾਏਗਾ ਤੁਹਾਨੂੰ। ਬਾਈਬਲ ਕਹਿੰਦੀ ਹੈ ਉਹਦੇ ਪੱਟ ਦੀ ਇੱਕ ਨਾੜੀ ਜਿਹੜੀ ਨਾ ਜ਼ੋਰ ਧੱਕੇ ਨਾ ਸਵਰਗਦੂਤ ਦੀ ਖਿੱਚ ਦਿੱਤੀ, ਇੱਦਾਂ ਲਿਖਿਆ ਆਤਮਾ ਦੇ ਵਿੱਚ। ਉਹਦਾ ਜ਼ੋਰ ਲੱਗ ਗਿਆ ਸਵਰਗਦੂਤ ਦਾ ਨਾ। ਯਕੂਬ ਵੀ ਤਕੜਾ ਸੀ, ਪਤਾ ਕਾਹਦੇ 'ਚ? ਆਤਮਾ 'ਚ। ਉਹਦਾ ਲੈਵਲ ਵੀ ਕਾਫੀ ਸੀ, ਉਹਨੇ ਸਵਰਗਦੂਤ ਨੂੰ ਫੜ ਲਿਆ। ਬਾਈਬਲ ਕਹਿੰਦੀ ਉਹਨੂੰ ਸਵਰਗਦੂਤ ਨੂੰ ਜਾਣ ਨਹੀਂ ਤਾਂ, ਔਰ ਜਦ ਤੱਕ ਉਹਨੂੰ ਕਹਿੰਦਾ ਤੂੰ ਮੈਨੂੰ ਬਰਕਤ ਨਹੀਂ ਦੇਣੀ ਤਦ ਤੱਕ ਤੈਨੂੰ ਮੈਂ ਜਾਣ ਨਹੀਂ ਦੇਣਾ। ਹੁਣ ਧਿਆਨ ਨਾਲ ਸੁਣਨਾ, ਹੁਣ ਜੇ ਸਵਰਗਦੂਤ ਆ ਜਾਏ ਬਾਈ ਦੇਵੇ, ਸਾਨੂੰ ਪਹਿਚਾਣ ਨਹੀਂ ਹੋਣੀ ਇਹ ਸਵਰਗਦੂਤ ਆ ਕਿ ਕੌਣ, ਅਤੇ ਫੜਨਾ ਫੜਾਉਣਾ ਕੀ ਹੈ? ਬੋਲੋ, ਮੈਨੂੰ ਪਹਿਚਾਣ ਨਹੀਂ ਕੌਣ ਅਤੇ ਫੜਨਾ ਕੀ ਹੈ? ਇਹਨੂੰ ਧਿਆਨ ਨਾਲ ਸੁਣੀਏ, ਜਿਹੜੀ ਅੱਜ ਮੇਰਾ ਮੈਸੇਜ ਆ ਸਵਰਗਦੂਤਾਂ 'ਤੇ ਖਿਆਲ ਆ। ਸੁਣੋ, ਸਵਰਗਦੂਤ ਆਉਂਦੇ ਆ, ਸਵਰਗਦੂਤ ਆਉਂਦੇ ਆ। ਕਈਆਂ ਕੋਲ ਸਵਰਗਦੂਤ ਨਹੀਂ ਆਉਂਦੇ, ਬੋਲੋ, ਮਸੀਹਾਂ ਕੋਲ ਵੀ ਉਹਨਾਂ ਕੋਲ ਪੂਤ ਆਉਂਦੇ, ਪੂਤ। ਜਦ ਯਕੂਬ ਨੇ ਤਾਂ ਸਵਰਗਦੂਤ ਨੂੰ ਫੜ ਲਿਆ ਅਤੇ ਜਾਣ ਦਿੱਤਾ, ਅਤੇ ਜਿਹੜਾ ਭੂਤ ਆਉਂਦਾ ਉਹ ਵਿਸ਼ਵਾਸੀ ਨੂੰ ਕੀ ਕਰਦਾ? ਫੜ ਲੈਂਦਾ ਅਤੇ ਉਹਨੂੰ ਵੀ ਛੱਡਦਾ ਨਹੀਂ ਜਦ ਤੱਕ ਉਹਦੀ ਚੰਗੀ ਤਰ੍ਹਾਂ ਬਸ ਨਾ ਕਰਾ। ਬਾਈਬਲ ਕਹਿੰਦੀ, ਮੈਂ ਨਹੀਂ ਕਹਿੰਦਾ, ਮੈਂ ਤੁਹਾਨੂੰ ਪੜ੍ਹਾ ਸਕਦਾ ਵਚਨ 'ਚੋਂ, ਯਸ਼ੂ ਮਸੀਹ ਦੇ ਸ਼ਬਦ ਆ ਹੈ ਨਾ, ਮੇਰੇ ਨਹੀਂ। ਬਹੁਤੇ ਲੋਕ ਜਿਹੜੇ ਇਸ ਸਿਸਟਮ ਵਿੱਚ ਫਸ ਗਏ, ਵਿਸ਼ਵਾਸੀ ਲੋਕ ਵੀ, ਉਹਨਾਂ ਨੂੰ ਬਦਲੂਆਂ ਛੱਡਦੀਆਂ ਨਹੀਂ ਆ। ਉਹਦਾ ਕਾਰਨ ਪਤਾ ਕਿਉਂ ਨਹੀਂ ਛੱਡਦੀਆਂ? ਉਹਦਾ ਕਾਰਨ ਆ ਕਿ ਉਹਦਾ ਬੀਜ ਉਹਦੇ ਵਿੱਚ ਕੀ ਆ, ਉਹਦੇ ਵਿੱਚ ਰਹਿੰਦਾ ਹੈ। ਜਿਹਦਾ ਬੀਜ ਜਿਹਦੇ 'ਚ ਜਿਹੜੀ ਚੀਜ਼ ਦਾ ਰਹਿੰਦਾ ਨਾ, ਉਹ ਫਿਰ ਉੱਗਦਾ ਆ, ਉਹ ਪ੍ਰਗਟ ਵੀ ਹੁੰਦਾ ਹੈ। ਮੈਂ ਤੁਹਾਨੂੰ ਜਿਹੜੀ ਸੱਚੀ ਗੱਲ ਦੱਸਣ ਲੱਗਾ, ਇਹ ਆ ਗੱਲ ਕਿ ਯਕੂਬ ਨੇ ਸਵਰਗਦੂਤ ਨੂੰ ਜਾਣ ਦਿੱਤਾ, ਉਹਨੂੰ ਜਦ ਤੱਕ ਉਸ ਕੋਲ ਬਰਕਤ ਲੈ ਨਹੀਂ ਲਿੱਤੀ। ਹੁਣ ਮੈਂ ਤੁਹਾਨੂੰ ਦੱਸਦਾ, ਸਾਡੀ ਇੱਥੇ ਇੱਕ ਭੈਣ ਜੀ ਆਉਂਦੀ, ਸੀਮਾ, ਹੁਣ ਨਹੀਂ ਆਉਂਦੀ ਉਹ। ਇੱਕ ਦਿਨ ਸਵਰਗਦੂਤ ਉਹਦੇ ਘਰ ਚਲਾ ਗਿਆ, ਸਵਰਗਦੂਤ ਗਿਆ ਘਰ, ਸਵਰਗਦੂਤ ਨੂੰ ਪਛਾਣ ਨਹੀਂ ਸਕੀ। ਬੋਲੋ, ਸਵਰਗਦੂਤ ਨੂੰ ਉਹਨੇ ਨਹੀਂ ਪਛਾਣਿਆ। ਸਵਰਗਦੂਤ ਬਹਿ ਕੇ ਗੱਲਾਂ ਕਰਕੇ ਚਲਾ ਗਿਆ, ਔਰ ਕਹਿ ਤੂੰ ਠੀਕ ਹੋ ਜਾਣਾ, ਫਿਕਰ ਨਾ ਕਰ। ਪਰ ਪਛਾਣਿਆ ਨਹੀ� ਉਹਨੇ, ਕਿਉਂ? ਕਿਉਂਕਿ ਜਿਹੜਾ ਆਦਮੀ ਜ਼ਿਆਦਾ ਬਾਈਬਲ ਦੇ ਨਾਲ ਟੱਚ ਰਹਿੰਦਾ, ਉਹਨੂੰ ਪਤਾ ਹੁੰਦਾ, ਉਹ ਪਛਾਣ ਲਏਗਾ, ਉਹ ਗੱਲਾਂ ਤੋਂ ਪਛਾਣੇਗਾ, ਸਾਰੀਆਂ ਗੱਲਾਂ ਤੋਂ ਦੇਖ ਲਏਗਾ ਕੌਣ ਕੀ ਆਇਆ। ਉਹਨੇ ਪਛਾਣ ਲਿਆ, ਉਹ ਪਛਾਣ ਨਹੀਂ ਸਕੀ, ਪਰ ਸਵਰਗਦੂਤ ਨੂੰ ਪਤਾ ਇਹ ਕਰ ਕਿਹਦਾ ਹੈ। ਸਵਰਗਦੂਤ ਬੈਠੇ ਰਹੇ, ਗੱਲਾਂ ਕੀਤੀਆਂ, ਗੱਲਾਂ ਕਰਕੇ ਉਹਨੂੰ ਕਹਿ ਕੇ ਚਲੇ ਗਏ ਤੂੰ ਠੀਕ ਹੋ ਜਾਣਾ, ਫਿਕਰ ਨਾ ਕਰ, ਤੇਰੀ ਬਿਮਾਰੀ ਠੀਕ ਹੋ ਜਾਣੀ। ਮੈਂ ਤਾਂ ਦੱਸਣਾ ਚਾਹੁੰਦਾ, ਠੀਕ ਤਾਂ ਹੋ ਗਈ, ਪਰ ਜਿਹੜੀ ਬਰਕਤ ਯਕੂਬ ਨੇ ਲਿੱਤੀ ਨਾ, ਉਹ ਨਹੀਂ ਲੈ ਸਕੀ। ਮੇਰੀ ਗੱਲ ਸਮਝੇ? ਕਿਉਂਕਿ ਜੇ ਪਹਿਚਾਣ ਹੁੰਦੀ ਤਾਂ ਕਹਿੰਦੀ ਅੱਜ ਤੈਨੂੰ ਭਾਜੀ, ਅੱਜ ਤੈਨੂੰ ਜਾਣ। ਬੋਲੋ, ਅੱਜ ਤੈਨੂੰ ਜਾਣ, ਕਿਉਂਕਿ ਪਹਿਚਾਣ ਨਹੀਂ। ਜਿਹਨੂੰ ਇਹ ਬਹਿ ਕੇ ਚਲਾ ਗਿਆ ਸਵਰਗਦੂਤ, ਜਿਹੜੀ ਪ੍ਰੋਬਲਮ ਸੀ ਉਹਦੀ ਠੀਕ ਹੋ ਗਈ, ਉਹਨੇ ਕਹਿ ਤੂੰ ਤੱਕ ਠੀਕ ਹੋ ਜਾਣਾ, ਫਿਕਰ ਨਾ ਕਰ। ਪਰ ਮੈਂ ਤਾਂ ਦੱਸਣਾ ਚਾਹੁੰਦਾ ਇਹ ਗੱਲ, ਉਸ ਸਮੇਂ ਦੇ ਵਿੱਚ ਜਿਹੜੀ ਉਹਦੀ ਉਪਸਥਿਤੀ ਆ, ਉਹਨੂੰ ਵੀ ਸ਼ਾਇਦ ਉਹਨੇ ਮਹਿਸੂਸ ਨਹੀਂ ਕਰ ਸਕੀ। ਕਿਉਂਕਿ ਜਿਹੜੇ ਆਪਾਂ ਦੇਖਦੇ ਨਾ, ਜਿਹੜੇ ਬੰਦੀ ਦਾ ਰੁੱਖ ਨਾ ਹੋਵੇ, ਆਤਮਾ ਦਾ ਫਲੋ ਨਾ ਹੋਵੇ, ਤਾਂ ਲੋਕਾਂ ਵਿੱਚ ਪਰੇਸ਼ਾਨੀ ਜਿਹੀ ਰਹਿੰਦੀ ਚਰਚੇ ਅੰਦਰ। ਗੱਲਾਂ ਕਰਦੇ ਰਹਿਣਗੇ, ਬੱਚੇ ਖੇਡ ਰਹਿਣਗੇ, ਪਿੱਛੋਂ ਵਾਜਾਂ ਦੇਣਗੇ। ਜਿਹੜੇ ਪਵਿੱਤਰ ਆਤਮਾ ਦਾ ਮਸਾ ਰਹਿੰਦਾ ਨਾ, ਉਹਲੇ ਲੋਕ ਤਾਂ ਬੈਠੇ ਹੁੰਦੇ ਆ, ਸ਼ੌਂਕ ਕਿਸੇ ਦਾ ਧਿਆਨ ਇੱਧਰ ਉੱਧਰ ਹੁੰਦਾ, ਉਸ ਵਕਤ ਪਰਮੇਸ਼ੁਰ ਦੀ ਕੀ ਹੁੰਦੀ ਆ। ਇੱਥੋਂ ਇਹ ਚੈੱਕ ਕਰੀਏ, ਜਿਹੜੇ ਉਹਦੀ ਉਪਸਥਿਤੀ, ਸਵਰਗਦੂਤ ਆਏਗਾ ਤਾਂ ਉਸ ਘਰ ਵਿੱਚ ਉਪਸਥਿਤੀ ਕਿੱਦਾਂ ਦੀ ਹੋ ਜਾਏਗੀ?
ਮੈਨੂੰ ਪਹਿਚਾਨ ਕਰਨੀ ਚਾਹੀਦੀ ਹੈ ਨਾ, ਪਰ ਉਹ ਪਹਿਚਾਨ ਨਹੀਂ ਸਕੀ। ਬਾਈਬਲ 'ਚ ਲਿਖਿਆ, ਅਦਰ ਲਿਖੀ ਕਿ ਪੜ੍ਹਾਂਗੇ ਨਹੀਂ, ਲਿਖਿਆ ਬਹੁਤਿਆਂ ਨੇ ਸਵਰਗ ਦੂਤਾਂ ਦੀ ਜਾਂਚ ਨਾ ਕਰਕੇ ਆਪਣੇ ਘਰ ਤਾਰਿਆ, ਹੈ ਨਾ। ਬਾਈਬਲ 'ਚ ਲਿਖਿਆ ਪਹਿਚਾਨ ਨਾ ਕਰਕੇ ਆਪਣੀ ਬਰਕਤ ਨੂੰ ਕੀ ਕਰ ਦਿੱਤਾ, ਖੋਹ ਦਿੱਤਾ। ਇਹਨੂੰ ਧਿਆਨ ਸੁਣੀ, ਉਹਨੇ ਆਪਣੀ ਬਰਕਤ ਨੂੰ ਕੀ ਕਰਤਾ, ਖੋਹ ਦਿੱਤਾ, ਅਸ਼ ਨੂੰ ਖੋਇਆ। ਕੱਲੀ ਹੀਲਿੰਗ ਹੋਈ ਆ, ਹੀਲਿੰਗ ਤੋਂ ਬਾਅਦ ਕਿ ਬਹੁਤ ਕੁਛ ਉਸ ਜੇ ਪਹਿਚਾਨ ਹੋ ਜਾਂਦੀ। ਉਹਨੂੰ ਫੜਿਆ ਜਾਵੇ, ਉਹਨੂੰ ਕਹੋ ਤੈਨੂੰ ਅੱਜ ਜਾਣ, ਤੈਨੂੰ ਅੱਜ ਜਾਣ ਨਹੀਂ ਜਾਣ। ਅੱਜ ਮੈਂ ਉਹਨੂੰ ਪੁੱਛਿਆ, ਸਵਰਦੂਤ ਆਇਆ, ਹਾਂਜੀ ਮੈਂ ਪੁੱਛਿਆ ਸੁਣ, ਅਤੇ ਉਹ ਫੋਨ ਕੀਤਾ ਸਾਡੀ ਭੈਣ ਜੀ ਨੇ ਆਪਣੇ ਹਸਬੈਂਡ ਨੂੰ ਕਿ ਮੈਂ ਠੀਕ ਹੋ ਗਈ ਹਾਂ। ਅਤੇ ਉਹ ਭਾਅ ਜੀ ਆਏ ਸੀ ਘਰ, ਭਾਅ ਜੀ ਆਏ ਸੀ, ਤੋ ਮੈਂ ਉਸ ਤੋਂ ਬਾਅਦ ਉਹ ਦੁਆ ਕਰਨ ਚਲੇ ਗਏ, ਮੈਂ ਠੀਕ ਹੋ ਗਈ। ਉਹਦਾ ਫੋਨ ਆ ਗਿਆ ਮੈਨੂੰ, ਕਹਿੰਦੇ ਜੀ ਤੁਸੀਂ ਸਵੇਰੇ ਘਰ ਗਏ ਸੀ। ਮੈਂ ਕਿਹਾ ਜੀ ਮੈਂ ਸਵੇਰੇ ਘਰ ਨਹੀਂ ਗਿਆ, ਮੈਂ ਉਸ ਵਕਤ ਜਲੰਧਰ 'ਚ ਸੀ, ਸ਼ਹਿਰ ਗਿਆ ਸੀ। ਕਹਿੰਦੇ ਨਹੀਂ ਤੁਸੀਂ ਸਵੇਰੇ ਘਰ ਗਏ। ਮੈਂ ਕਿਹਾ ਮੈਂ ਗਿਆ ਹੀ ਨਹੀਂ। ਕਹਿੰਦੇ ਭਾਅ ਜੀ ਖੇਰ ਮਜ਼ਾਕ, ਮੈਂ ਕਿਹਾ ਮਜ਼ਾਕ ਨਹੀਂ ਕਰਨਾ, ਮੈਂ ਤੁਹਾਡੇ ਘਰ ਨਹੀਂ ਗਿਆ। ਉਹੀ ਕੁੜਤਾ ਪਜਾਮਾ ਜਿਹੜਾ ਮੈਂ ਜਿਹੜਾ ਬੈਪਟਾਈਜ਼ ਦਿੰਦਾ ਮੈਂ ਲੋਕਾਂ ਨੂੰ ਬਸਵਾਂ ਦੇਣਾ, ਉਸੇ ਕੁੜਤੇ ਪਜਾਮੇ 'ਚ ਪਾਸਟਰ ਵਿਜੇ ਬਣ ਕੇ ਹਾਂਜੀ ਉਹਦੇ ਘਰ ਚਲਾ ਗਿਆ। ਹਾਂਜੀ ਬੈਠੇ ਰਹੇ, ਗੱਲਾਂ ਵੀ ਕਰਦੇ ਰਹੇ। ਸੁਣੀਏ ਖਿਆਲ ਨਾਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਵਰਗ ਦੂਤ ਇੱਦਾਂ ਚਾਹੁੰਦੇ ਆ, ਆਉਂਦੇ ਆ, ਆਪਣੇ ਦਾਸ ਦੇ ਰੂਪ 'ਚ ਵੀ ਚਲੇ ਜਾਂਦੇ, ਪਰ ਆਕਾਸ਼ ਕੀ ਅੰਦਰ ਲੇਖਾਂ ਖੁੱਲ੍ਹ ਜਾਣ ਤਾਂ ਤੁਸੀਂ ਉਹਨੂੰ ਕੀ ਕਰ ਸਕੋ। ਮੈਂ ਜਲੰਧਰ ਸੀ, ਉਹੀ ਕੱਪੜੇ ਪਾਏ ਜਿਹੜੇ ਮੈਂ ਚਿੱਟਾ ਕੁੜਤਾ ਜਮਾ ਪਾਉਣਾ ਦਿਲੋਂ ਬਸਮ ਦਿਨ ਲੋਕਾਂ ਨੂੰ, ਉਹੀ ਕੱਪੜੇ ਪਾਏ। ਉਹਨਾਂ ਕੱਪੜਿਆਂ 'ਚ ਗਿਆ, ਬਹਿ ਕੇ ਕਿਹਾ, ਗੱਲ ਕੀਤੀ, ਅਤੇ ਪਹਿਚਾਨਣਾ ਮੁਸ਼ਕਿਲ ਹੋ ਗਿਆ। ਬੋਲੋ ਪਹਿਚਾਨਣਾ ਕੀ ਹੋ ਗਿਆ, ਮੁਸ਼ਕਿਲ ਹੀ ਹੋ ਗਿਆ। ਭਾਅ ਜੀ ਕਰਦੀ ਰਹੀ, ਹੈਂਜੀ ਜੇ ਕਿਤੇ ਪਛਾਣ ਲੈਂਦੀ ਤਾਂ ਸ਼ਾਇਦ ਸਭ ਕੁਛ ਕੀ ਹੋ ਜਾਣਾ ਸੀ। ਮੇਰੇ ਕੋਲ ਆ ਜਾਵੇ ਨਾ, ਮੈਂ ਉਹਨੂੰ ਕਹੂੰਗਾ ਸਾਰੀਆਂ ਵਰਤਾਂ ਦੇ ਕੇ ਜਾ, ਮੈਨੂੰ ਸਾਰੇ ਵਰਦਾਨ ਚਾਹੀਦੇ ਆ ਪਿਤਰਾਤਮਾ ਦੇ, ਤਾਂ ਕਿ ਮੈਂ ਲੋਕਾਂ ਨੂੰ ਜਾ ਕੇ ਕੀ ਕਰਾਂ, ਦੱਸਾਂ। ਹੈਂਜੀ ਮੈਨੂੰ ਚਾਹੀਦੇ ਆ, ਮੈਨੂੰ ਚਾਹੇ ਵਰਦਾਨ ਚਾਹੀਦੇ ਪੁੱਤਰਾਤਮਾ ਦੇ, ਜਿਹੜੀ ਖਾਸ ਗੱਲ ਆ, ਉਹਦੇ ਨਾਲ ਸਾਰਾ ਕੁਛ ਉਤਪੰਨ ਹੋ ਜਾਏਗਾ। ਦੂਸਰੀ ਗੱਲ, ਖੁਦਾ ਨੇ ਜਿਹੜੇ ਉਹਨੇ ਮਰਾ ਮੈਨੂੰ ਤਾਂ ਸ਼ਾਮ ਨੂੰ ਘਰ ਆਇਆ ਤਾਂ ਉਹਨੇ ਬਹਿ ਕੇ ਸਾਰੀ ਸਟੋਰੀ ਮੈਨੂੰ ਦੱਸੀ ਕਿ ਇੱਦਾਂ ਦਾ ਹੋਇਆ। ਮੈਂ ਕਿਹਾ ਮੈਂ ਨਹੀਂ ਸੀ ਸੀਮਾ, ਤੂੰ ਤੈਨੂੰ ਪਹਿਚਾਣ ਨਹੀਂ ਆਈ, ਖੁਦਾ ਤੇਰੇ ਘਰੋਂ ਹੋ ਕੇ ਚਲਾ ਗਿਆ। ਮੈਂ ਦੱਸਣਾ ਚਾਹੁੰਦਾ, ਅੱਜ ਵੀ ਸਵਰਦੂਤ ਆਉਂਦੇ ਆ ਅਤੇ ਮੈਸੇਜ ਲੈ ਕੇ ਆਉਂਦੇ ਆ। ਉਹਨੂੰ ਸਵੇਰੇ ਪਰੇਸ਼ਾਨੀ ਸੀ, ਦੂਰ ਕੀਤੀ ਉਹਨੇ, ਠੀਕ ਹੋ ਗਈ, ਔਰ ਰਾਈਟ ਆ। ਇਹ ਕੋਈ ਏਡੀ ਗੱਲ ਨਹੀਂ ਕਿ ਠੀਕ, ਬਸ ਵੱਡੀ ਗੱਲ ਇਹ ਆ ਕਿ ਜੇ ਕਿਤੇ ਕਾਸ਼ ਕਿ ਉਹਦੀਆਂ ਦਾਤਾਂ ਉੱਤਰ ਆਉਂਦੀਆਂ ਸਵਰਗ ਤੋਂ, ਉਹ ਜ਼ਿਆਦਾ ਆਸ਼ੀਸ਼। ਦੂਸਰੀ ਗੱਲ ਸੁਣੀ, ਹੁਣ ਮੈਂ ਤੁਹਾਨੂੰ ਬਾਈਬਲ ਦੀਆਂ ਗੱਲਾਂ ਹੁਣ ਤੁਹਾਨੂੰ ਪੜ੍ਹਾਉਣੀਆਂ। ਅੱਜ ਮੇਰਾ ਲੰਬਾ ਮੈਸੇਜ ਉਸ ਹੋਰ ਵੀ ਜ਼ਿਆਦਾ, ਪਰ ਸੁਣੋ ਖਿਆਲ ਨਾਲ, ਤੁਸੀਂ ਆਸ਼ਿਸ਼ਟ ਹੋ ਜਾਣਾ। ਕਈ ਲੋਕਾਂ ਨੇ ਸਿਰਫ ਇੰਨਾ ਕੀ ਦੁਆ ਕੀਤੀ, ਅਸੀਂ ਯਿਸੂ ਮਸੀਹ ਨੂੰ ਮੰਨਦੇ, ਅਸੀਂ ਕ੍ਰਿਸਚਨ ਹੁੰਦੇ ਹਾਂ। ਤੂੰ ਕ੍ਰਿਸਚਨ ਹੋਏਗਾ ਪਾਪੀ ਹੋਊਗਾ, ਧਰਮੀ ਨਹੀਂ। ਤੂੰ ਡਰਿੰਕ ਵੀ ਕਰ ਸਕਦਾ, ਸਿਗਰਟ ਵੀ ਪੀ ਸਕਦਾ, ਤੇਰੇ ਮੂੰਹ 'ਚੋਂ ਗਾਲ ਵੀ ਨਿਕਲ ਸਕਦੀ ਹੈ, ਤੂੰ ਧਰਮੀ ਨਹੀਂ। ਐਸੇ ਲੋਕਾਂ ਕੋਲ ਸਵਰਦੂਤ ਨਹੀਂ ਆਉਂਦੇ ਕਦੀ ਵੀ, ਐਸੇ ਲੋਕਾਂ ਕੋਲ ਸਵਰਦੂਤ ਨਹੀਂ ਆਉਂਦੇ। ਮਸੀਹੀ ਹੋਣ ਨਾ, ਮੇਰੇ ਕੰਮਾਂ ਤੋਂ ਮਸੀਹੀ ਹਾਂ, ਮੇਰੇ ਕੰਮ ਕੀ ਹੈ, ਇਹਨੂੰ ਖਿਆਲ ਨਾਲ ਸੁਣਨਾ। ਬਾਈਬਲ ਦੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਕੋਈ ਅੱਜ ਤੱਕ ਕੋਟ ਕਰਾਉਣੀ, ਉਹ ਪੜ੍ਹਨੀਆਂ ਅਤੇ ਤੁਹਾਡੇ ਹਾਰਟ ਨੂੰ ਛੂਣਗੀਆਂ ਕਿ ਸਵਰਦੂਤ ਆਉਂਦੇ, ਸਵਰਦੂਤ ਅਤੇ ਸਵਰਗ ਦੂਤਾਂ ਨੂੰ, ਸਵਰਦੂਤ ਸਾਡੀ ਸੇਵਕਾ ਲਈ, ਸਾਡੇ ਕੰਮ ਲਈ ਆ, ਠਹਿਰਾਏ ਹੋਏ ਸਾਡੇ ਕੰਮ ਲਈ। ਪਰਮੇਸ਼ੁਰ ਨੇ ਅਸੀਂ ਉਹਨੂੰ ਕੰਮ ਨਹੀਂ ਲੈ ਸਕਦੇ। ਇੱਕ ਪਰਮੇਸ਼ੁਰ ਦਾ ਮਹਾਨ ਸੰਤ ਜਿਹਦੇ ਬਾਰੇ ਮੈਂ ਪੜ੍ਹਿਆ, ਉਹਨੇ ਰੱਬ ਦੇ ਮਹਾਨ ਸੇਵਕ ਦਿਨਾਕਰ ਨੂੰ ਕਿਹਾ, ਕਹਿੰਦਾ ਮੈਂ ਆਪਣੇ ਸਾਰੇ ਕੰਮ ਸਵਰਗ ਤੋਂ ਕਰਾਉਂਦਾ। ਕਹਿੰਦਾ ਉਹਨੇ ਪੁੱਛਿਆ ਉਹ ਕਿਸ ਤਰ੍ਹਾਂ ਕਰਾਉਂਦੇ ਸੀ, ਉਹਨੇ ਬਾਈਬਲ 'ਚ ਉਹਨੂੰ ਪੜ੍ਹਾਇਆ ਕਿ ਮੈਂ ਸਵਰਦੂਤ ਨੂੰ ਕਹਿੰਦਾ, ਜਿਹੜੇ ਸਾਡੀ ਮਦਦ ਲਈ ਪਰਮੇਸ਼ੁਰ ਦਿੱਤੇ ਨਾ, ਮੈਂ ਦੁਆ 'ਚ ਕਹਿੰਦਾ ਸਵਰਦੂਤ ਨੂੰ ਕਹਿੰਦਾ ਕਿ ਆਪਣਾ ਸਵਰਦੂਤ ਭੇਜ, ਮੇਰਾ ਇਹ ਕੰਮ ਕਰ ਪਰਮੇਸ਼ੁਰ। ਉਹ ਕਹਿੰਦਾ ਮੈਂ ਉਸ ਤੋਂ ਬਾਅਦ ਆਰਡਰ ਦੇ ਕੇ ਸਵਰਦ ਆਰਡਰ ਦਿੰਦਾ ਸਵਰਦੂਤ ਨੂੰ, ਪਰਮੇਸ਼ੁਰ ਜਾ ਮੈਂ ਬਹਿ ਜਾਂਦਾ, ਧੰਨਵਾਦ ਕਰਦਾ ਪ੍ਰਭੂ, ਤੂੰ ਮੇਰੀ ਪ੍ਰਾਰਥਨਾ ਨੂੰ ਕੀ ਕਰ ਲਿਆ, ਸੁਣ ਲਿਆ, ਹੁਣ ਤੂੰ ਸਵਰਦੂਤ ਨੂੰ ਭੇਜੇਗਾ ਅਤੇ ਮੇਰਾ ਕੰਮ ਹੋ ਜਾਏਗਾ। ਉਹ ਬਾਅਦ 'ਚ ਕਈ ਕਈ ਘੰਟੇ ਉਹਨੇ ਦਿਨਾਕਰ ਨੂੰ ਕਿਹਾ, ਰੱਬ ਦਾਸ ਨੇ, ਕਿ ਮੈਂ ਥੈਂਕਸ ਕਰਦਾ ਖੁਦਾ ਦਾ। ਕਹਿੰਦਾ ਮੈਨੂੰ ਸ਼ਾਮ ਤੱਕ ਉਹਦਾ ਕੀ ਆ ਜਾਂਦਾ ਜਵਾਬ। ਇਹ ਗੱਲ ਬੜੀ ਹਲਾਨ ਵਾਲੀ ਗੱਲ ਆ,
ਕਿੰਨੀ ਜ਼ਰੂਰਤ ਗੱਲ ਕਿੰਨਾ ਪਰਮੇਸ਼ੁਰ ਨੇ ਸਾਨੂੰ ਅਧਿਕਾਰ ਦਿੱਤਾ ਕਿ ਅਸੀਂ ਸਵਰਗਦੂਤਾਂ ਨੂੰ ਆਰਡਰ ਦਈਏ ਨਾ, ਉਹ ਵੀ ਸਾਡੀ ਸੇਵਾ ਲਈ ਕੀ ਆ, ਖੜ੍ਹੇ ਹੁੰਦੇ ਕੰਮ ਕਰਦੇ ਨੇ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਇਸ ਪਿਛਲੇ ਮੈਸੇਜ ਵੱਲ ਜਾ ਰਿਹਾ ਮੈਂ ਤੁਹਾਨੂੰ ਲੈ ਕੇ ਸਵਰਗਦੂਤਾਂ ਦੇ ਉੱਤੇ ਕਿ ਸਵਰਗਦੂਤ ਕੀ ਆ, ਮਿਕਾਇਲ ਦਾ ਕੀ ਕੰਮ, ਜਬਰਾਇਲ ਦਾ ਕੀ ਕੰਮ। ਪਿਛਲੇ ਹਫ਼ਤੇ ਮੈਸੇਜ ਬੋਲਿਆ ਸੀ ਜਬਰਾਇਲ ਮੈਸੇਜ ਲੈ ਕੇ ਆਉਂਦਾ, ਮਿਕਾਇਲ ਯੁੱਧ ਲਈ ਕੀ ਆ, ਖੜ੍ਹਾ ਰਹਿੰਦਾ ਯੁੱਧ ਲਈ, ਤੁਹਾਡੇ ਲਈ ਲੜਦਾ, ਤੁਹਾਨੂੰ ਆਫ਼ਤ ਆਉਂਦੀ ਉਹਨੂੰ ਰੋਕ ਦਿੰਦਾ ਹੈ। ਮਿਕਾਇਲ ਦਾ ਕੰਮ ਇਹ ਆ, ਮਿਕਾਇਲ ਆ, ਮਿਕਾਇਲ ਉਹ ਰੋਕੇਗਾ। ਲੇਕਿਨ ਜਿਸ ਗੱਲ ਨੂੰ ਮੈਂ ਦੱਸਿਆ ਚਾਹੁੰਦਾ ਉਹਨੇ ਧਿਆਨ ਨਾਲ ਸੁਣਨਾ। ਸਾਡੀ ਇੱਕ ਭੈਣ ਜੀ ਇੱਥੇ ਆ, ਮੈਂ ਤੁਹਾਨੂੰ ਉਹਦੀ ਟੈਸਟੀਮਨੀ ਸੁਣਾਉਣੀ ਹੈ ਨਾ, ਇਸ ਕਰਕੇ ਸੁਣਾਉਣੀ ਆ ਕਿ ਸਵਰਗਦੂਤ ਓਲਡ ਟੈਸਟਾਮੈਂਟ 'ਚ ਨਹੀਂ, ਨਿਊ ਟੈਸਟਾਮੈਂਟ, ਨਿਊ ਜਨਰੇਸ਼ਨ, ਨਿਊ ਕ੍ਰਿਸਚਨ ਆ, ਅੱਜ ਵੀ ਯਸੂ ਸੀ ਉੱਥੇ ਕੀ ਆ, ਉਹਦਾ ਸਵਰਗਦੂਤ ਕੀ ਆ ਆਉਂਦਾ। ਅਤੇ ਜਿਹੜੀ ਪਿਛਲੀ ਦਫ਼ਾ ਉਹਨੇ ਗੱਲ ਕਹੀ ਸੀ ਉਹ ਗੱਲ ਇੰਨੀ ਇਫੈਕਟਿਵ ਨਹੀਂ ਸੀ ਕਿ ਸਵਰਗਦੂਤ ਅੱਜ ਮੈਂ ਖੜ੍ਹਾ, ਸਵਰਗਦੂਤ ਖੜ੍ਹਾ ਹੋਣ ਨਹੀਂ ਆਉਂਦਾ। ਬਾਈਬਲ ਕਹਿੰਦੀ ਸਵਰਗਦੂਤ ਮੈਸੇਜ ਦੇਣ ਲਈ ਆਉਂਦੇ। ਬੋਲੋ ਕੀ ਦੇਣ ਆਉਂਦੇ ਆ, ਬੋਲੋ ਕੀ ਦੇਣ ਆਉਂਦੇ ਆ। ਜੇ ਮੈਂ ਕਹਾਂ ਉਹ ਸਵਰਗਦੂਤ ਖੜ੍ਹਾ, ਕੀ ਫਾਇਦਾ ਖੜ੍ਹੇ ਦਾ, ਕੋਈ ਕੰਮ ਕਰੇ, ਕੁਛ ਪ੍ਰਗਟ ਕਰੇ, ਉਹ ਕਾਹਦੇ ਲਈ ਆਇਆ, ਆਇਆ ਤਾਂ ਚਲਾ ਗਿਆ। ਜਿਹੜੇ ਲੋਕ ਬੜੇ ਬੜੇ ਮੰਤਰੀਆਂ ਨੂੰ ਆਪਣੇ ਬੜੇ ਪ੍ਰੋਗਰਾਮ ਵਿੱਚ ਬੁਲਾਉਂਦੇ ਨਾ, ਉਹ ਪਤਾ ਕਿ ਲੈਣ ਦੀ ਤੋਂ ਕੀ ਰੱਖਦੇ ਆ। ਜਿਹੜੇ ਮੰਤਰੀਆਂ ਨੂੰ ਬੁਲਾਉਂਦੇ ਨਾ ਉਹ ਲੈਣ ਦੀ ਤੋਂ ਕੀ ਰੱਖਦੇ ਆ, ਆਸ਼ਾ ਰੱਖਦੇ ਆ, ਇਸ ਲਈ ਬੁਲਾਉਂਦੇ ਆ। ਅਤੇ ਜੇ ਉੱਪਰੋਂ ਅਸੀਂ ਉਹਨੂੰ ਬੁਲਾਈਏ ਕਿ ਪ੍ਰਭੂ ਆਪਣਾ ਦੂਤ ਪੇ ਸਾਡੀ ਹੈਲਪ ਕਰ, ਅਤੇ ਸਾਨੂੰ ਉਹਦੇ ਤੋਂ ਕੀ ਰੱਖਣੀ ਆ, ਆਸ਼ਾ ਰੱਖਦੇ ਹਾਂ ਅਸੀਂ। ਸੰਸਾਰ ਦੇ ਲੋਕ ਇਹਨਾਂ ਕੋਲ ਆਸ਼ਾ ਰੱਖਦੇ ਆ, ਜਿਹੜੀ ਉਹਦੀ ਕਲੀਸਿਆ ਆ ਉਹ ਆਪਣੇ ਪਰਮੇਸ਼ੁਰ ਤੋਂ ਕੀ ਰੱਖਦੀ ਆ, ਆਸ਼ਾ ਰੱਖਦੀ। ਠੀਕ ਹੈ, ਹੁਣ ਮੈਂ ਤੁਹਾਨੂੰ ਟੈਸਟ ਵੀ ਨਹੀਂ ਸੁਣਨਾ, ਫਿਰ ਮੈਂ ਤੁਹਾਨੂੰ ਮੈਸੇਜ ਪ੍ਰਚਾਰ ਕਰਨਾ ਚਾਹੁੰਦਾ। ਆਈਏ ਭੈਣ ਜੀ, ਕਿੱਥੇ ਗਏ ਸਾਡੇ ਭੈਣ ਜੀ, ਨੰਗਲ ਸ਼ਾਮਾਂ ਤੋਂ ਕਿੱਥੇ ਆਏ ਨੇ, ਆਈਏ ਆਈਏ। ਸੁਣੀਏ, ਇਹ ਤੁਸੀਂ ਇਹਦੀ ਟੈਸਟ ਵੀ ਨਹੀਂ, ਬਹੁਤਿਆਂ ਨੂੰ ਨਹੀਂ ਪਤਾ, ਅਸੀਂ ਰਿਕਾਰਡ ਕਰਕੇ ਪਾਣੀ, ਇਸ ਕਰਕੇ ਪਾਣੀ ਆ ਕਿ ਜਿਹੜੇ ਲੋਕ ਆਪਣੀਆਂ ਪਿਕਚਰਾਂ ਪਾਉਂਦੇ ਨੇ ਝੂਠੀਆਂ, ਉਹਨਾਂ ਨੂੰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਉਹ ਟੈਸਟਮਨੀਆਂ ਨਹੀਂ ਆ, ਉਹਨਾਂ ਦੀਆਂ ਮਨ ਕੱਤੜ ਕਹਾਣੀਆਂ। ਲੇਕਿਨ ਉਹ ਮਨ ਕੱਤੜ ਕਹਾਣੀਆਂ, ਲੇਕਿਨ ਅਸੀਂ ਅੱਜ ਤੁਹਾਨੂੰ ਇਹ ਪ੍ਰਮਾਣਾਂ ਦੇ ਦੁਆਰਾ ਮੈਂ ਦੱਸਣਾ, ਚਿੰਨ ਹੈ, ਚਿੰਨ ਖੁਦਾ ਚਿੰਨ੍ਹਾਂ ਦੁਆਰਾ ਆ। ਇੱਥੇ ਆ ਜੀ ਭੈਣ ਜੀ, ਸੁਣੀਏ ਖਿਆਲ ਨਾਲ। ਇਹ ਭੈਣ ਜੀ ਆਇਆ ਨੰਗਲ ਸ਼ਾਮਾਂ ਤੋਂ, ਧਿਆਨ ਨਾਲ ਸੁਣੀ, ਠੀਕ ਆ। ਇਹ ਕੁਛ ਸਾਲ ਪਹਿਲਾਂ ਬਿਮਾਰ ਸੀ, ਇਸ ਜਗ੍ਹਾ 'ਤੇ ਆਏ ਨੰਗਲ ਸ਼ਾਮਾਂ ਤੋਂ। ਕਿੱਦਾਂ ਆਏ ਪਤਾ, ਡਾਕਟਰ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ, ਉਹਨੇ ਕਿਹਾ ਸੀ ਸੇਵਾ ਕਰ ਲਓ, ਉਹਨੇ ਕਿਹਾ ਸੇਵਾ ਕਰ ਲਓ, ਸੇਵਾ ਇਹਦੀ। ਡਾਕਟਰ ਨੇ ਕਿਹਾ, ਹੋਸਪਿਟਲ ਛੁੱਟੀ ਦੇ ਦਿੱਤੀ, ਕਹਿੰਦੇ ਇਹਦੀ ਸੇਵਾ ਕਰ ਲਓ, ਇਹਨੇ ਬਚਣਾ ਨਹੀਂ ਹੈ। ਔਰ ਇਹ ਬਿਲਕੁਲ ਮੰਜੇ ਨਾਲ ਲੱਗੇ ਸੀ, ਬਿਲਕੁਲ ਮੰਜੇ ਨਾਲ ਚਰਚ ਜਾਂਦੇ ਸੀ ਇਹ ਕਿਸੇ ਜਗ੍ਹਾ 'ਤੇ। ਪਰ ਜਿਹੜੇ ਠੀਕ ਨਹੀਂ ਸੀ ਹੋਏ ਤਾਂ ਚਾਰਪਾਈ 'ਤੇ ਪਏ ਆ। ਦੁਪਹਿਰ ਨੂੰ ਦੋ ਸਵਰਗਦੂਤ ਇਹਨਾਂ ਦੀ ਚਾਰਪਾਈ ਕੋ ਆ ਕੇ, ਕਿੰਨਾ ਵਜੇ ਟਾਈਮ ਸੀ, ਇੱਕ ਵਜੇ ਡਲੂ, ਹਾਂਜੀ ਕਿੰਨਾ, ਹਾਂਜੀ ਇੱਕ ਵਜੇ ਟਾਈਮ, ਦੋ ਕੁ ਵਜੇ ਟਾਈਮ ਸੀ। ਇਹ ਮੰਜੇ 'ਤੇ ਪਏ ਆ ਅਤੇ ਸਵਰਗਦੂਤ ਆਕਾਸ਼ 'ਤੇ ਉੱਤਰ ਕੇ ਆ ਗਏ। ਪਤਾ ਕੀ ਕਹਿਣਾ ਹੈ, ਕਿ ਤੂੰ ਚੰਗਾ ਹੋਣਾ, ਬੋਲੋ ਕੀ ਤੂੰ ਚੰਗਾ ਹੋਣਾ ਚਾਹੁੰਦੀ। ਇਹ ਬੋਲਦੇ ਬੋਲ ਤਾਂ ਹੁੰਦਾ ਨਹੀਂ ਸੀ, ਮਾੜੀ ਜਿਹੀਆਂ ਅੱਖਾਂ ਚਿਪਕਿਆ ਅਤੇ ਇਹਨੇ ਸਿਰ ਲਾ ਕੇ ਕਿਹਾ, ਹਾਂ ਮੈਂ ਚੰਗਾ ਹੋਣਾ ਚਾਹੁੰਦੀ। ਅਤੇ ਜਿਹੜਾ ਪਰਮੇਸ਼ੁਰ ਨਾ, ਉਹ ਸਾਡੀ ਇੱਕ ਇੱਕ ਗੱਲ ਨੂੰ ਜਾਣਦਾ। ਸਵਰਗਦੂਤਾਂ ਨੇ ਕੀ ਕਿਹਾ ਪਤਾ, ਕੀ ਮੈਸੇਜ ਦਿੱਤਾ, ਕਹਿੰਦਾ 7 ਨੰਬਰ ਗਲੀ 'ਚ ਇਹਨਾਂ ਨੂੰ ਕਿਹਾ ਚਲੀ ਜਾ, ਉੱਥੇ ਮੇਰਾ ਦਾਸ ਪਾਸਟਰ ਵਿਜੇ ਆ, ਉੱਥੇ ਜਿਹੜੇ ਤੁਸੀਂ ਜਾਓਗੇ ਉਹ ਤੇਰੇ ਚਲੀ ਜਾ, ਤੇਰੇ ਲਈ ਪ੍ਰੇਅਰ ਕਰੇਗਾ, ਤੂੰ ਠੀਕ ਹੋ ਜਾਣਾ। ਇਹ ਸਵਰਗਦੂਤ ਦਾ ਮੈਸੇਜ ਆ, ਇਹਨਾਂ ਸਿਰ ਲਾਇਆ, ਇੰਨਾ ਮੈਸੇਜ ਉਹਨਾਂ ਨੇ, ਤਾਂ ਲੰਬਾ ਮੈਸੇਜ ਨਹੀਂ ਸੀ, ਇਹੀ ਮੈਸੇਜ ਸੀ। ਕਿਉਂ ਭੈਣ ਜੀ, ਇਹੀ ਮੈਸੇਜ, ਹਾਂਜੀ ਹੈ, ਹਾਂਜੀ ਇੰਨੀ ਗੱਲ ਕਹਿ ਕੇ ਉਹ ਚਲੇ ਗਏ, ਚਲੇ ਗਏ। ਔਰ ਜਿਹੜੇ ਚਲੇ ਗਏ ਤਾਂ ਇਹ ਸੰਡੇ ਕਿੱਦਾਂ ਵੀ ਇਹਦੀ ਫੈਮਿਲੀ ਉੱਥੇ ਲੈ ਕੇ ਆ ਗਈ, ਹੈ ਨਾ। ਅਤੇ ਇਹਨਾਂ ਨੇ ਆ ਕੇ ਉਹਨਾਂ ਨੇ ਦੱਸਿਆ ਕਿ ਇੱਦਾਂ ਦਾ ਦੋ ਚਿੱਟੇ ਵਸਤਰਾਂ ਨੇ ਆਏ ਆ ਦੁਪਹਿਰ ਨੂੰ, ਅਤੇ ਉਹਨਾਂ ਨੇ ਸਾਨੂੰ ਤੁਹਾਡਾ ਐਡਰੈਸ ਦਿੱਤਾ ਹੈ, ਤੁਹਾਡੇ ਚਰਚ ਦਾ, ਇੱਥੇ ਤੁਸੀਂ ਚਰਚ ਲੈਣਾ। ਮੈਂ ਉਹਦੇ ਕਿਰਾਏ 'ਤੇ ਚਰਚ ਚਲਾਉਂਦਾ ਸੀ ਨਾ, ਲੈ ਕੇ
ਮੈਂ ਕਿਹਾ ਵੀ ਜੇ ਪਰਮੇਸ਼ਰ ਨੇ ਕਿਹਾ ਤਾਂ ਹੁਣੇ ਠੀਕ ਹੋ ਜਾਣਾ, ਜੇ ਉੱਤੋਂ ਆਵਾਜ਼ ਆਈ ਹੈ। ਕਹਿੰਦੇ ਚਿੱਟੇ ਕੱਪੜੇ ਪਾਏ ਸੀ ਉਹਨਾਂ ਦੇ, ਉਹਨੇ ਇੰਨੀ ਗੱਲ ਕਹਿ ਕੇ ਚਲੇ ਗਏ ਉੱਥੇ ਚੱਲਣਾ, ਨਾਮ ਦੱਸਿਆ ਤੁਹਾਡੇ ਗਲੀ ਨੰਬਰ ਦੱਸੀ ਆ। ਪਰਮੇਸ਼ਰ ਤਾਂ ਸਾਡੀਆਂ ਗਲੀਆਂ 'ਚ ਵੀ ਜਾਣਦਾ ਕਿੱਥੇ ਰਹਿੰਦੇ। ਬੋਲੋ ਬੋਲੋ, ਸਾਡੀਆਂ ਹੈਂਜੀ ਸਾਡੀਆਂ ਗਲੀਆਂ ਨੂੰ, ਸਾਡੇ ਘਰਾਂ ਨੂੰ ਪਰਮੇਸ਼ਰ ਸਾਰੀ ਗੱਲ ਜਾਣਦਾ। ਔਰ ਜਿਹੜੇ ਉੱਥੇ ਅਸੀਂ, ਮੈਂ ਕਲੀਸਿਆਂ ਨੂੰ ਕਿਹਾ ਹੱਥ ਚੱਕ ਕੇ ਦੁਆ ਕਰੀਏ, ਜਿਹੜੇ ਹੱਥ ਚੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ, ਇਹ ਉੱਠ ਕੇ ਖੜ੍ਹੇ ਹੋ ਗਏ। ਉਸੇ ਵੇਲੇ ਹੀਲਿੰਗ ਹੋਈ ਨਾ, ਉਸ ਵੇਲੇ ਚੰਗੇ ਹੋ। ਕਿੰਨਾ ਮੈਸੇਜ ਸੀ ਬੋਲੋ, ਕਿੱਡਾ ਲੰਬਾ ਮੈਸੇਜ ਦਿੱਤਾ। ਸਵਰਦੂਤ ਕਿਉਂ ਆਉਂਦੇ ਆ ਬੋਲੋ, ਕੀ ਦੇਣ ਆਉਂਦੇ ਆ? ਮੈਸੇਜ ਦੇਣ ਆਉਂਦੇ। ਇਹ ਤੁਹਾਡੇ ਤੋਂ ਜ਼ਿਆਦਾ ਮੁਬਾਰਕ ਆ, ਇਹਨੇ ਖੁਦਾ ਦਾ ਜਲਾਲ ਰੂਬਰੂ ਵੇਖਿਆ ਆਮਣੋ ਸਾਹਮਣੇ। ਇਹ ਆ ਉਹ ਮੇਨ ਗੱਲ, ਜਿਹੜੀ ਅਸੀਂ ਜਿਸ ਖੁਦਾ ਦੀ ਇਬਾਦਤ ਕਰਦੇ ਹਾਂ ਉਹ ਮਰਿਆ ਨਹੀਂ। ਬੋਲੋ ਕੀ ਆ, ਬੋਲੋ ਕੀ ਆ, ਜ਼ੋਰ ਦੀ ਬੋਲੀਏ। ਜਿਹਨਾਂ ਦੇ ਮੂੰਹ 'ਚ ਨਹੀਂ ਆਵਾਜ਼ ਆਉਂਦੀ ਉਹ ਵੀ ਬੋਲੀਏ, ਸੁਣੀਏ। ਇਹ ਹੈ ਉਹਦੀ ਭਗਤੀ, ਇਹ ਹੈ ਉਹਦਾ ਪਿਆਰ, ਪਰਮੇਸ਼ੁਰ ਨਾਲ ਪਿਆਰ ਕਰਨ ਲੋਕਾਂ ਦਾ। ਡਾਕਟਰਾਂ ਨੇ ਜਵਾਬ ਦਿੱਤਾ ਪਰ ਉੱਤਰੋਂ ਆਵਾਜ਼ ਆਈ ਹੈ ਕਿ ਜਾ ਸਵਰਗ ਭੇਜਿਆ ਜਾ ਕੇ ਦੱਸ। ਇਹ ਪਤਾ ਕਦੋਂ ਹੋਇਆ? ਜਿਸ ਵੇਲੇ ਤੁਸੀਂ ਬਾਈਬਲ ਨੂੰ ਪੜ੍ਹਦੇ ਨਾ, ਯੋਹਨਾ 5 ਹੈ ਲਿਖਿਆ, ਉਸ ਕੁੰਡ ਵਿੱਚ ਸਵਰਗਦੂਤ ਆ ਕੇ ਪਾਣੀ ਨੂੰ ਕੀ ਕਰਦੇ ਸੀ? ਜਿਹੜਾ ਉੱਥੇ ਪਹਿਲਾਂ ਉੱਤਰ ਜਾਂਦਾ ਸੀ, ਬੋਲੋ ਕੀ ਸੀ, ਉਹ ਕੀ ਸੀ? ਕੌਣ ਹਿਲਾਉਂਦਾ ਸੀ? ਬੋਲੋ ਕੌਣ ਹਿਲਾਉਂਦਾ ਸੀ? ਅੱਜ ਵੀ ਇਹ ਜਿਹੜਾ ਪਾਣੀ ਆ ਬਾਈਬਲ, ਇਹਨੂੰ ਬਾਈਬਲ ਅੱਜ ਦਾ ਜਿਹੜਾ ਬੈਤਸੁਦਾ ਕੁੰਡ ਆ ਸਾਡਾ, ਉਹ ਖੁਦਾ ਦਾ ਕਲਾਮ ਆ। ਜਿਹੜੇ ਅਸੀਂ ਬਾਣੀ ਨੂੰ ਖੋਲ੍ਹ ਕੇ ਹਿਲਾਉਂਦੇ ਹਾਂ ਨਾ, ਹੈਂਜੀ, ਪਰਮੇਸ਼ੁਰ ਦਾ ਵਚਨ ਅੱਜ ਵੀ ਖੋਲ੍ਹਦਾ, ਇਹ ਉਹ ਪਾਣੀ ਵਾਂਗੂ ਕੰਮ ਕਰਦਾ, ਕੁੰਡ ਦਾ ਕੰਮ ਕਰਦਾ। ਜਿੱਥੇ ਇਨਸਾਨ ਉੱਤਰ ਕੇ ਉੱਥੇ ਵਿਸ਼ਵਾਸ ਕਰਨ ਦਾ, ਅਤੇ ਉਹ ਕੀ ਹੋ ਜਾਂਦਾ ਹੈ? ਉਹ ਚੰਗਾ ਹੋ ਜਾਂਦਾ ਹੈ। ਮੇਰੇ ਭੈਣ ਭਰਾਓ, ਮੈਂ ਤਾਂ ਕਰਕੇ ਤੁਹਾਨੂੰ ਇਹ ਗੱਲ ਦੱਸੀ ਆ, ਕਦੀ ਨੜ ਦਿੱਤੇ ਕਦੀ ਵਿਸ਼ਵਾਸ ਨਾ ਕਰਨਾ ਫੋਕੜ ਦੀਆਂ ਗੱਲਾਂ 'ਤੇ। ਉਹਦੇ ਪ੍ਰਮਾਣ ਕੀ ਆ? ਇਹ ਤੁਹਾਡੇ ਸਾਹਮਣੇ ਜੀਵਿਤ ਪ੍ਰਮਾਣ ਆ, ਜੀਵਿਤ ਯਸੂ ਮਸੀਹ ਨੇ ਉੱਤੋਂ ਸਵਰਗ ਭੇਜ ਕੇ ਇਹਨਾਂ ਨੂੰ ਮੈਸੇਜ ਦਿੱਤਾ ਹੈ। ਇਹ 100% ਆ, ਇਹ ਇੱਦਾਂ ਦੀਆਂ ਗਵਾਹੀਆਂ। ਸੁਣੋ, ਖੁਦਾ ਨੇ ਕੀ ਕਿਹਾ, ਕਿੱਥੇ ਚਲਾ ਜਾ? ਮੇਰਾ ਦਾਸ ਕਿੱਥੇ ਰਹਿੰਦਾ? ਬੋਲੋ ਕਿੱਥੇ ਰਹਿੰਦਾ? ਉਹਨੂੰ ਪਤਾ ਆ ਮੇਰਾ ਦਾਸ ਆ, ਮੇਰਾ ਸੇਵਾਦਾਰ ਆ, ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੈ ਨਾ। ਬਦਰੂਹਾਂ ਨੂੰ ਵੀ ਪਤਾ, ਕਹਿੰਦੇ ਖੁਦਾ ਤਾਲੇ ਦੇ ਕੀ ਜਾਂਦੇ ਆ, ਹੈਂਜੀ। ਜਿਹੜੇ ਪੌਲਸੂਲ ਹੁਣ ਜਰਦੇ, ਉਹਨਾਂ ਨੂੰ ਭੂਤਾਂ ਨੂੰ ਵੀ ਪਤਾ ਆ ਕਿ ਇਹ ਖੁਦਾ ਤਾਲੇ ਦੇ ਕੀ ਆ, ਜਿਹੜੇ ਮੁਕਤੀ ਦਾ ਕੀ ਦੱਸਦੇ ਆ, ਪਰ ਵਿਸ਼ਵਾਸੀਆਂ ਨੂੰ ਨਹੀਂ ਪਤਾ ਲੱਗਦਾ ਕਿ ਖੁਦਾ ਦਾ ਬੰਦਾ ਕੌਣ ਆ। ਫਿਰ ਸਾਈਡ 'ਤੇ ਆ ਕੇ ਨਿੰਦਿਆ ਚੁਗਲੀ ਕਰਦੇ ਰੱਬ ਦਾਸ ਦੀ, ਲਾਨਤ ਇਕੱਠੀ ਕਰਦੇ ਪਏ ਨੇ, ਲਾਨਤਾਂ ਇਕੱਠੀਆਂ ਕਰਦੇ ਆਪਣੇ ਪਰਿਵਾਰ ਲਈ ਬੋਲ ਬੋਲ ਕੇ ਨਾ, ਪਾਪ ਬੋਲਦੇ ਆ, ਲਾਨਤ ਇਕੱਠੀ ਕਰਦੇ ਜੀਤੀ ਭੈਣ ਜੀ ਖਿਲਾਫ਼ ਬੋਲ ਬੋਲ ਕੇ। ਫਿਰ ਕਹਿਣਗੇ ਪਤਾ ਨਹੀਂ ਮੁਸ਼ਕਿਲ ਕਿਉਂ ਨਹੀਂ ਸੋਲਵ ਹੁੰਦੀ, ਤੇਰੀ ਸਾਰੀ ਜ਼ਿੰਦਗੀ ਨਹੀਂ ਹੋਣੀ, ਤੇਰੇ ਪਾਪ ਹੀ ਬੜੇ ਗਹਿਰੇ। ਇਹਨੂੰ ਧਿਆਨ ਨਾਲ ਸੁਣੀਏ, ਅੱਜ ਵੀ ਸਵਰਦੂਤ ਉਤਰਦੇ ਆ, ਬੋਲੋ ਅੱਜ ਵੀ ਸਵਰਦੂਤ, ਅਤੇ ਲੋਕਾਂ ਨੂੰ ਛੁਟਕਾਰਾ ਦਿੰਦੇ ਮਸੀਹ ਵਿੱਚ। ਮੇਰੇ ਭੈਣ ਭਰਾਓ ਸੁਣੀਏ ਖਿਆਲਾਂ, ਖੁਦਾ ਦਾ ਵਚਨ 100% ਸੱਚਾ ਆ, 100%, ਪਰ ਇਮਾਨਦਾਰ ਖਰਾ ਉਤਰੇ ਉੱਤੇ ਉਹਦਾ ਜਲਾਲ ਵੇਖੇਗਾ। ਇਹ ਮੈਂ ਸਾ ਤੁਹਾਨੂੰ, ਉਹਦੀ ਕੁਦਰਤ ਨੂੰ ਦੇਖੋਗੇ ਆਪਣੀਆਂ ਫੈਮਲੀਆਂ ਵਿੱਚ। ਪਰ ਕਿਹਨਾਂ ਕਿਹੜੇ ਲੋਕ ਜਿਹੜੇ ਖਰੇ ਉਤਰਨਗੇ ਖਰੇ? ਇਸ ਕਰਕੇ ਮੈਂ ਤੁਹਾਨੂੰ ਇਸ ਕਰਕੇ ਗਵਾਹੀ ਦੱਸੀ ਆ ਕਿ ਪਰਮੇਸ਼ੁਰ ਜਿਹੜਾ ਆ ਉਹਨੇ ਆਪਣੀ ਮਹਿਮਾ ਨੂੰ ਪ੍ਰਗਟ ਕਰਕੇ ਦੱਸਿਆ ਕਿ ਮੈਂ ਅੱਜ ਵੀ, ਮੇਰੇ ਦੂਤ ਜਾਂਦੇ ਹਨ, ਮੇਰਾ ਵਚਨ ਅੱਜ ਵੀ ਕੀ ਹੁੰਦਾ ਹੈ, ਪੂਰਾ ਹੁੰਦਾ ਹੈ। ਬੈਠੀ ਭੈਣ ਜੀ, ਤੁਸੀਂ ਬਿਲਕੁਲ ਠੀਕ ਰਹਿੰਦੇ ਨਾ? ਹਾਂਜੀ ਭਾਜੀ, ਬਿਲਕੁਲ ਠੀਕ। ਹਾਂਜੀ ਠੀਕ। ਮੈਂ ਕੋਈ ਗੱਪਾਂ ਤਾਂ ਨਹੀਂ ਸੁਣਾਈਆਂ? ਨਹੀਂ ਠੀਕ ਆ ਭਾਜੀ। ਹੈਂ? ਹਾਂਜੀ ਗੱਪਾਂ ਮਾਰੀਆਂ? ਨਹੀਂ ਨਹੀਂ ਭਾਜੀ, ਨਹੀਂ। ਸੱਚ ਬੋਲਿਆ? ਹਾਂਜੀ ਠੀਕ। ਹਾਂ, ਖੁਦਾ ਤੁਹਾਨੂੰ ਬਰਕਤ ਦੇ। ਹੁਣ ਆਪਾਂ ਅਗਲੇ ਮੈਸੇਜ ਆਪਣੇ ਚੱਲਾਂਗੇ, ਬੈਠੋ ਬੈਠ ਮੇਰਾ ਪੁੱਤ, ਸੁਣੀਏ ਖਿਆਲ ਨਾ। ਇੱਦਾਂ ਹੀ ਲੁਧਿਆਣੇ ਵਿੱਚ ਵੀ ਇੱਦਾਂ ਹੋਇਆ, ਲੁਧਿਆਣੇ ਵਿੱਚ ਵੀ ਇੱਦਾਂ ਹੋਇਆ। ਇੱਕ ਵਿਅਕਤੀ ਨੂੰ ਉਹਦੀ ਵਾਈਫ ਅੱਛੀ ਨਹੀਂ ਲੱਗਦੀ, ਉਹਦੀ ਵਾਈਫ ਉਹਨੂੰ ਅੱਛੀ ਨਹੀਂ ਲੱਗਦੀ, ਉਹਨੂੰ ਦੂਸਰੇ ਦੀ ਵਾਈਫ ਅੱਛੀ ਲੱਗਦੀ। ਬੋਲੋ, ਆਪਣੀ ਵਾਈਫ ਅੱਛੀ ਨਹੀਂ ਲੱਗਦੀ, ਦੂਸਰੇ ਦੀ ਵਾਈਫ ਕੀ ਲੱਗਦੀ ਹੈ? ਇਹ ਸੰਸਾਰ ਜਿਹੜਾ ਸੰਸਾਰ ਆ, ਇਹ ਸੱਚਾਈ ਆ ਕਿ ਹੁੰਦਾ ਆ ਇੱਦਾਂ, ਇਹ ਗੱਲ ਪੱਕੀ ਆ, ਹੈਂਜੀ। ਬਹੁਤਿਆਂ ਦੇ ਹਸਬੈਂਡ ਅੱਛੇ ਲੱਗਦੇ, ਉਹਨੂੰ ਆਪਣਾ ਦੂਜੇ ਦਾ ਚੰਗਾ ਲੱਗਦਾ। ਬੋਲੋ,
ਆਪਣਾ ਅੱਛਾ ਨਹੀਂ ਲੱਗਦਾ, ਬੋਲੋ ਦੂਜੇ ਦਾ। ਇਹ ਸੰਸਾਰ ਦਾ ਸਿਸਟਮ ਆ, ਸੰਸਾਰ ਦਾ, ਇਹ ਸੰਸਾਰ ਦਾ ਸਿਸਟਮ ਆ। ਇੱਕ ਮਸੀਹੀ ਲਾਈਫ ਇੱਦਾਂ ਦੀ ਆ ਜਿੱਥੇ ਸਾਰੀ ਜ਼ਿੰਦਗੀ ਇਨਸਾਨ ਰੱਬ ਨਾਲ ਜੁੜਿਆ ਹੋਇਆ, ਪੂਰੀ ਉਮਰ ਵਫਾਦਾਰ ਅਤੇ ਇਮਾਨਦਾਰੀ ਨਾਲ ਆਪਣੀ ਫੈਮਿਲੀ ਨਾਲ ਕੀ ਆ ਵਫਾਦਾਰ ਹੁੰਦਾ ਹੈ, ਹੈਂਜੀ, ਉਹ ਇਮਾਨਦਾਰ ਹੁੰਦਾ ਆਪਣੇ ਆਪਣੇ ਆਪਣੀ ਫੈਮਿਲੀ ਨਾਲ। ਉਹ ਪ੍ਰਭੂ ਦੇ ਲੋਕ ਆ, ਬਾਕੀ ਸ਼ੈਤਾਨ ਦੇ ਲੋਕ ਆ। ਇਹ ਖੁਦਾ ਦੇ ਲੋਕ ਆ, ਖੁਦਾ ਦੇ ਲੋਕ ਜਿਹਨੇ ਵਚਨ ਨੂੰ ਜਾਣਿਆ, ਜਿਹਨੂੰ ਮੈਂ ਜੋੜਿਆ ਉਹਨੂੰ ਕੋਈ ਅਲੱਗ ਨਾ ਕਰੇ। ਇਹ ਫੈਸਲਾ ਕੀਤਾ ਬਾਈ ਜੀ, ਸਾਰੀ ਜ਼ਿੰਦਗੀ ਕਿਹਨਾਂ ਕੱਟਣੀ ਹੈ, ਨੇਮ ਬੰਨਿਆ। ਪਾਦਰੀ ਸਾਹਿਬ ਪੁੱਛੇ ਦੁੱਖ ਸੁੱਖ ਵਿੱਚ, ਕਹਿੰਦਾ ਹਾਂਜੀ, ਹਾਂਜੀ। ਲੜਕੀ ਨੂੰ ਪੁੱਛਿਆ ਤੂੰ ਵੀ, ਉਹ ਵੀ ਕਹਿੰਦੀ ਹਾਂਜੀ। ਉਹ ਸਿਰਫ ਸ਼ਬਦਾਂ ਨਾਲ ਹੀ ਆ ਉੱਥੇ ਵਿਆਹ ਦੇ ਵਿੱਚ, ਬਾਕੀ ਸਾਰੀ ਜ਼ਿੰਦਗੀ ਜਿਹੜੇ ਮਸੀਹ ਵਿੱਚ ਨਹੀਂ ਆ ਉਹ ਆਪਸ 'ਚ ਭਿੜਦੇ ਰਹਿੰਦੇ ਹਨ। ਜਿਹੜੇ ਸੱਚੇ ਮਸੀਹ ਹਨ ਉਹ ਯਾਦ ਕਰਦੇ ਕਿ ਮੈਂ ਫੈਸਲਾ ਕੀਤਾ, ਵਾਚਾ ਬਣੀ ਪ੍ਰਭੂ ਨਾਲ, ਉਹਦੀ ਬੇਦੀ 'ਤੇ ਰੱਬ ਦਾਸ ਨੇ ਦੁਆ ਕੀਤੀ ਸੀ ਕਿ ਜ਼ਿੰਦਗੀ ਭਰ ਮੈਂ ਕਿਰਨ ਆਪਣੇ ਜੀਵਨ ਸਾਥੀ ਨਾਲ। ਉਹ ਯਾਦ ਨਹੀਂ ਰਹਿੰਦਾ, ਇਸੇ ਕਰਕੇ ਘਰ 'ਚ ਮੁਸ਼ਕਲ ਰਹਿੰਦੀ, ਅਸੀਂ ਉਹਨੂੰ ਛੱਡ ਦੇਈਦਾ। ਠੀਕ ਆ, ਮੈਂ ਖਿਆਲ ਆ ਸੁਣੀਏ, ਜਿਹੜੀ ਬਾਈਬਲ ਦੀ ਗੱਲ ਮੈਂ ਤੁਹਾਨੂੰ ਲੈ ਕੇ ਜਾ ਰਿਹਾ, ਕਿੱਥੇ ਲੈ ਕੇ ਜਾ ਰਿਹਾ ਤੁਹਾਨੂੰ, ਇਹਨੂੰ ਬਹੁਤ ਖਿਆਲ ਸੁਣੋ। ਇਹ ਆ ਇਮਾਨਦਾਰ ਅਤੇ ਵਫਾਦਾਰ। ਬਹੁਤਿਆਂ ਦੇ ਮੈਂ ਤਾਂ ਦੇਖਿਆ ਬੱਚੇ ਨਹੀਂ ਨਾ ਹੋਏ, ਬੱਚੇ ਨਹੀਂ ਹੋਏ, ਉਹਨਾਂ ਪਹਿਲਾਂ ਕੀਤਾ, ਸੈਕਿੰਡ ਮੈਰਿਜਾਂ ਕੀਤੀਆਂ, ਪਹਿਲੀ ਵਾਈਫ ਤਿਆਗ ਦਿੱਤੀ, ਪਹਿਲੀ ਤਿਆਗ ਦਿੱਤੀ ਉਹਨਾਂ ਨੇ। ਜੇ ਬੰਦੇ 'ਚ ਕਿਤੇ ਨੁਕਸ ਆਇਆ ਤਾਂ ਉਹਨੇ ਆਪਣਾ ਹਸਬੈਂਡ ਤਿਆਗ ਦਿੱਤਾ, ਕਿਉਂਕਿ ਮੈਨੂੰ ਤਾਂ ਤਕਰੀਬਨ, ਮੈਂ ਤਾਂ ਪ੍ਰਚਾਰਕ ਹਾਂ, 30 ਸਾਲ ਹੋ ਗਏ ਮੈਨੂੰ, 31 ਮੈਂ ਜਾ ਰਿਹਾ, 31 ਸਾਲ ਤੋਂ ਮੈਂ ਤਾਂ ਬਹੁਤ ਕੁਛ ਵੇਖਿਆ ਆਪਣੀ ਲਾਈਫ ਦੇ 'ਚ ਨਾ, ਉਹਨੇ ਛੱਡਤਾ। ਲੇਕਿਨ ਅੱਜ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਮੇਰਾ ਖੁਦਾ ਜਿਹਦੀ ਅਸੀਂ ਇਬਾਦਤ ਕਰਦੇ ਹਾਂ, ਹੈਂਜੀ, ਬਾਈਬਲ ਕਹਿੰਦੀ ਉਹ ਬੁਢਾਪੇ ਤੱਕ ਤੇਰਾ ਉਹੀ ਪਰਮੇਸ਼ਰ ਆ, ਉਹ ਤੈਨੂੰ ਕਦੀ ਵੀ ਛੱਡਣ ਵਾਲਾ, ਪਰ ਤੂੰ ਵਫਾਦਾਰ ਰਹਿ ਉਹਦੇ 'ਚ। ਪਰਮੇਸ਼ਰ ਨਹੀਂ ਛੱਡੇਗਾ, ਬੀਬੀ ਵੀ ਛੱਡ ਕੇ ਜਾ ਸਕਦੀ ਹੈ, ਹਸਬੈਂਡ ਵੀ ਕਿਸੇ ਛੱਡ ਕੇ ਜਾ ਸਕਦਾ ਹੈ। ਸੁਣੀਏ, ਵਿਸ਼ਵਾਸੀ ਪਾਸਟਰ ਨੂੰ ਛੱਡ ਕੇ ਜਾ ਸਕਦੇ ਆ ਜਿਹੜੇ ਖਰੇ ਨਹੀਂ, ਖੁਦਾ ਪ੍ਰਸਤ ਨਹੀਂ ਆ, ਸ਼ੈਤਾਨੀ ਬੱਚੇ ਕਹਿ ਸਕਦਾ ਉਹਨੂੰ, ਉਹ ਵੀ ਜਾ ਸਕਦੇ ਆ, ਪਰ ਖਰਾ ਉਹਦੇ ਕਲਾਮ 'ਤੇ ਕੀ ਆ, ਖੜਾ ਰਹੇਗਾ। ਇਹਨੂੰ ਖਿਆਲ ਆ, ਸੁਣੀਏ, ਬਾਈਬਲ ਦੀ ਗੱਲ ਕਰ ਰਿਹਾ। ਆਈਏ ਨਿਆਂਈਆਂ ਦੀ ਪੁਸਤਕ, ਸਾਡਾ ਮੈਸੇਜ ਜਿਹੜਾ ਆ ਕਿ ਸਵਰਗ ਤੋਂ ਆਉਂਦੇ ਆ। ਆਈਏ ਨਿਆਂਈਆਂ ਦੀ ਪੁਸਤਕ, ਹਾਂਜੀ, 13 ਚੈਪਟਰ ਦੀ ਪਹਿਲੀ ਆਇਤ ਪੜ੍ਹੀਏ, ਇਹ ਮੈਂ ਤੁਹਾਨੂੰ ਦੱਸ ਰਿਹਾ। ਆਈਏ ਨਿਆਂਈਆਂ ਦੀ ਪੁਸਤਕ। ਇਜ਼ਰਾਈਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫਿਰ ਬਦੀ ਕੀਤੀ। ਅੱਜ ਵੀ ਵਿਸ਼ਵਾਸੀ ਪਰਮੇਸ਼ਰ ਦੀ ਨਿਗਾਹ 'ਚ ਪਾਪ ਕਰਦਾ ਰਹਿੰਦਾ ਅਤੇ ਫਿਰ ਕਹਿੰਦਾ ਮੈਂ ਦੁਆ ਕੀਤੀ ਸੀ, ਇੰਨੀ ਦੁਆ ਕਰਦੇ ਹਾਂ, ਦੁਆ ਦੇ ਨਾਲ ਨਾਲ ਤੂੰ ਪਾਪ ਵੀ ਕਰਦਾ, ਇਹਨਾਂ ਚੇਤੇ ਰੱਖਿਆ ਕਰ। ਜਿੱਥੇ ਤੇਰੀ ਦੁਆ ਜਾਂਦੀ ਨਾ, ਜਿਵੇਂ ਯਸੂਫ ਸੀ ਨੇ ਕਿਹਾ, ਇਹਨਾਂ ਨੇ ਕਮਾਈ ਕੀਤੀ ਅਤੇ ਪੈਸਾ ਕਿੱਥੇ ਪਾਤਾ, ਬੋਲੀਏ, ਹਬਕੂਬ ਕਹਿੰਦਾ, ਹਬਕੂਬ ਕਹਿੰਦਾ ਪੈਸਾ ਤੁਸੀਂ ਆਪਣੀ ਪਾਟੀ ਹੋਈ ਜੇਬ 'ਚ ਪਾਇਆ, ਇੱਧਰੋਂ ਪਾਇਆ ਅਤੇ ਮੋਰੀ ਥਾਣੀ ਕੀ ਹੋ ਗਿਆ। ਇਹੋ ਜਿਹੀ ਪ੍ਰਾਰਥਨਾ ਵਾਲੇ ਵਿਸ਼ਵਾਸੀ ਨੇ ਪ੍ਰਾਰਥਨਾ ਕੀਤੀ ਆ, ਤੇਰੀ ਪ੍ਰਾਰਥਨਾ ਦੇ ਨਾਲ ਤੂੰ ਪਾਪ ਵੀ ਕੀਤਾ ਆ, ਇਸੇ ਕਰਕੇ ਤੈਨੂੰ ਜਵਾਬ ਆਉਣ ਵਾਲਾ ਨਹੀਂ ਹੈ। ਜਿਹੜੇ ਤੂੰ 2 ਘੰਟੇ 1.5 ਘੰਟਾ ਬਰਬਾਦ ਕੀਤਾ ਨਾ ਸ਼ਾਮ ਨੂੰ ਬਹਿ ਕੇ, ਤੂੰ ਨਾਲ ਪਾਪ ਕੀਤਾ, ਉਹਦਾ ਜਵਾਬ ਨਹੀਂ ਆਉਣਾ। ਚਾਹੇ ਰੋਜ਼ ਕਰ, ਰੋਜ਼ ਕਰ। ਕਿਸੇ ਨੇ, ਇੱਕ ਰਾਈਟਰ ਨੇ ਆਪਣੀ ਪੁਸਤਕ 'ਚ ਦਾ ਲਿਖਿਆ, ਕਹਿੰਦਾ ਕਿਸੇ ਨੇ ਚਿੱਕੜ 'ਚ ਖੜ੍ਹੇ ਹੋ ਕੇ ਉੱਤੇ ਪਾਣੀ ਪਾਇਆ, ਬਾਲਟੀਆਂ ਦੀਆਂ ਬਾਲਟੀਆਂ ਪੈ ਗਈਆਂ ਚਿੱਕੜ ਵਿੱਚ, ਪਰ ਪੈਰ ਸਾਫ਼। ਬੋਲੋ, ਚਿੱਕੜ 'ਚ ਖਲੋ ਕੇ ਤੁਸੀਂ ਪਾਣੀ ਜਿੰਨਾ ਮਰਜ਼ੀ ਪਾਓ, ਪੈਰ ਕਦੀ ਸਾਫ਼। ਪਾਪ 'ਚ ਰਹਿ ਕੇ ਦੁਆ ਕਰੋ ਅਤੇ ਦੁਆ ਦਾ ਕਿਸੇ ਦਾ ਕੋਈ ਜਵਾਬ ਨਹੀਂ ਆ। ਇਹ ਨੋਟ ਕਰ ਲਓ, ਵਰਤ ਰੱਖੋ, ਜੋ ਮਰਜ਼ੀ ਰੱਖੋ, ਜਵਾਬ ਨਹੀਂ ਆਉਣਾ। ਲੇਕਿਨ ਇੱਥੇ ਲਿਖਿਆ ਇਸਰਾਇਲੀਆਂ ਨੇ ਕੀ ਕੀਤਾ, ਪੜ੍ਹੀਏ, ਇਸਰਾਇਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫਿਰ ਬਦੀ ਕੀਤੀ। ਇਸਰਾਇਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫਿਰ ਕੀ ਕੀਤੀ, ਫਿਰ ਬਦੀ ਕੀਤੀ, ਅਤੇ ਯਹੋਵਾ ਨੇ ਉਹਨਾਂ ਨੂੰ 40 ਵਰ੍ਹਿਆਂ ਤੋੜੀ ਫਲਿਸਤੀਆਂ ਦੇ ਹੱਥ ਸੌਂਪ ਦਿੱਤਾ। ਹੁਣ ਤੁਸੀਂ ਦੇਖੋ, ਪਾਪ ਕਰਨ ਵਾਲੇ ਨੂੰ ਪਰਮੇਸ਼ੁਰ ਸ਼ੈਤਾਨ ਦੇ ਹੱਥ ਕੀ ਕਰ ਦਿੰਦਾ ਹੈ, ਸੌਂਪ ਦਿੰਦਾ। ਉਹਦਾ ਤਾਂ ਥਮੋਥੇ ਖਾਚੀ ਵੀ ਗੱਲ ਲਿਖੀ ਆ, ਇਹ ਗੱਲ ਥਮੋਥੇ ਖਾਚੀ ਲਿਖੀ ਆ ਕਿ ਜਿਹੜਾ ਪਾਪ ਕਰਦਾ, ਪੌਲਸ ਸੋਨੇ ਕਿਹਾ ਉਹਨੂੰ ਸ਼ੈਤਾਨ ਦੇ ਗੋਚਰੇ ਕਰ ਦਿਉ, ਆਪੇ ਦੁੱਖ ਪਾ ਕੇ ਮਨ ਫਿਰਾਏਗਾ। ਉਹਨੂੰ ਕਹਿਣਾ ਚਾਹੀਦਾ, ਪ੍ਰਭੂ ਜੀ ਉਸ ਭਾਈ ਨੂੰ, ਉਸ ਫੈਮਿਲੀ ਨੂੰ ਮੈਂ ਸ਼ੈਤਾਨ ਦੇ ਹੱਥਾਂ 'ਚ ਸੌਂਪ ਦਿੰਦਾ ਹਾਂ। ਬੁਰਾ ਲੱਗੇਗਾ ਉਸ ਫੈਮਿਲੀ ਨੂੰ, ਉਹ ਜਵਾਨ ਬੱਚੇ ਨੂੰ ਵੀ ਬੁਰਾ ਲੱਗੇਗਾ ਜਿਹੜੇ ਗੱਲ ਮੈਂ ਕਹੂੰਗਾ,
ਪ੍ਰਭੂ ਇਸ ਤੇਰੇ ਜਵਾਨ ਬੇਟੇ ਨੂੰ ਮੈਂ ਸ਼ੈਤਾਨ ਦੇ ਹੱਥ 'ਚ ਸੌਂਪ ਦਿੰਦਾ। ਅੱਛਾ ਥੋੜ੍ਹਾ ਲੱਗੇਗਾ, ਨਾ ਉਹਦੀ ਮਾਂ ਨੂੰ ਚੰਗਾ ਲੱਗੇਗਾ, ਨਾ ਉਹਦੇ ਡੈਡੀ ਨੂੰ। ਪਤਾ ਕਿਉਂ? ਉਹ ਚਾਹੁੰਦੇ ਨੇ ਉਹਦੇ ਮੰਮੀ ਡੈਡੀ ਕਿ ਇਹਦਾ ਜੀਵਨ ਬਦਲ ਜਾਏ। ਮੰਮੀ ਡੈਡੀ ਨਹੀਂ ਚਾਹੁੰਦੇ, ਸ਼ਬਦਾਂ ਨਾਲ ਚਾਹੁੰਦੇ ਗੱਲਾਂ ਨਾਲ ਬਦਲ ਜਾਏ। ਬਾਈਬਲ ਕਹਿੰਦੀ, ਬਾਈਬਲ ਪੌਲਸ ਰਸੂਲ ਨੇ ਪੱਤਰ 'ਚ ਲਿਖਿਆ, ਪੌਲਸ ਰਸੂਲ ਨੇ ਅਤੇ ਮੋਦੇ ਖਾਤੇ ਲਿਖਿਆ, ਇਹ ਜੋ ਉਹਨੂੰ ਸ਼ੈਤਾਨ ਦੇ ਗੋਚਰੇ ਕਰੋ ਤਾਂ ਕਿ ਦੁਸ਼ਕਤੀਆਂ ਉਹਨੂੰ ਉਸਦੇ ਸਤਾਪ 'ਚ ਉਹਨੂੰ ਦੇ ਕੇ ਉਹਨੂੰ ਮਨ ਫਰਾਂਦਾ ਕੀ ਦੇਣ, ਅਫਸਰ ਦੇਣ। ਬਹੁਤੇ ਲੋਕਾਂ ਨੂੰ ਬੁਰੀ ਗੱਲ ਲੱਗਦੀ ਹੈ, ਯਾਰ ਉਹ ਪਾਦਰੀ ਹੈ ਕੋਈ, ਪਾਸਟਰ ਹੈ ਕੋਈ ਜਿਹੜਾ ਕਹਿੰਦਾ ਤੇਰੇ ਬੱਚੇ ਨੂੰ ਮੈਂ ਸ਼ੈਤਾਨ ਦੇ ਹੱਥ ਸੌਂਪਦਾ। ਤੂੰ ਸ਼ੁਕਰ ਕਰ ਕਿ ਕਹਿ ਪ੍ਰਭੂ ਬਹੁਤ ਅੱਛਾ, ਤਾੜਨਾ ਪਾ ਕੇ ਮੁੜੇਗਾ। ਬੁਰਾ ਲੱਗਦਾ ਪਰ ਅਸਲ 'ਚ ਬਾਈਬਲ ਦੀ ਗੱਲ ਇਹੀ ਹੈ। ਜਿਹੜੇ ਬਾਈਬਲ ਨੂੰ ਮੰਨਦੇ ਉਹ ਨਹੀਂ ਬੁਰਾ ਮੰਨਦੇ, ਜਿਹੜੇ ਖੁਦਾ ਨੂੰ ਨਹੀਂ ਮੰਨਦੇ ਉਹਨਾਂ ਨੂੰ ਬੁਰਾ ਲੱਗਦਾ। ਇਹ ਗੱਲ ਧਿਆਨ ਸੁਣੋ, ਇੱਥੇ ਲਿਖਿਆ ਉਹਨਾਂ ਨੇ ਕੀ ਕੀਤਾ, ਪਾਪ ਕੀਤਾ ਅਤੇ ਪਰਮੇਸ਼ੁਰ ਨੂੰ ਸ਼ੈਤਾਨ ਦੇ ਕੀ ਕਰਤਾ, ਹਵਾਲੇ ਕਰਤਾ। ਪੜ੍ਹੀਏ, ਦਾਨ ਦੇ ਟੱਬਰ ਵਿੱਚੋਂ ਇੱਕ ਜਣਾ ਮਾਨੋ ਆਹ ਨਾਮੇ ਸਾਰਾ ਦਾ ਸੀ, ਉਹਦੀ ਪਤਨੀ ਬਾਂਝ ਸੀ ਅਤੇ ਉਹ ਕੋਈ ਬਾਲ ਨਾ ਜਣੀ। ਯਹੋਵਾ ਦੇ ਦੂਤ ਨੇ ਉਸ ਤੀਵੀਂ ਨੂੰ ਦਰਸ਼ਨ ਦੇ ਕੇ ਆਖਿਆ, ਵੇਖ ਤੂੰ ਬਾਂਝ ਹੈ ਅਤੇ ਜਾਣਦੀ ਨਹੀਂ, ਪਰ ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ। ਸੋ ਹੁਣ ਧਿਆਨ ਰੱਖੀ ਅਤੇ ਦਾਖਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਅਸ਼ੁੱਧ ਵਸਤਾਂ ਨਾ ਖਾਵੀਂ, ਕਿਉਂ ਜੋ ਵੇਖ ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ। ਇਹਦੇ ਕੋਲ ਕੌਣ ਆਇਆ ਸੀ? ਦੂਤ। ਬੋਲੋ ਕੌਣ ਆਇਆ? ਦੇਖੋ ਦੂਤ, ਬੋਲੋ ਕੌਣ ਆਇਆ? ਕੀ ਇਕੱਲੀਆਂ ਲਿਖਤਾਂ ਹੀ ਰਹਿ ਗਈਆਂ ਬਾਈਬਲ ਦੀਆਂ? ਬਾਈਬਲ ਦੀਆਂ ਲਿਖਤਾਂ ਨਹੀਂ, ਇਹ ਉਹ ਕਿਤਾਬ ਆ ਜਿਹੜੀ ਲਿਖਤਾਂ ਨੂੰ ਕੀ ਕਰਦੀ ਆ, ਪ੍ਰਮਾਣਾਂ ਦੁਆਰਾ ਚਿੰਨ੍ਹਾਂ ਦੁਆਰਾ ਸਾਬਤ ਕਰਦੀ ਆ ਆਪਣੇ ਕੰਮਾਂ ਨੂੰ। ਸਵਰਦੂਤ ਆਇਆ, ਉਹਨੇ ਆ ਕੇ ਕਿਹਾ ਤੂੰ ਬਾਂਝ ਆ, ਤੇਰੀ ਕੋਈ ਬੇਬੀ ਨਹੀਂ ਆ, ਲੇਕਿਨ ਤੂੰ ਬੱਚਾ ਜਣੇਗੀ। ਔਰ ਕੀ ਲਿਖਿਆ? ਕਿਉਂ ਜੋ ਵੇਖ ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ, ਔਰ ਉਹਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ, ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ। ਸੁਣੀਏ, ਜਿਹੜੇ ਮਾਂ ਦੇ ਗਰਭ ਤੋਂ ਚੁਣੇ ਹੋਏ ਬੱਚੇ ਆ, ਬਾਈਬਲ 'ਚ ਲਿਖਿਆ ਉਹਨਾਂ ਨੂੰ ਕਿਹਾ ਆ ਕਿ ਤੁਸੀਂ ਕੇਸ ਨਹੀਂ ਰੱਖਣੇ। ਬੋਲੋ, ਤੁਸੀਂ ਕੇਸ ਰੱਖਣੇ ਆ? ਕੇਸ ਰੱਖਣੇ ਕਿ ਨਹੀਂ ਰੱਖਣੇ? ਬੋਲੋ, ਤੁਸੀਂ ਕੇਸ, ਬੋਲੋ ਤੁਸੀਂ ਕੇਸ, ਇੱਦਾਂ ਲਿਖਿਆ ਨਹੀਂ, ਇੱਦਾਂ ਲਿਖਿਆ ਤੇਰਾ ਬੱਚਾ ਪੈਦਾ ਹੋਏਗਾ, ਇਹਦੇ ਬਾਲ ਉਸ ਤਰ੍ਹਾਂ ਨਾ ਲੱਗੇ, ਇਹ ਮਾਂ ਦੇ ਗਰਭ ਤੋਂ ਨਜ਼ੀਰ ਹੋਏਗਾ, ਮਖਸੂਸ ਕੀਤਾ ਹੋਏਗਾ ਤੇਰਾ ਬੇਟਾ। ਔਰ ਕੀ ਲਿਖਿਆ? ਅਤੇ ਉਹ ਫਲਿਸਤੀਆਂ ਦੇ ਹੱਥੋਂ ਇਜ਼ਰਾਈਲੀਆਂ ਦਾ ਬਚਾਓ ਕਰਨ ਲੱਗੇਗਾ। ਇਹ ਜਿਹੜੇ ਮਾਂ ਦੇ ਘਰ ਚੋਂ ਚੁਣੇ ਬੱਚੇ ਆ, ਇਹ ਫਲਿਸਤੀਆਂ ਦੇ ਹੱਥੋਂ ਇਜ਼ਰਾਈਲ ਨੂੰ ਕੀ ਕਰੇਗਾ? ਬਚਾਏਗਾ, ਬਚਾਏਗਾ। ਔਰ ਤਦ ਉਸ ਤੀਵੀਂ ਨੇ ਆਪਣੇ ਪਤੀ ਨੂੰ ਆਣ ਆਖਿਆ, ਜੋ ਇੱਕ ਪਰਮੇਸ਼ਵਰ ਦਾ ਬੰਦਾ ਮੇਰੇ ਕੋਲ ਆਇਆ। ਇਹਨੇ ਪਹਿਚਾਣਿਆ ਨਹੀਂ, ਕਹਿੰਦੀ ਇੱਕ ਬੰਦਾ ਆਇਆ ਮੇਰੇ ਕੋਲ ਪਰਮੇਸ਼ਵਰ ਦਾ। ਉਹਦੀ ਡੋਲ ਪਰਮੇਸ਼ਵਰ ਦੇ ਦੂਤ ਦੀ ਡੋਲ ਵਰਗੀ ਸੀ, ਡਾਢੀ ਡਰਾਉਣੀ ਸੀ, ਡਾਢਾ ਸੋਹਣਾ ਸੀ। ਅਤੇ ਮੈਂ ਉਸਨੂੰ ਨਹੀਂ ਪੁੱਛਿਆ ਜੋ ਤੂੰ ਕਿੱਥੋਂ ਦਾ ਹੈ, ਅਤੇ ਉਸਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ। ਮੈਂ ਇਹਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ? ਹਾਂਜੀ, ਉਹਨੇ ਵੀ ਦੱਸਿਆ, ਤੇ ਉਹਨੇ ਵੀ ਦੱਸਿਆ ਮੈਂ ਕੌਣ। ਪਰ ਉਸਨੇ ਮੈਨੂੰ ਆਖਿਆ, ਹਾਂ ਵੇਖ ਤੂੰ ਗਰਭਣੀ ਹੋਵੇਂਗੀ ਅਤੇ ਪੁੱਤਰ ਜਣੇਗੀ, ਸੋ ਹੁਣ ਤੂੰ ਦਾਖਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀਂ ਅਤੇ ਨਾ ਕੋਈ ਸ਼ੁੱਧ ਵਸਤ ਖਾਵੀਂ, ਕਿਉਂ ਜੋ ਮੁੰਡਾ ਢਿੱਡ ਤੋਂ ਹੀ ਮਰਨ ਦੇ ਦਿਨ ਤੋੜੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ। ਤਦ ਮਨੁਆ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ ਅਜਿਹਾ ਕਰ ਜੋ ਉਹ ਪਰਮੇਸ਼ਵਰ ਦਾ ਬੰਦਾ ਜਿਹਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ। ਹੁਣ ਇੱਕ ਦਰਖਾਸਤ ਆ ਜਿਹੜੀ ਸੁਣੀ ਗਈ, ਇਹ ਪਰਮੇਸ਼ਵਰ ਉਹੀ ਵਿਅਕਤੀ ਫਿਰ ਕੀ ਆ, ਵਾਪਸ ਆਵੇ, ਵਾਪਸ ਆਏ ਅਤੇ ਸਾਨੂੰ ਦੱਸੇ। ਔਰ ਫਿਰ ਜਿਹੜਾ ਮੁੰਡਾ ਜੰਮੇਗਾ, ਹਾਂ ਉਸ ਨਾਲ ਅਸੀਂ ਕਿੱਕਰ ਕਰੀਏ। ਪਰਮੇਸ਼ਵਰ ਨੇ ਮਾਨੋਆ ਦੀ ਆਵਾਜ਼ ਸੁਣੀ ਅਤੇ ਪਰਮੇਸ਼ਵਰ ਦਾ ਦੂਤ ਉਸ ਤੀਵੀਂ ਕੋਲ ਪਹਿਲੀ ਵਿੱਚ ਬੈਠਿਆ ਹੋਇਆ ਫਿਰ ਆਇਆ, ਫਿਰ ਅਰਦਾਸ ਕੀਤੀ, ਫਿਰ ਉਹ ਦੂਤ ਵਾਪਸ ਆਇਆ। ਔਰ ਫਿਰ ਔਰ ਉਸ ਵੇਲੇ ਉਸਦਾ ਪਤੀ ਮਾਨੋਆ ਉਸਦੇ ਕੋਲ ਨਹੀਂ ਸੀ। ਉਸ ਵਕਤ ਉਹਦਾ ਪਤੀ ਮਾਨੋਆ ਉਹਦੇ ਕੋਲ ਨਹੀਂ ਸੀ, ਨਹੀਂ ਸੀ। ਸੋ ਉਸ ਤੀਵੀਂ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਉਹਨੂੰ ਆਖਿਆ, ਵੇਖ ਉਹ ਗੱਲ ਕਿਤੇ ਹਵਾ ਨੇ ਕੀਤੀ ਹੁੰਦੀ ਨਾ ਉਤਪਤੀ ਵਿੱਚ ਹੋਈ, ਤੇ ਸ਼ਾਇਦ ਕਹਿੰਦੀ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਹਾਂ ਪਦੇਸ਼ 'ਚ, ਜੇ ਕਹਿੰਦੀ ਤੇ ਲੈਦਾ ਕਦੀ ਵੀ ਫਲ ਨਹੀਂ ਸੀ ਖਾਣਾ। ਬੋਲੋ, ਕਦੀ ਵੀ ਫਲ ਨਹੀਂ ਸੀ ਖਾ ਸਕਦੀ। ਪਤੀ ਤੋਂ ਬਿਨਾਂ ਕਈ ਕਾਰਜ ਔਰਤਾਂ ਆਪ ਹੀ ਕਰਦੀਆਂ,
ਤੇ ਸਮੱਸਿਆ ਨੂੰ ਕੀ ਕਰ ਦਿੰਦੀਆਂ ਪੈਦਾ ਕਰ ਦਿੰਦੀਆਂ। ਆਪ ਹੀ ਕੁਛ ਕੰਮ ਕਰਦੀਆਂ ਆਪਣੇ ਘਰਾਂ ਵਿੱਚ ਔਰਤਾਂ ਅਤੇ ਮੁਸ਼ਕਲ ਪੈਦਾ ਕਰ ਦਿੰਦੀ। ਉਤਪਤੀ ਕਿਤਾਬ ਦੇ ਵਿੱਚ ਪਹਿਲੀ ਕਿਤਾਬ 'ਚ ਦੇ ਲਿਖਿਆ ਉੱਥੇ ਪਰੇਸ਼ਾਨੀ ਆਈ, ਵੱਡਾ ਕਸ਼ਟ ਆਇਆ। ਉਹ ਚੰਗੀ ਹੁੰਦੀ ਤਾਂ ਇਹ ਦੌੜਦੀ, ਜਾਂ ਮਨੁਹਾ ਕੋ ਦੌੜੀ, ਹਵਾ ਵੀ ਦੌੜ ਕੇ ਕਹਿੰਦੀ ਮੈਂ ਆਦਮ ਕੋ ਦੌੜ ਕੇ ਜਾਂਦੀ ਹਾਂ, ਔਰ ਕਹਿੰਦੀ ਕਿ ਕੋਈ ਆਇਆ, ਉਹ ਕਹਿੰਦਾ ਕੀ ਖਾਲਾ, ਉਹ ਫਲ ਖਾਲਾ। ਇਹ ਸਿਆਣੀ ਆ, ਇਹ ਦੌੜ ਕੇ ਗਈ ਔਰ ਕੀ ਕਹਿੰਦੀ ਉਹ ਬੰਦਾ ਕੀ ਆ, ਫਿਰ ਆਇਆ। ਔਰ ਫਿਰ ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਹਾਂ, ਸੋ ਹੁਣ ਫਿਰ ਮੈਨੂੰ ਦਿਸ ਪਿਆ, ਉਹ ਫਿਰ ਮੈਨੂੰ ਦਿਸ ਪਿਆ, ਤਾਂ ਮਨੁਹਾ ਉੱਠ ਕੇ ਆਪਣੀ ਪਤਨੀ ਦੇ ਮਗਰ ਤੁਰਿਆ। ਮਨੁਹਾ ਆਪਣੀ ਪਤੀ ਦੇ ਕੀ, ਪਤਨੀ ਦੇ ਕੀ ਹੋਇਆ, ਮਗਰ ਤੁਰਿਆ, ਮਗਰ ਤੁਰਿਆ, ਅਤੇ ਉਸ ਮਨੁੱਖ ਕੋਲ ਆਇਆ, ਉਸ ਮਨੁੱਖ ਕੋਲ ਆਇਆ, ਅਤੇ ਉਸਨੂੰ ਆਖਣ ਲੱਗਾ, ਉਹਨੂੰ ਆਖਣ ਲੱਗਾ ਕਿ ਤੂੰ ਉਹ ਮਨੁੱਖ ਹੈ, ਕਿ ਤੁਸੀਂ ਉਹੀ ਮਨੁੱਖ ਹੋ ਜਿਸਨੇ ਇਸ ਤੀਵੀ ਨਾਲ ਗੱਲਾਂ ਕੀਤੀਆਂ, ਜਿਹਨੇ ਮੇਰੀ ਵਾਈਫ ਨਾਲ ਗੱਲਾਂ ਕੀਤੀਆਂ। ਉਸਨੇ ਆਖਿਆ ਮੈਂ ਉਹ ਹਾਂ, ਉਹਨੇ ਕਿਹਾ ਮੈਂ ਉਹੀ ਹਾਂ। ਤਦ ਮਨੁਹਾ ਨੇ ਆਖਿਆ, ਹਾਂ, ਜਿਕਰ ਤੈਂ ਆਖਿਆ ਹੈ ਉੱਕਰ ਹੀ ਹੋਵੇ, ਹਾਂ, ਪਰ ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ। ਯਹੋਵਾ ਦੇ ਦੂਤ ਨੇ ਮਨੁਹਾ ਨੂੰ ਆਖਿਆ, ਉਹਨਾਂ ਸਭਨਾਂ ਵਸਤਾਂ ਤੋਂ ਜੋ ਮੈਂ ਆਖੀਆਂ ਹਨ ਇਹ ਤੀਵੀਂ ਸੰਗ ਕੇ ਰਹੇ, ਕੋਈ ਅਜਿਹੀ ਵਸਤ ਜੋ ਦਾਖਦੀ ਹੋਵੇ ਸੋ ਇਹ ਨਾ ਖਾਵੇ, ਅਤੇ ਦਾਖਰਸ ਜਾਂ ਕੋਈ ਅਮਲ ਨਾ ਪੀਵੇ, ਅਤੇ ਅਸ਼ੁੱਧ ਵਸਤ ਨਾ ਖਾਵੇ। ਇਹਨਾਂ ਸਭਨਾਂ ਆਗਿਆਂ ਦਾ ਚੇਤਾ ਰੱਖੇ ਜੋ ਮੈਂ ਉਸਨੂੰ ਆਖੀਆਂ ਹਨ। ਤਾਂ ਮਨੁਹਾ ਨੇ ਯਹੋਵਾ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ ਵੀ ਅਸੀਂ ਤੇਰੇ ਲਈ ਇੱਕ ਪਠੋਰਾ ਤਿਆਰ ਕਰੀਏ। ਤਾਂ ਯਹੋਵਾ ਦੇ ਦੂਤ ਨੇ ਮਨੁਹਾ ਨੂੰ ਉੱਤਰ ਦਿੱਤਾ, ਭਾਵੇਂ ਤੂੰ ਮੈਨੂੰ ਅਟਕਾ ਵੀ ਛੱਡੇ ਤਾਂ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ, ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣੀ ਚਾਹੁੰਦਾ ਹੈ ਤਾਂ ਤੈਨੂੰ ਯਹੋਵਾ ਦੇ ਅੱਗੇ ਚੜ੍ਹਾਉਣੀ ਲੋੜੀਂਦੀ ਹੈ, ਕਿਉਂ ਜੋ ਮਨੁਹਾ ਨੂੰ ਇਹ ਖਬਰ ਨਹੀਂ ਸੀ ਜੋ ਉਹ ਯਹੋਵਾ ਦਾ ਦੂਤ ਹੈ। ਫਿਰ ਮਨੁਹਾ ਨੇ ਯਹੋਵਾ ਦੇ ਦੂਤ ਨੂੰ ਆਖਿਆ, ਆਪਣਾ ਨਾਂ ਦੱਸ ਵੀ ਜਿਸ ਵੇਲੇ ਤੇਰਾ ਆਖਿਆ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਭਾਵ ਕਰੀਏ। ਤਾਂ ਯਹੋਵਾ ਦੇ ਦੂਤ ਨੇ ਉਸਨੂੰ ਕਿਹਾ, ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਮੇਰਾ ਨਾਂ ਤਾਂ ਅਚਰਜ ਹੈ। ਤਦ ਮਨੁਹਾ ਨੇ ਇੱਕ ਪਠੋਰਾ ਮੈਦੇ ਦੀ ਪੇਟ ਸਣੇ ਲੈ ਕੇ ਪੱਥਰ ਉੱਤੇ ਯਹੋਵਾ ਦੇ ਅੱਗੇ ਚੜ੍ਹਾਇਆ, ਅਤੇ ਦੂਤ ਨੇ ਅਚਰਜ ਕੰਮ ਕੀਤੇ, ਔਰ ਮਨੁਹਾ ਔਰ ਉਸਦੀ ਪਤਨੀ ਦੋਵੇਂ ਪਏ ਵੇਖਦੇ ਸਨ। ਅਤੇ ਅਜਿਹਾ ਹੋਇਆ ਵੀ ਜਾਂ ਜਗਵੇਦੀ ਉੱਤੋਂ ਆਕਾਸ਼ ਦੀ ਵੱਲ ਲਾਟ ਉੱਠੀ, ਤਾਂ ਯਹੋਵਾ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਆਕਾਸ਼ ਨੂੰ ਚਲਿਆ ਗਿਆ। ਸੁਣੀਏ ਇਹ ਗੱਲ, ਉਹ ਮੈਂ ਤਾਂ ਸੁਣਾ ਚਾਹੁੰਦਾ ਕਿ ਸਵਰਗ ਦੂਤ ਕੀ ਲੈ ਕੇ ਆਇਆ, ਕੋਈ ਲੈ ਕੇ ਆਇਆ, ਬੋਲੋ ਕੀ ਲੈ ਕੇ ਆਇਆ, ਮੈਸੇਜ ਲੈ ਕੇ ਆਉਂਦਾ। ਜਿਹੜੀ ਅਸੀਂ ਪਿਛਲੇ ਵਾਰੀ ਉਹ ਪਿਕਚਰ ਦਿਖਾਈ ਸੀ ਕਿਸੇ ਦੀ, ਮੈਂ ਮੈਸੇਜ ਨਹੀਂ ਸੀ, ਉਹ ਕਹਿੰਦੇ ਮੈਂ ਅਭੀ ਦੇਖ ਰਿਹਾ ਹਾਂ ਉਹ ਆਪਕੇ ਸਾਥ ਖੜਾ ਹੈ। ਏਡੀ ਲੰਬੀ ਮੈਰਿਜ ਦੇ ਵਿੱਚ ਉਹ ਕੋਈ ਗੱਲ ਵੀ ਨਹੀਂ ਕੀਤੀ, ਕੋਈ ਉੱਥੇ ਪਰੇਸ਼ਾਨੀ ਵੀ ਨਹੀਂ ਹੋਈ ਕਿ ਦੂਤ ਨੇ ਆ ਕੇ ਰੋਕਿਆ ਹੋਵੇ। ਇਹ ਸੀ ਮਨ ਕਹੱਤੜ ਕਹਾਣੀ ਉਸ ਰੱਬ ਦੇ ਜਾਨੀ ਜਿਹਨੇ ਆ ਕੇ ਉਹਨੂੰ ਦੱਸਿਆ ਉਹਨੂੰ। ਅਸੀਂ ਇਸ ਕਰਕੇ ਮੈਂ ਤੁਹਾਨੂੰ ਸਿਖਾ ਰਿਹਾ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਨ, ਇਹ ਤੋਂ ਸੁਚੇਤ ਰਹਿਣਾ, ਛੇਤੀ ਕਰਕੇ ਵਿਸ਼ਜੀਏ। ਤਾਂ ਬਾਈਬਲ ਨੂੰ ਪੜ੍ਹਿਆ ਆ, ਇੱਕ ਮਿੰਟ 'ਚ ਤੁਸੀਂ ਚੈੱਕ ਕਰੋਗੇ ਇਹ ਗੱਲ ਸਹੀ ਆ ਜਾਂ ਗਲਤ। ਕੋਈ ਮੇਰੇ ਸਾਹਮਣੇ ਦਰਸ਼ਨ ਦੇਖੇ, ਕੋਈ ਕਹੇ ਮੈਂ ਦੇਖਿਆ ਦੇਖਿਆ, ਇੱਕ ਸੈਕਿੰਡ ਤੋਂ ਪਹਿਲਾਂ ਮੈਂ ਬਾਈਬਲ ਨੂੰ ਟੱਚ ਕਰੂੰਗਾ ਕਿ ਬਾਈਬਲ ਨਾਲ ਜੁੜਦੀ, ਬਾਈਬਲ ਨਾਲ ਨਹੀਂ ਜੁੜਦੀ। ਇੱਕ ਗੱਲ ਕਹੀ ਪੌਲ ਸਤੂਲ ਨੇ, ਗਲਤੀਆਂ ਦੇਖਿਆ ਜੀ, ਕਹਿੰਦਾ ਆਕਾਸ਼ ਤੋਂ ਕੋਈ ਸਵਰਗ ਦੂਤ ਵੀ ਆ ਕੇ ਇਸ ਵਚਨ ਦੇ ਵਿਪਰੀਤ ਕੋਈ ਦਰਸ਼ਨ ਦੱਸੇ, ਅਤੇ ਪੌਲ ਸਤੂਲ ਕਹਿੰਦਾ ਮੈਂ ਕਦੀ ਵੀ ਵਿਸ਼ਵਾਸ ਨਹੀਂ ਕਰਾਂਗਾ। ਜਿਹੜੀ ਬਾਈਬਲ ਤੋਂ ਬਾਹਰ ਗੱਲ ਅਸੀਂ ਕਿੱਦਾਂ ਵਿਸ਼ਵਾਸ ਕਰ ਲਈਏ? ਪਰ ਅੱਜ ਦਾ ਵਿਸ਼ਵਾਸੀ ਸੁਣ ਕੇ ਤਾੜੀਆਂ ਮਾਰਦਾ, ਪਤਾ ਕਿਉਂ? ਕਿਉਂ? ਕਿਉਂਕਿ ਜਿਹੜੀ ਪ੍ਰਕਾਸ਼ਿਤ ਵਾਕ 'ਤੇ ਗੱਲ ਲਿਖੀ ਆ, ਆਪਣੀਆਂ ਅੱਖਾਂ 'ਚ ਪਾਉਣ ਨੂੰ ਕੀ ਲੈ, ਬੋਲੋ ਕੀ ਲੈ, ਤਾਂ ਕਿ ਤੇਰੀਆਂ ਅੱਖਾਂ ਕੀ ਹੋ ਜਾਣ, ਸਜਾਖੀਆਂ ਹੋ ਜਾਣ, ਤਾਂ ਕਿ ਤੂੰ ਕੀ ਸੱਚੀ ਬੁਰੇ ਅਤੇ ਭਲੇ ਨੂੰ ਕੀ ਕਰ ਸਕੇ। ਇਸੇ ਕਰਕੇ ਅਸੀਂ ਪ੍ਰਭੂ ਦੇ ਵਿੱਚ ਆ ਗਏ ਹਾਂ, ਪਰ ਸਾਡੀਆਂ ਅੰਦਰਲੀਆਂ ਅੱਖਾਂ ਅੱਜ ਵੀ ਕੀ ਆ, ਬੰਦ ਹੈ, ਖੁੱਲ੍ਹਿਆ ਨਹੀਂ। ਸਾਨੂੰ ਪਹਿਚਾਣ ਥੋੜ੍ਹੀ ਹੈ ਕਿ ਗਲਤ ਕੀ ਸੱਚ ਆ, ਅਸੀਂ ਤਾਂ ਬਸ ਵਿਸ਼ਵਾਸ ਕਰਦੇ ਹਾਂ ਅੰਨਾ। ਇਹੀ ਲੋਕ ਯਸੂ ਮਸੀਹ ਨੇ ਕਿਹਾ ਹੋ ਸਕਦਾ ਜਿਹੜੇ ਆਪਣੇ ਨੂੰ ਚੁਣੇ ਕਹਿੰਦੇ ਮਤੀ 24:24, ਉਹ ਕੀ ਖਾ ਜਾਣਗੇ, ਧੋਖਾ ਖਾ ਜਾਣਗੇ। ਬਾਈਬਲ ਪੜ੍ਹਿਆ ਕਰੋ ਜ਼ਿਆਦਾ, ਅਤੇ ਬਾਈਬਲ ਨਾਲ ਟੱਚ ਰਹੋਗੇ ਅਤੇ ਕਦੀ ਧੋਖਾ ਨਹੀਂ ਖਾਓ, ਇਹ ਆ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਲੋਕ ਕਹਿੰਦੇ ਮੈਂ ਸਵਰਦੂਤ ਦੇਖਿਆ, ਮੈਂ ਇਹ ਦੇਖਿਆ, ਉਹਦਾ ਮੈਸੇਜ ਕੀ ਸੀ? ਪਹਿਲੀ ਆਵਾਜ਼ ਉਹਦੀ ਸੀ, ਪਤਾ ਕੀ ਹੁੰਦੀ ਹੈ? ਬੋਲੋ ਕੀ ਹੁੰਦੀ, ਬੋਲੋ ਨਾ,
ਨਾ ਡਰ। ਸਵਰਗਦੂਤ ਆ ਕੇ ਡਰ ਜਾਂਦਾ ਨਾ, ਅਚਾਨਕ ਹੁੰਦਾ ਗਾ ਤਾਂ ਡਰ ਜਾਂਦੇ ਲੋਕ, ਹੈ ਨਾ, ਡਰਦੇ ਲੋਕ ਕਿ ਇਹ ਕੀ ਹੋ ਗਿਆ। ਪਰ ਇੱਕ ਗੱਲ ਯਾਦ ਰੱਖਣਾ, ਜਲਾਲ ਦਾ ਖੁਦਾ ਆ ਉਹ ਜੇ ਲਿਆਏਗਾ ਨਾ ਡਰ ਲੱਗੇਗਾ ਨਹੀਂ ਸਹੀ ਮਾਇਨੇ 'ਚ, ਬਲਕਿ ਉਹਦੀ ਉਪਸਥਿਤੀ ਵਿੱਚ ਆਨੰਦ ਦੀ ਕੀ ਆ ਭਰਪੂਰੀ ਆਨੰਦ ਆਏਗਾ। ਇੱਕ ਅਲੱਗ ਇੱਕ ਅਭਿਸ਼ੇਕ ਹੋਏਗਾ, ਇੱਕ ਅਲੱਗ ਆਨੰਦ ਹੋਵੇਗਾ ਜਿਹੜੇ ਉਹ ਆਏਗਾ, ਉੱਥੋਂ ਪਤਾ ਲੱਗ ਜਾਏਗਾ ਇਹ ਕੌਣ। ਇਹ ਹੈ ਬਾਈਬਲ ਦੀ ਗੱਲ, ਬਾਈਬਲ ਦੀ ਗੱਲ। ਇਸ ਕਰਕੇ ਮੇਰੇ ਭੈਣ ਭਰਾਓ, ਮੈਂ ਤੁਹਾਨੂੰ ਜਿਸ ਮੈਸੇਜ ਲੈ ਕੇ ਜਾ ਰਿਹਾ ਨਾ ਉਹਦੇ ਮੈਂ ਤੁਹਾਨੂੰ ਪੜ੍ਹਾਉਣਾ ਚਾਹੁੰਦਾ, ਇੱਕ ਬੁੱਕ ਤੋਂ ਤੁਹਾਨੂੰ ਪੜ੍ਹਾ ਚਾਹੁੰਦਾ ਕਿ ਸਵਰਗਦੂਤ ਕਾਹਦੇ ਲਈ ਆਉਂਦੇ ਹਨ, ਮੈਸੇਜ ਆਉਂਦੇ ਹਨ। ਜਿਹੜੇ ਤੁਹਾਡੀ ਹੈਲਪ ਲਈ ਆਏਗਾ, ਉਸ ਲਈ ਮਿਕਾਇਲ ਆਏਗਾ ਤੁਹਾਡੀ ਮਦਦ ਲਈ, ਉਹ ਤੁਹਾਡੇ 'ਚੋਂ ਦੁਸ਼ਟ ਆਤਮਾ ਨੂੰ ਦੂਰ ਕਰੇਗਾ ਤੁਹਾਡੇ। ਤੁਹਾਨੂੰ ਪਤਾ ਇੱਦਾਂ ਦੇ ਹਾਸੇ ਇਸ ਚਰਚ ਵਿੱਚ ਕਿੰਨੇ ਹੋਏ ਆ। ਅਸੀਂ ਉਹਨਾਂ ਨੂੰ ਚੰਗਾ ਸਮਝਿਆ, ਅੱਛਾ ਲੱਗਾ, ਬਹੁਤ ਠੀਕ ਗਵਾਈ ਸੀ ਨਾ, ਪਰ ਕਦੀ ਇੱਦਾਂ ਦਾ ਵਿਚਾਰ ਨੇ ਪ੍ਰਭੂ ਕਿ ਤੇਰਾ ਦੂਤ ਕਦੀ ਮੇਰੇ ਕੋਲ ਵੀ ਆਏਗਾ, ਮੇਰੇ ਘਰ ਆਏਗਾ, ਮੈਂ ਚਾਹਤ ਰੱਖਦਾ। ਪਰ ਇੱਦਾਂ ਦਾ ਹੈ ਹੀ ਨਹੀਂ, ਮਨ ਨੂੰ ਚਾਹਤ ਆਉਣੀ ਕਿ ਤੂੰ ਚਾਹਤ ਦੇ ਨਾਲ ਇਹ ਡੀਪਲੀ ਚਾਹਤ ਦੇ ਨਾਲ ਪਰਮੇਸ਼ੁਰ ਜਿਹੜਾ ਅੰਦਰੋਂ ਚਾਹਤ ਰਹਿੰਦਾ, ਪਰ ਇਹੋ ਜਿਹੀ ਚਾਹਤ ਆਉਂਦੀ ਨਹੀਂ, ਕਦੀ ਨਹੀਂ ਆਉਂਦੀ। ਪਾਸਟਰ ਰਾਜੇ ਘਰ, ਸਾਡੇ ਪਾਸਟਰ ਰਾਜਨ ਘਰ, ਉਹ ਸਵਰਗਦੂਤ ਨੂੰ ਕਿਹਾ ਸਵਰਗਦੂਤ ਭੇਜ ਖੁਦਾ ਆਪਣਾ ਘਰ ਤੇਰੇ ਕੋਲ ਮੈਸੇਜ ਲੈ ਕੇ ਆਵੇ ਅਤੇ ਤੇਰੇ ਘਰ ਨੂੰ ਆ ਕੇ ਬਹਾਲ ਕਰੇ, ਤੇਰਾ ਮਸਲੇ ਸੋਲਵ ਕਰੇ। ਇਹੋ ਜਿਹਾ ਸਮਾਚਾਰ ਪਤਾ ਕਦੋਂ ਆਦਮੀ ਨੂੰ ਆਉਂਦਾ, ਜਿਹੜੇ ਇਨਸਾਨ ਬਾਈਬਲ ਨਾਲ ਜੁੜਦਾ, ਫਿਰ ਪਤਾ ਲੱਗਦਾ ਮੈਂ ਕਿਹੜੀ ਦੁਆ ਕਰਨੀ ਆ ਅਤੇ ਕਿਹੜੀ ਨਹੀਂ ਕਰਨੀ। ਇਸ ਕਰਕੇ ਵਿਸ਼ਵਾਸੀ ਨੂੰ ਕੁਛ ਨਹੀਂ ਪਤਾ, ਵਿਸ਼ਵਾਸੀ ਵਚਨ ਨਾ ਪੜ੍ਹ ਕੇ ਨਾ, ਇਸ ਯੁੱਗ ਦਾ ਜਿਹੜਾ ਈਸ਼ਵਰ ਆ ਚਾਰ 'ਚ ਲਿਖਿਆ, ਉਹਨੇ ਵਿਸ਼ਵਾਸੀਆਂ ਨੂੰ ਵੀ ਉਹਨਾਂ ਦੀਆਂ ਅੱਖਾਂ ਕੀ ਕਰਤੀਆਂ ਹੋਈਆਂ, ਅੰਨੀਆਂ ਕਰਤੀਆਂ ਹੋਈਆਂ, ਤਾਂ ਕਿ ਇਹੋ ਜਿਹੇ ਪ੍ਰਕਾਸ਼ ਨੂੰ ਆ ਜਾਣ। ਮੈਂ ਕਿਹਨੂੰ ਬੁਲਾਉਣਾ ਆਪਣੇ ਘਰ, ਰਾਤ ਨੂੰ ਉੜ ਕੇ ਦਿਨ ਪ੍ਰਭੂ, ਜੇ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਸਵਰਗਦੂਤ ਆਏ ਆ, ਜ਼ਕਰੀਆ ਕੋ ਆਇਆ ਪਿਛਲੀ ਦਫ਼ਾ ਪੜ੍ਹਿਆ, ਮਰੀਅਮ ਕੋ ਆਇਆ, ਹਾਂਜੀ ਮਰਡਰ ਕਹਿੰਦਾ ਜਿਹੜਾ ਤੇਰੇ ਕੁੱਖੋਂ ਪੈਦਾ ਹੋਵੇਗਾ ਖੁਦਾ ਦਾ ਪੁੱਤਰ ਹੋਵੇਗਾ ਨਾ। ਸਵਰਗਦੂਤ ਆ ਕੇ ਕੀ ਦਿੰਦੇ ਆ, ਮੈਸੇਜ ਦਿੰਦੇ ਸਵਰਗਦੂਤ ਆ ਕੇ। ਪਰ ਅੱਜ ਚਰਚਾ 'ਚ ਸਵਰਗਦੂਤ ਨਹੀਂ ਆਉਂਦੇ, ਜ਼ਿਆਦਾਤਰ ਕਨਵੈਨਸ਼ਨ 'ਚ ਭੂਤ ਆਉਂਦੇ। ਬੋਲੋ ਕੌਣ ਆਉਂਦੇ? ਹਾਂਜੀ ਆਪਾਂ ਕਹਿੰਦੇ ਦੇਖਿਆ ਉਹ ਕਿੰਨਾ ਖੇਲਦੀ ਸੀ, ਹਾਲੇ ਗਾਣਾ ਸ਼ੁਰੂ ਕੀਤਾ। ਉਹ ਇਹਨਾਂ ਨੂੰ ਛੱਡੋ, ਪ੍ਰਭੂ ਨੂੰ ਕਹਾ ਪ੍ਰਭੂ ਇਹ ਬਹੁਤ ਆਉਂਦੇ ਆ, ਇਹਨਾਂ ਨੂੰ ਜ਼ਿਆਦਾ ਸਵਰਗਦੂਤ ਭੇਜ। ਬੋਲੋ ਕੀ ਭੇਜ? ਬੋਲੋ ਕੌਣ ਆਉਣੇ ਚਾਹੀਦੇ? ਪਰ ਹੁਣ ਦੀ ਕਨਵੈਨਸ਼ਨ ਆ ਮੀਟਿੰਗਾਂ 'ਚ ਸਵਰਗਦੂਤ ਕੋਈ ਨਹੀਂ ਕਹਿੰਦਾ। ਇੱਕ ਮੀਟਿੰਗ 'ਚ ਸਿਰ ਮੈਂ ਇੱਦਾਂ ਸੁਣਿਆ, ਉਹ ਵੀ ਜਿਸ ਦਿਨ ਕਹਿੰਦਾ ਉਹਨੇ ਅੱਖਾਂ ਖੁੱਲ੍ਹ ਕੇ ਦੇਖਿਆ ਸਵਰਗਦੂਤ, ਮੈਂ ਕਹਿੰਦਾ ਉਹ ਚਿੰਨ੍ਹ ਦਿੰਦੇ ਸੀ ਉਸ ਵਕਤ, ਨਾਮ ਲਿਖ ਰਹੇ ਲੋਕਾਂ ਦੇ, ਜਿਹੜੇ ਲੋਕ ਤੌਬਾ ਕਰਦੇ ਪਏ ਸੀ ਨਾ, ਆਪਣੇ ਮਨ ਫਰਾਰ ਸੀ, ਯਸੂਸੀ ਵੱਲ ਜਾ ਰਹੇ ਸੀ, ਉਹ ਲੋਕਾਂ ਦੇ ਨਾਂ ਜਿਹੜੇ ਸੱਚੇ ਆਸੂ ਨਾਲ ਤੌਬਾ ਕਰਦੇ ਸੀ, ਉਹ ਉਹਨਾਂ ਦੇ ਕੀ ਲਿਖ ਰਹੇ ਸੀ? ਉਹਨਾਂ ਦੇ ਨਾਮ ਲਿਖ ਰਹੇ ਸੀ ਕਿ ਇਹਨੇ ਮਨ ਫਿਰਾਇਆ। ਹੈਂਜੀ ਉਹਨਾਂ ਦੇ ਹੱਥਾਂ 'ਚ ਬੁੱਕਾਂ ਸੀ, ਉਹ ਬਾਈ ਨੇਮ ਉਹਨਾਂ ਦਾ ਕਾਲ ਕਰ ਰਿਹਾ ਸੀ, ਜਿਸ ਦਿਨ ਕਰ ਉਹਦੇ ਨੇਮ ਕਾਲ ਕਰ ਰਿਹਾ ਸੀ, ਅਤੇ ਸਵਰਗਦੂਤ ਉਹਨਾਂ ਦੇ ਕੀ ਲਿਖਦੇ ਸੀ? ਅਤੇ ਕਿੰਨਿਆਂ ਲੋਕਾਂ ਦੇ ਨਾਮ ਬਾਈਬਲਾਂ ਰੱਖਿਆ, ਉਹਨਾਂ ਦੇ ਨਾਮ ਸਵਰਗ 'ਚ ਨਹੀਂ ਲਿਖੇ ਗਏ। ਪਤਾ ਕਿਉਂ? ਕਿਉਂਕਿ ਉਹ ਸੰਸਾਰ ਵਿੱਚ ਮਸਲੂਮ ਆ, ਸੰਸਾਰ ਦੀਆਂ ਗੱਲਾਂ, ਖਾਣੇ ਖਾਲੇ ਵਧੀਆ, ਇੱਧਰ ਜਾ ਕੇ ਉੱਧਰ ਜਾ ਕੇ ਕੱਪੜੇ ਪਾਲੇ ਅੱਛੇ, ਇਹੋ ਜਿਹੀਆਂ ਗੱਲਾਂ ਨਾਲ ਜੀਵਨ ਬਤੀਤ ਕਰਨਾ ਜਾ ਪਸੰਦ ਕਰਦੇ ਆ। ਪਰਮੇਸ਼ੁਰ ਦੇ ਨਾਲ ਉਹ ਇੱਕ ਘੰਟਾ ਵੀ ਨਹੀਂ ਗੁਜ਼ਾਰ ਸਕਦੇ ਦਿਹਾੜੀ ਵਿੱਚ, ਨਹੀਂ ਗੁਜ਼ਾਰ ਸਕਦੇ। ਪਤਾ ਕਿਉਂ? ਕਿਉਂਕਿ ਖੁਦਾ ਨੇ ਉਹਨਾਂ ਨੂੰ ਨਹੀਂ ਚੁਣਿਆ। ਜਿਹਨਾਂ ਨੂੰ ਖੁਦਾ ਨੇ ਚੁਣਿਆ ਉਹ ਆਪਣੇ ਖੁਦਾ ਤੋਂ ਬਿਨਾਂ ਰਹਿਣ, ਜਦ ਤੱਕ ਉਹ ਬਾਈਬਲ ਨਾ ਪਾਲਣ, ਜਦ ਤੱਕ ਉਹ ਘੰਟਾ ਪਰਮੇਸ਼ੁਰ ਨਾਲ ਬਹਿ ਨਾ ਲੈਣ, ਜਦ ਤੱਕ ਉਹ ਅੱਛਾ ਮੈਸੇਜ ਨਾ ਸੁਣਨ, ਉਹਨਾਂ ਨੂੰ ਕੋਈ ਤਸੱਲੀ ਨਹੀਂ। ਇਹ ਉਹ ਲੋਕ ਆ ਜਿਹੜੇ ਜੁੜੇ ਹੋਏ ਨਾ ਪਰਮੇਸ਼ੁਰ ਨਾਲ, ਜਿਹੜੇ ਜੁੜੇ ਨਹੀਂ ਉਹ ਬਾਈਬਲ ਪੜ੍ਹ ਵੀ ਲਿੱਤੀ ਤਾਂ ਵੀ ਕੋਈ ਗੱਲ ਨਹੀਂ, ਜੇ ਦੁਆ ਹੋ ਗਈ ਤਾਂ ਵੀ ਕੋਈ ਗੱਲ ਨਹੀਂ, ਵਰਤ ਰੱਖਿਆ ਤਾਂ ਸੁਪਨੇ ਹੀ ਹੋ ਗਏ। ਕਦੀ ਮਨ ਵਿੱਚ ਵੀ ਨਹੀਂ ਆਉਂਦਾ ਕਿ ਮੈਂ ਆਪਣੀ ਫੈਮਿਲੀ ਕੋਲ ਫਾਸਟਿੰਗ ਪ੍ਰੇਅਰ ਕਰ ਲਵਾਂ, ਮੇਰੇ ਬੱਚਿਆਂ ਨੂੰ ਮਨ 'ਚ ਵੀ ਨਹੀਂ ਕਦੀ ਆਉਂਦਾ। ਇਹ ਉਹ ਲੋਕ ਹਨ ਜਿਹੜੇ ਆਪਣੇ ਨੂੰ ਕਹਿੰਦੇ ਸੀ ਮਸੀਹ, ਪਰ ਮਸੀਹ ਹੈ ਨਹੀਂ। ਬਾਈਬਲ ਕਹਿੰਦੀ, ਬਾਈਬਲ ਪ੍ਰਕਾਸ਼ ਹੋ ਕੀ, ਇਹ ਸ਼ੈਤਾਨ ਦੇ ਬੱਚੇ ਨੇ। ਬਾਈਬਲ ਮੈਂ ਨਹੀਂ ਕਹਿੰਦਾ, ਬਾਈਬਲ ਕਹਿੰਦੀ, ਬਾਈਬਲ ਤੁਹਾਡਾ ਵਚਨ ਕਹਿੰਦਾ ਜਿਹੜਾ ਤੁਹਾਡੇ ਹੱਥ 'ਚ ਫੜਿਆ ਹੈ ਇਹ ਕਹਿੰਦਾ ਹੈ। ਯਸੂ ਨੇ ਕਿਹਾ ਮੇਰੇ ਨਹੀਂ, ਇਹ ਉਸ ਦੁੱਖਮ ਤੋਂ ਯਕੂਬ ਦੇ ਖਾਤੇ ਲਿਖਿਆ, ਆਪਣੇ ਪਿਓ ਇਹਦਾ ਲਿਖਿਆ ਸ਼ੈਤਾਨ ਤੋਂ, ਜਿਹੜਾ ਪਰਮੇਸ਼ੁਰ ਦਾ ਉਹ ਫਾਸਟਿੰਗ। ਯਦੀ ਯਸੂ ਨੇ ਕਿਹਾ ਨਾ ਗੱਲ ਕਹੀ, ਕਹਿੰਦੇ ਵੀ ਯਹੋਨਾ ਦੇ ਚੇਲੇ ਬਹੁਤ ਵਰਤ ਰੱਖਦੇ ਸੀ, ਯਸੂ ਨੂੰ ਕਿਹਾ, ਕਹਿੰਦਾ ਤੇਰੇ ਕਿਉਂ ਰੱਖਦੇ? ਕਹਿੰਦਾ ਜਦ ਤੱਕ ਲਾੜਾ ਬਰਾਤ ਦੇ ਨਾਲ ਹੋਵੇ ਅਤੇ ਬਰਾਤ ਨੂੰ
ਵਰਤ ਰੱਖਣ ਦੀ। ਯਸੂ ਸਿਰੇ ਕਹਾ ਜਿੱਦਣ ਮੈਂ ਚਲਾ ਜਾਊਂਗਾ, ਹੈਂਜੀ, ਫਿਰ ਇਹ ਕੀ ਰੱਖਣਗੇ? ਫਿਰ ਦੁਆ ਕਰਿਆ ਕਰਨਗੇ, ਫਾਸਟਿੰਗ ਪੂਰੀ ਕਰ। ਉਹਦਾ ਤੁਹਾਨੂੰ ਸਮਝ ਆ ਰਹੀ ਮੇਰੀ ਗੱਲ ਬੋਲ ਰਹੇ? ਆ ਰਹੀ ਕਿ ਨਹੀਂ? ਓਏ ਆ ਰਹੀ ਕਿ ਨਹੀਂ? ਹਾਂ, ਧਿਆਨ ਨਾਲ ਸੁਣੀਏ ਇਹ ਜਿਹੜੀ ਲਾਈਨਾਂ ਮਨੋਹਾ ਦੇ ਕੋਲ ਸਵਰਦੂਤ ਆਇਆ, ਮਰੀਅਮ ਕੋਲ ਸਵਰਦੂਤ ਆਇਆ, ਜ਼ਕਰੀਆ ਕੋਲ ਸਵਰਦੂਤ ਆਇਆ, ਆਹ ਭੈਣ ਜੀ ਕੋਲ ਬੈਠੇ ਕੀ ਆਇਆ? ਸੋ ਜੇ ਤੂੰ ਚੰਗਾ ਹੋਣਾ ਚਾਹੁੰਦੀ ਆ, 7 ਨੰਬਰ ਗਲੀ ਚੱਲ ਜਾ, ਉੱਥੇ ਮੇਰਾ ਦਾਸ ਆ, ਉੱਥੇ ਚਲੇ ਜਾਏਂਗੇ ਤੂੰ ਠੀਕ ਹੋ ਜਾਏਂਗੇ। ਇਹਦੀ ਇੱਦਾਂ ਹੋਇਆ, ਇੱਕ ਨਹੀਂ ਹੋਇਆ, ਇੱਕ ਮੇਰੀ ਇਹਦਾ ਸੇਵਾ 'ਚ ਬਹੁਤ ਸਾਰੇ ਇੱਦਾਂ ਦੇ ਚਮਤਕਾਰ ਹੋਇਆ। ਉਹ ਜਿਹੜਾ ਲੁਧਿਆਣੇ ਤੋਂ ਬੰਦਾ ਸੀ ਨਾ, ਉਹਦੀ ਵਾਈਫ ਨੂੰ ਚੰਗੀ ਨਹੀਂ ਸਲਾਦੀ, ਰਾਤ ਨੂੰ ਸਵਰਦੂਤ ਨੂੰ ਉਠਾਇਆ 1:30 ਵਜੇ, ਉੱਠ ਕਹਿੰਦੇ ਮੈਂ ਇਬਾਦਤ ਵਿੱਚ ਬੈਠਾ, ਅੱਖਾਂ ਮੇਰੀਆਂ ਬੰਦ ਆ, ਉੱਥੇ ਦਿਖਾ ਲਿਆ ਉਹਨੂੰ ਮੇਰੇ ਚਿੱਟਾ ਕੁੜਤਾ ਜਮਾਂ ਪਾਇਆ ਹੋਇਆ ਅਤੇ ਮੇਰੀਆਂ ਅੱਖਾਂ ਬੰਦ, ਮੈਂ ਦੁਆ ਕਰ ਰਿਹਾ। ਕਹਿੰਦੇ ਇਸ ਵਿਅਕਤੀ ਕੋਲ ਜਾਣਾ, ਇਹਦੇ ਕੋਲ ਜਾਣਾ ਆ ਸਵੇਰੇ, ਆਪਣੇ ਪਾਪਾਂ ਤੋਂ ਕੀ ਕਰਨਾ ਹੈ? ਪਛਤਾਪ ਕਰਨਾ। ਇਹ ਗੱਲ ਪਤਾ ਕਦੋਂ ਹੋਈ? ਧਿਆਨ ਨਾਲ ਸੁਣੀਏ ਕਿਉਂ ਹੋਈ। ਉਹਦੀ ਜਿਹੜੀ ਵਾਈਫ ਸੀ, ਉਹਨੂੰ ਹਾਲੇ ਅੱਜ ਨੂੰ 1 ਮਹੀਨਾ ਚਰਚ ਹੋਇਆ ਸੀ, ਉਹਨੇ ਆ ਕੇ ਆਪਣੀ ਸਟੋਰੀ ਦੱਸੀ, ਉਹ ਵਿਸ਼ਵਾਸ ਨਹੀਂ ਸੀ ਪਹਿਲੀ ਗੱਲ ਤੋਂ ਕਰਦੀ ਯਸੂ ਮਸੀਹ 'ਤੇ। ਉਹਦੇ ਭਰਾ ਨੇ ਕਿਹਾ ਦੀਦੀ ਚੱਲ ਕੇ ਦੇਖੋ ਇੱਕ ਵਾਰੀ। ਉਹਨੂੰ ਅੱਛਾ ਲੱਗਾ ਇੱਥੇ ਆ ਕੇ, ਉਹਨੇ ਵਚਨ ਸੁਣਿਆ ਪ੍ਰਭੂ ਦਾ। ਮੈਨੂੰ ਇੱਕ ਗੱਲ ਪੜ੍ਹਾਈ, ਮੈਂ ਕਿਹਾ ਮਤੀ ਰੀਤੀ ਸੁਸ਼ਮਾ ਚਰਚ 'ਚ ਗੱਲ ਲਿਖੀ ਭੈਣ ਜੀ, ਬਸ ਤੂੰ ਦੁਆ ਨਹੀਂ ਕਰਾਉਣੀ, ਇਹੀ ਗੱਲ ਕਹਿਣੀ ਆ। ਉਹਨੇ ਚੈਪਟਰ ਕਿਹਾ ਪ੍ਰਭੂ ਜਿਹਨੂੰ ਜੋੜਿਆ ਉਹਨੂੰ ਕੋਈ ਅਲੱਗ, ਬਸ ਉਹ ਇਹੀ ਗੱਲ ਹੀ ਕਹਿੰਦੀ ਸੀ ਪ੍ਰਾਰਥਨਾ 'ਚ ਰੋਜ਼ ਇੱਕੋ ਗੱਲ, ਪ੍ਰਭੂ ਜਿਹਨੂੰ ਜੋੜਿਆ ਕੋਈ ਅਲੱਗ ਨਾ ਕਰੇ। ਬਾਈਬਲ ਕੱਢ ਕੇ ਪੜ੍ਹ ਕੇ ਬੋਲ ਦਿੰਦੀ ਸੀ। 4 ਹਫ਼ਤੇ ਨਹੀਂ ਬੀਤੇ ਅਤੇ ਰਾਤ ਨੂੰ ਸਵਰਗਦੂਤ ਲੁਧਿਆਣੇ ਚਲੇ ਗਏ, ਜਾ ਕੇ ਪਤਾ ਕੀ ਕਹਿੰਦੇ? ਉੱਠ ਖੜਾ ਹੋ, ਉਹਦੇ ਵਚਨ, ਜਿਹੜਾ ਵਚਨ ਨੂੰ ਜੀਵਿਤ ਖੁਦਾ ਨੇ ਸਾਬਤ ਉਠਾਇਆ, ਉਹਨੂੰ ਉਠਾ ਕੇ ਕਿਹਾ ਜਾ ਉਹ ਦੇਖ। ਰਾਤ ਹੀ ਦਿਖਾ ਲਿਆ 1:30 ਵਜੇ ਲੁਧਿਆਣੇ ਤੋਂ, ਮੈਂ ਬੈਠਾ ਮੇਰੇ ਚਿੱਟੇ ਕੱਪੜੇ ਪਾਏ ਹੋਏ, ਕੁੜਤਾ ਜਾਮਾ, ਅਤੇ ਮੈਂ ਪ੍ਰੇਅਰ ਕਰ ਰਿਹਾ ਉੱਥੇ ਚਰਚ ਵਿੱਚ। ਉਹਨੂੰ ਪੂਰਾ ਮੇਰਾ ਐਡਰੈਸ ਦਿੱਤਾ, ਮੇਰਾ ਨਾਮ ਦੱਸਿਆ, ਜਿਹੜੇ ਜਾਏਗਾ ਤੈਨੂੰ ਉੱਥੇ ਮਿਲ ਜਾਣੇ। ਜਿਹੜੇ ਉਹ ਆਦਮੀ ਆਇਆ ਇੱਥੇ, ਅਤੇ ਮੈਂ ਵੀ ਘਰੋਂ ਪੈਂਟ ਕਮੀਜ਼ ਪਾ ਕੇ ਤੁਰਿਆ ਸੀ। ਜਿਹੜੇ ਮੈਂ ਪੈਂਟ ਕਮੀਜ਼ ਪਾ ਕੇ ਤੁਰਿਆ ਅਤੇ ਮਨ ਮੇਰਾ ਬਦਲ ਗਿਆ ਬਾਹਰ ਆ ਕੇ। ਪਤਾ ਕਿਉਂ? ਕਿਉਂਕਿ ਰਾਤ ਜਿਹੜੀ ਉੱਥੇ ਗੱਲ ਸੀ ਉਹ ਪੂਰੀ ਹੋਈ। ਮੇਰਾ ਮਨ ਨਹੀਂ ਕੀਤਾ, ਮੇਰੇ ਅੰਦਰੋਂ ਅੰਦਰ ਇੱਦਾਂ ਹੋਇਆ ਕਿ ਯਾਰ ਤੂੰ ਕੁੜਤਾ ਜਾਮਾ ਕਿਉਂ ਨਹੀਂ ਪਾਉਣਾ? ਪਤਾ ਨਹੀਂ ਕਿਉਂ ਮਨ 'ਚ ਇੱਦਾਂ ਜੇ ਮੈਨੂੰ ਵਾਪਸ ਜਾਣ ਲਈ ਉਹਨੇ ਮਜਬੂਰ ਕਰਤਾ ਪੁੱਤਰ ਆਤਮਾ ਨੇ। ਮੈਂ ਵਾਪਸ ਜਾ ਕੇ ਕੱਪੜੇ ਫਿਰ ਬਦਲੇ, ਕੁੜਤਾ ਜਾਮਾ ਪਾਉਣਾ ਪਿਆ ਮੈਂ। ਪਤਾ ਕਿਉਂ? ਕਿਉਂਕਿ ਜਿਹੜੀ ਰਾਤ ਗੱਲ ਸਵਰਦੂਤ ਨੇ ਕਹੀ ਸੀ ਉਹ ਕੀ ਸੀ? ਬੋਲੋ ਕੀ ਸੀ? ਪੂਰੀ ਹੋਣੀ ਸੀ। ਕਿਉਂਕਿ ਜਿਹੜੀ ਉਹ ਗੱਲ ਕਹਿੰਦਾ ਉਹ ਕੀ ਹੋਣੀ ਆ? ਪੂਰੀ ਹੋਣੀ ਆ। ਮੈਂ ਤਾਂ ਸੁਣਾ ਚਾਹੁੰਦਾ ਸਵਰਦੂਤਾਂ ਦੇ ਬਾਰੇ। ਮੈਂ ਚਿੱਟਾ ਕੁੜਤਾ ਪਾ ਕੇ ਆਇਆ, ਆ ਕੇ ਚਰਚ ਆਇਆ ਤਾਂ ਵਿਅਕਤੀ ਨੇ ਮੈਨੂੰ ਦੇਖਿਆ ਕਿ ਤਾਂ ਉਹੀ ਵਿਅਕਤੀ ਹੈ ਜਿਹੜਾ ਰਾਤ ਮੈਂ ਦੇਖਿਆ। ਧਿਆਨ ਨਾਲ ਸੁਣੀਏ, ਜਿਹੜੇ ਮੈਂ ਪ੍ਰਚਾਰ ਕਰਨ ਤੋਂ ਬਾਅਦ ਮੈਂ ਉੱਥੇ ਰੁਕ ਗਿਆ ਅਤੇ ਹਟ ਗਿਆ ਅਤੇ ਮੈਂ ਲੋਕਾਂ ਲਈ ਪ੍ਰੇਅ ਕਰ ਸੀ। ਉਹ ਵਿਅਕਤੀ ਆਇਆ, ਕਹਿੰਦਾ ਜੀ ਮੈਂ ਲੁਧਿਆਣੇ ਤੋਂ ਆਇਆ, ਇੱਦਾਂ ਦਾ ਕਰਕੇ ਹੋਇਆ, ਆਹ ਰਾਤ ਇੱਦਾਂ ਹੋਇਆ ਮੇਰੇ ਨਾਲ, ਅਤੇ ਮੈਂ ਤੁਹਾਨੂੰ ਦੇਖਿਆ ਐਡਰੈਸ ਮੈਨੂੰ ਇੱਦਾਂ ਤੁਹਾਨੂੰ ਦਿੱਤਾ। ਮੈਂ ਕਿਹਾ ਅੱਛਾ। ਹਾਲੇ ਉਹ ਮੇਰੇ ਨਾਲ ਗੱਲਾਂ ਹੀ ਕਰ ਰਿਹਾ ਸੀ, ਉਹਦੀ ਵਾਈਫ ਨੇ ਉਹਨੂੰ, ਜਿਹਨੂੰ ਰੱਖਣਾ ਲਾਇਕ ਨਹੀਂ ਸੀ ਕਰਦਾ, ਲਾਇਕ ਪਤਾ ਕਿਉਂ ਨਹੀਂ ਸੀ ਕਰਦਾ? ਜਿੱਥੇ ਉਹ ਕੰਮ ਕਰਦਾ ਸੀ ਉੱਥੇ ਇੱਕ ਨਲਾਇਕ ਸੀ, ਲਾਇਕ ਇਸੇ ਨਹੀਂ ਕਰਦੇ, ਉੱਥੇ ਇੱਕ ਨਲਾਇਕ ਹੋਰ ਔਰਤ ਸੀ, ਨਲਾਇਕ ਉੱਥੇ ਬੈਠੀ ਸੀ, ਨਲਾਇਕ ਔਰਤ, ਉਹਦੇ ਨਾਲ ਉਹਦੇ ਸੰਬੰਧ ਸੀ, ਉਹਨੂੰ ਆਪਣੀ ਚੰਗੀ ਨਹੀਂ ਸੀ ਲੱਗਦੀ। ਇਹਨੂੰ ਖਿਆਲ ਆ ਸੁਣੀਏ, ਉੱਥੇ ਉਹਦੀ ਵਾਈਫ ਦੇਖੋ ਆਈ, ਉੱਥੇ ਆਈ ਉਹਨੇ ਕਿਹਾ ਕਿ ਭਾਅ ਜੀ ਇਹੀ ਮੇਰੇ ਹਸਬੈਂਡ ਆ। ਮੈਂ ਕਿਹਾ ਤੁਸੀਂ ਲੈ ਕੇ ਆਏ ਹਾਂ? ਕਹਿੰਦੀ ਨਹੀਂ। ਉਹਨੇ ਆਪਣੀ ਸਟੋਰੀ ਦੱਸੀ ਔਰ ਪਛਤਾਪ ਕੀਤਾ ਆਪਣੇ ਪਾਪਾਂ ਤੋਂ। ਪਤਾ ਕਹਿੰਦੇ ਉਹਨੂੰ ਕੀ ਕਹਿੰਦੇ? ਰਾਤ ਸੌ ਨਹੀਂ ਸਕਿਆ 1:30 ਵਜੇ ਤੋਂ। ਪਤਾ ਕਿਉਂ? ਉਹ ਕਹਿੰਦੇ ਉੱਥੇ ਜਾਣਾ, ਜਾ ਕੇ ਆਪਣੇ ਪਾਪਾਂ ਦਾ ਕੀ ਕਰਨਾ ਹੈ? ਬੋਲੋ ਕੀ ਕਰਨਾ? ਤੌਬਾ ਕਰ ਆਪਣੇ ਪਾਪਾਂ ਤੋਂ, ਮੇਰੇ ਦਾਦੇ ਕੋਲ ਜਾ ਕੇ ਪ੍ਰਾਰਥਿਤ ਕਰ, ਨਹੀਂ ਤਾਂ ਅੱਜ ਤੋਂ ਬਾਅਦ ਤੂੰ ਸੰਸਾਰ 'ਚ ਨਹੀਂ ਰਹੇਗਾ। ਉਹ ਡਰ ਗਿਆ, ਉਹਨੇ ਮਨ ਫਿਰਾਇਆ। ਔਰ ਮੈਂ ਦੱਸਣਾ ਚਾਹੁੰਦਾ, ਇਕੱਲੇ ਇਕੱਲੇ ਸੀ, ਇੱਕ ਫੈਮਿਲੀ ਹੋ ਗਈ, ਹੁਣ ਉਹਨਾਂ ਦੇ 3 ਬੱਚੇ ਆ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪਰਮੇਸ਼ਰ ਸਵਰਗ ਦੂਤਾਂ ਨੂੰ ਕਿਉਂ ਭੇਜਦਾ ਹੈ? ਮੈਸੇਜ ਨਾ ਮੈਸੇਜ, ਤੁਹਾਡੀਆਂ ਸਮੱਸਿਆ ਨੂੰ ਸੋਲਵ ਕਰਨ ਵਾਸਤੇ। ਬੋਲੋ,
ਤੁਹਾਡੀਆਂ ਸਮੱਸਿਆ ਨੂੰ ਸੋਲਵ ਕਰਨ ਵਾਸਤੇ ਖੁਦਾ ਮੈਸੇਜ ਦਿੰਦਾ ਸਵਰਦੂਤ ਇਸ ਕਰਕੇ ਆਉਂਦੇ। ਆਈਏ ਇੱਕ ਹੋਰ ਚੈਪਟਰ ਵਾਲਾ ਚੱਲ ਰਹੇ ਹਾਂ ਅਸੀਂ, ਧਿਆਨ ਨਾਲ ਸੁਣੀਏ, ਅੱਧੇ ਘੰਟੇ ਸਾਡਾ ਹੋਰ ਮੈਸੇਜ ਆ, ਧਿਆਨ ਨਾਲ ਜਾਣਾ ਆਪਾਂ। ਇਸ ਬੁੱਕ 'ਚ ਮੈਂ ਤੁਹਾਨੂੰ ਮੈਸੇਜ ਪੜ੍ਹਾਉਣਾ, ਅਗਰ ਇਹ ਤੁਸੀਂ ਬੁੱਕ ਭਾਈ ਕੋਈ ਖਰੀਦਣਾ ਕੋਈ ਚਾਹੁੰਦਾ ਹੋਵੇ, ਇਹ ਸਾਰੀ ਸਵਰਗਦੂਤਾਂ ਦੀ ਕਾਸ਼ ਦੀ ਸਾਰੀ ਕਹਾਣੀ ਆ, ਕੋਈ ਕਥਾ ਕਹਾਣੀਆਂ ਨਹੀਂ ਹੈ, ਇਹ ਕਥਾ ਕਹਾਣੀਆਂ ਨਹੀਂ ਹੈ। ਜੋ ਕੁਛ ਵਾਪਰਿਆ ਇਹਨਾਂ ਦੀ ਜੀਵਨ ਵਿੱਚ ਉਹਨੇ ਪੂਰਾ ਲਿਖਿਆ, 'ਚ ਆਪਣੀ ਲਾਈਫ ਵਿੱਚ ਕਿੱਥੇ ਕਿੱਥੇ ਉੱਪਰ ਕਿੰਨੀ ਵਾਰੀ ਗਏ, ਕਿੰਨੀ ਵਾਰੀ ਆਏ, ਸਵਰਗਦੂਤਾਂ ਨਾਲ ਕਿੰਨਾ ਰਾਹ ਵਾਸਤਾ ਰਿਹਾ। ਹਾਂਜੀ, ਇਹ ਤੁਸੀਂ ਕਿਤਾਬ ਅਗਰ ਲੈਣਾ ਚਾਹੋਗੇ ਤਾਂ ਪਿੱਛੋਂ ਭਾਈ ਰਮੇਸ਼ ਬੈਠੇ, ਉਹਨਾਂ ਨੂੰ ਕਹੋਗੇ ਸਾਨੂੰ ਕਿਤਾਬ ਚਾਹੀਦੀ, ਉਹ ਤੁਹਾਨੂੰ ਮੰਗਾ ਦੇਣਗੇ। ਲੇਕਿਨ ਇਹਦੇ 'ਚੋਂ ਮੈਂ ਤੁਹਾਨੂੰ ਇੱਕ ਸਵਰਗਦੂਤ ਦੀ ਗੱਲ ਸੁਣਾਉਣਾ ਚਾਹੁੰਦਾ, ਮਿਕਾਇਲ ਨੇ ਕੀ ਕੀਤਾ। ਆਈ ਉਸ ਲਾਈਨ ਨੂੰ ਪੜ੍ਹਾਂਗੇ। ਸਭ ਤੋਂ ਅੱਛੀ ਗੱਲ ਮੈਨੂੰ ਕੀ ਪਸੰਦ ਆਈ, ਜਿਹੜੇ ਡਿਜਿਸ ਦਿਨਾਕਰਨ ਦੀ ਜਿਹੜੀ ਪੌਲ ਦਿਨਾਕਰਨ ਦੀ ਵਾਈਫ ਆ, ਉਹਨੂੰ ਬੇਬੀ ਹੋਣ ਵਾਲਾ ਸੀ ਅਤੇ ਡਾਕਟਰ ਨੇ ਉਹਨੂੰ ਕਹਿਤਾ ਕਿ ਪਰੇਸ਼ਾਨੀ ਆ, ਮੁਸ਼ਕਲ ਆ ਨਾ, ਅਤੇ ਓਪਰੇਸ਼ਨ ਕਰਨਾ ਪਏਗਾ। ਅਤੇ ਜਿਸ ਦਿਨਾਕਰਨ ਜਿਹੜੇ ਗੱਲ ਪਤਾ ਲੱਗੀ ਕਿ ਮੇਰੀ ਨੂੰਹ ਰਾਣੀ ਦਾ ਓਪਰੇਸ਼ਨ ਹੋਣਾ ਹੈ, ਇਹ ਖੁਦਾ ਦੇ ਸਾਹਮਣੇ ਇੱਕ ਖਾਸ ਗੱਲ, ਜਿਹੜੀ ਮੇਰੇ ਦਿਲ ਨੂੰ, ਮੇਰੇ ਹਾਰਟ ਨੂੰ ਛੂਹਿਆ, ਇੰਨਾ ਪਿਆਰ, ਕਿਸੇ ਸਾਸੂ ਮਾਂ ਦਾ ਇੰਨਾ ਪਿਆਰ ਨਹੀਂ, ਸਹੁਰਾ ਸਾਹਿਬ ਦਾ ਇੰਨਾ ਪਿਆਰ ਹੋਵੇ ਤਾਂ ਨੌ ਕਦੀ ਵੀ ਹਿੱਲ ਹੀ ਨਹੀਂ ਸਕਦੀ। ਜੇ ਸੱਸ ਇੰਨੀ ਚੰਗੀ ਹੋਵੇ, ਸਹੁਰਾ ਇੰਨਾ ਚੰਗਾ ਹੋਵੇ ਤਾਂ ਨੌ ਘਰੋਂ ਜਾ ਨਹੀਂ ਸਕਦੀ। ਮੈਂ ਚੈਲੰਜ ਨਾ ਕਰਨਾ, ਕਾਸ਼ ਕਿ ਪਿਆਰ ਇੱਦਾਂ ਦਾ ਹੋਵੇ। ਅਸੀਂ ਕਈ ਵਾਰ ਨੌਹਾਂ 'ਚ ਕਸੂਰ ਕੱਢਦੇ ਰਹਿੰਦੇ, ਨੌ ਮਾਂ ਦੀ ਨਹੀਂ ਚੰਗੀ, ਇਹਦੀ ਮਾਂ ਹੈ ਫਲਾਣਾ ਟਿਕਾਣਾ। ਮੈਂ ਤੁਹਾਨੂੰ ਕਹਿੰਦਾ ਜੇ ਖਰੀ ਹੋਵੇ ਅਤੇ ਖਰਾ ਹੋਵੇ ਸੱਸ ਸਹੁਰਾ, ਤਾਂ ਨੌ ਦੇ ਕਦੀ ਪੈਰ ਥਿੜਕ ਨਹੀਂ ਸਕਦੇ। ਜੇ ਥਿੜਕ ਜਾਣ ਤਾਂ ਮੇਰਾ ਵੀ ਚੈਲੰਜ ਆ, ਰੋਂਦੀ ਵਾਪਸ ਆਊਗੀ, ਇੱਕ ਦਿਨ ਮਾਫੀਆ ਮੰਗੂਗੀ, ਮੈਂ ਤੁਹਾਨੂੰ ਪਰੇਸ਼ਾਨ ਕੀਤਾ। ਜਿਹੜੇ ਇਹ ਕਿਤਾਬ ਮੈਂ ਪੜ੍ਹ ਰਿਹਾ ਸੀ ਅਤੇ ਮੇਰੀ ਅੱਖਾਂ ਤੋਂ ਅੱਥਰੂ ਫੁੱਟ ਫੁੱਟ ਨਿਕਲੇ, ਮੈਂ ਰੋਇਆ ਕਿ ਕਾਸ਼ ਕਿ ਇੱਦਾਂ ਦਾ ਹਿਰਦਾ ਮੇਰਾ ਵੀ ਹੋ ਜਾਏ। ਇਸ ਕਰਕੇ ਹਿਰਦਾ ਰੋਇਆ, ਮੈਂ ਮੈਨੂੰ ਇੱਦਾਂ ਲੱਗਾ ਕਿ ਮੈਨੂੰ ਮੇਰਾ ਵੀ ਇੱਦਾਂ ਦਾ ਸੁਭਾਅ ਹੋ ਜਾਏ, ਕਿਤੇ ਮੈਂ ਇੱਦਾਂ ਦਾ ਬਣ ਜਾਵਾਂ ਪ੍ਰਭੂ, ਅਤੇ ਮੈਂ ਤੇਰਾ ਬਹੁਤ ਧੰਨਵਾਦ ਕਰਦਾ, ਮੈਨੂੰ ਇਹੋ ਜਿਹਾ ਬਣਾ। ਆਈਏ ਇਹਨੂੰ ਪੜ੍ਹਾਂਗੇ, ਅਕਸ਼ਾ ਆ ਪੜ੍ਹ, ਮੈਂ ਸਿਰਫ ਟੱਚ ਕਰਾਉਣੀ ਆ ਤੁਹਾਨੂੰ, ਇਹ ਸਟੋਰੀਆਂ ਨਹੀਂ ਆ, ਇਹ ਰੀਅਲ ਗੱਲਾਂ, ਜਿਹੜੀਆਂ ਸੱਚੀਆਂ ਗੱਲਾਂ ਜਿਹੜੀਆਂ ਆਪਣੀ ਜ਼ਿੰਦਗੀ ਦਾ ਲਿਖੀਆਂ, ਉਹ ਮੈਂ ਪੜ੍ਹੀਆਂ ਜਿਹਨੇ ਮੈਨੂੰ ਰਵਾ ਤਾ ਕੱਲ, ਔਰ ਮੈਂ ਕਿੰਨੀ ਦੇਰ ਆਸੂਆਂ ਨਾਲ ਰੋਂਦਾ ਰਿਹਾ ਸੁਣ ਬੈਠਾ। ਪ੍ਰਭੂ ਸੁਣ, ਪੜ੍ਹੀਏ। ਜਬ ਉਸਕੀ ਮਾਂ ਸ਼੍ਰੀਮਤੀ ਇਵੈਂਜਲਿਨ ਪੌਲ ਦਿਨਾਕਰਨ ਅਸਪਤਾਲ ਮੇਂ ਪ੍ਰਸਵ ਪੀੜਾ ਮੇਂ ਥੀ, ਤਬ ਡਾਕਟਰ ਗਹਿਰਾਈ ਸੇ ਚਿੰਤਨ ਕਰ ਰਹੇ ਥੇ ਕਿ ਓਪਰੇਸ਼ਨ ਕਰਨਾ ਚਾਹੀਏ ਜਾਂ ਸਧਾਰਨ ਓਪਰੇਸ਼ਨ ਕਰਨਾ ਚਾਹੀਏ ਜਾਂ ਬੇਬੀ ਹੋਣ ਵਾਲਾ ਹੈ, ਔਰ ਨੇ ਕੀ ਕਿਹਾ, ਜਾਂ ਸਧਾਰਨ ਪ੍ਰਸਵ ਕਾ ਇੰਤਜ਼ਾਰ ਕਰਨਾ ਚਾਹੀਏ। ਔਰ ਮੈਂ ਘਰ ਪਰ ਥਾ ਔਰ ਅਸਪਤਾਲ ਸੇ ਆਨੇ ਵਾਲੀ ਸਮਾਚਾਰ ਕੀ ਪ੍ਰਤੀਕਸ਼ਾ ਕਰ ਰਹਾ ਥਾ। ਦਿਨਾਕਰਨ ਆਪਣੀ ਨੂੰਹ ਰਾਣੀ ਦੀ ਬੇਬੀ ਦੇ ਹੋਣ ਦੀ ਵੇਟ ਕਰ ਰਿਹਾ, ਦੁਆ ਕਰ ਰਿਹਾ, ਔਰ ਕੀ ਕਹਿ ਰਿਹਾ, ਵਹਿ ਇੱਕ ਛੋਟਾ ਸਾ ਓਪਰੇਸ਼ਨ ਥਾ ਪਰੰਤੂ ਮੈਂ ਉਸਕੇ ਲੀਏ ਤਿਆਰ ਨਹੀਂ ਥਾ, ਮੈਨੇ ਪਰਮੇਸ਼ਵਰ ਕੀ ਔਰ ਦੇਖਾ ਔਰ ਆਂਸੂਓ ਕੇ ਸਾਥ ਕਹਾ। ਦੇਖਿਆ, ਸੁਣੀ, ਇੱਕ 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 ਮਤਲਬ ਕਿ ਫਾਦਰ ਇਨ-ਲਾਅ ਦਾ ਪਿਆਰ ਦੇਖਿਆ, ਸਹੁਰਾ ਸਾਹਿਬ ਦਾ ਇਹੋ ਜਿਹਾ ਕੋਈ ਪਿਆਰ ਕਰੇ, ਕਿਵੇਂ ਉਹਦੀ ਨੌ ਦੇ ਕੱਪੜੇ ਨਾਲ ਧੋਕਦੇ, ਕਿਵੇਂ ਉਹਦੇ ਬੂਟ ਪਾਲਿਸ਼ ਨਾ ਕਰਕੇ ਦੇਵੇਗੀ, ਕਿਵੇਂ ਉਹਨਾਂ ਨੂੰ ਪਿਆਰ ਕਰੇਗੀ। ਪੀੜਾ ਦੇ ਨਾਲ ਰੋ ਰਿਹਾ ਕਿ ਪ੍ਰਭੂ ਕੀ ਕਿਹਾ, ਆਂਸੂਓ ਕੇ ਸਾਥ ਕਹਾ ਪ੍ਰਭੂ ਯੇਸ਼ੂ ਮਸੀਹ। ਆਂਸੂ ਨਾਲ ਰੋ ਕੇ ਇੱਕ ਡੈਡੀ ਨੇ ਸਹੁਰਾ ਸਾਹਿਬ ਪ੍ਰੇਰ ਕਰ ਰਿਹਾ ਆਪਣੀ ਨੌ ਲਈ, ਆਂਸੂ ਨਾਲ। ਇੱਦਾਂ ਦੇ ਕਹਿੰਦੇ ਕਿ ਨੌ ਚੰਗੀ ਨਹੀਂ, ਤੂੰ ਕਿਹੜਾ ਚੰਗਾ ਹੈ, ਤੇਰੇ ਕਦੀ ਅੱਥਰੂ ਨਹੀਂ ਨਿਕਲੇ ਤੇਰੀ ਨੌ ਦੇ ਵਾਸਤੇ, ਕਦੀ ਆਸੋ ਨਾ ਬਹਿ ਕਿ ਪ੍ਰਭੂ ਮੇਰੇ ਬੱਚੇ ਆ। ਇੱਦਾਂ ਦੀਆਂ ਫੈਮਲੀਆਂ ਬਹੁਤ ਮੁਸੀਬਤ ਘੱਟ ਮਿਲਣੀਆਂ ਤੁਹਾਨੂੰ, ਲੜਨ ਵਾਲੀਆਂ ਹਜ਼ਾਰਾਂ, ਬੋਲੋ ਲੜਨ ਵਾਲੀਆਂ ਹਜ਼ਾਰਾਂ, ਸੱਸ ਸਹੁਰਾ ਲੜਨ ਵਾਲੇ ਹਜ਼ਾਰਾਂ ਮਿਲਣਗੇ, ਨੌ ਵੀ ਮਿਲ ਜਾਣਗੇ ਲੜਨ ਵਾਲੀਆਂ। ਕੋਈ ਖੁਦਾ ਪ੍ਰਸਤ ਹੋਵੇ, ਬਾਈਬਲ ਰੱਖਣਾ ਖੁਦਾ ਪ੍ਰਸਤ ਨਹੀਂ ਆ, ਬਾਈਬਲ ਪੜ੍ਹਨਾ, ਬਾਈਬਲ ਦੇ ਚੱਲਣਾ ਖੁਦਾ ਪ੍ਰਸਤ ਲੋਕ ਹੁੰਦੇ ਹਨ, ਉਹਨਾਂ ਨੂੰ ਕਹਿੰਦੇ ਕਿ ਵਿਸ਼ਵਾਸੀ ਆ, ਆ ਬਹਿ ਜਾਣਾ ਵਿਸ਼ਵਾਸੀ ਨਹੀਂ ਆ। ਇਹੋ ਜਿਹੀਆਂ ਫੈਮਲੀਆਂ ਖੋ ਗਈਆਂ ਪਾਪ ਦੇ ਵਿੱਚ,
ਮਸੀਹ ਚਰਚ ਜ਼ਰੂਰ ਆ ਪਰ ਜ਼ਿੰਦਗੀ ਮਸੀਹੀ ਨਹੀਂ ਹੈ ਇਦਾਂ ਲਿਖਿਆ ਔਰ ਕੀ ਲਿਖਿਆ ਮੈਨੇ ਆਪਣੀ ਬੇਟੀ ਇਵੈਂਜਲਿਨ ਕੋ ਇੱਕ ਭਯਾਨਕ ਇਹ ਗੱਲ ਪ੍ਰਾਰਥਨਾ ਕੀਤੀ ਇਹ ਪ੍ਰਾਰਥਨਾ ਕੀਤੀ ਕਿ ਮੈਂ ਆਪਣੀ ਬੇਟੀ ਖੋ ਦਿੱਤੀ ਆ ਮੈਂ ਕਿਸੇ ਵੀ ਹਾਲਤ ਵਿੱਚ ਆਪਣੀ ਨੌਂ ਨੂੰ ਨਹੀਂ ਖੋਣਾ ਚਾਹੁੰਦਾ ਜਿਹੜੀ ਮੇਰੀ ਬੇਟੀ ਦੀ ਮਾਂਦਤ ਔਰ ਕੀ ਲਿਖਿਆ ਇਵੈਂਜਲਿਨ ਕੋ ਇੱਕ ਭਯਾਨਕ ਕਾਰ ਦੁਰਘਟਨਾ ਮੇਂ ਖੋ ਦਿਆ ਪ੍ਰਭੂ ਮੈਂ ਆਪਣੀ ਬੇਟੀ ਇਵੈਂਜਲਿਨ ਨੂੰ ਖੋ ਦਿੱਤਾ ਐਂਜਲ ਨੂੰ ਪਰ ਮੈਂ ਦੂਸਰੀ ਹਾਲਾਤ ਅਸੀਂ ਮੈਂ ਆਪਣੀ ਨੌਂ ਨੂੰ ਨਹੀਂ ਕਰ ਨੌਂ ਨਹੀਂ ਕਰ ਰਿਹਾ ਕਹਿੰਦਾ ਮੈਂ ਆਪਣੀ ਦੂਜੀ ਬੇਟੀ ਨੂੰ ਨਹੀਂ ਖੋਣਾ ਚਾਹੁੰਦਾ ਔਰ ਮੈਂ ਇਹ ਦੂਸਰੀ ਇਵੈਂਜਲਿਨ ਕੋ ਜੋ ਤੂਨੇ ਮੁਝੇ ਮੇਰੀ ਬੇਟੀ ਕੇ ਸਥਾਨ ਪਰ ਦੀ ਹੈ ਜਿਹੜੀ ਬੇਟੀ ਤੂੰ ਮੈਨੂੰ ਦਿੱਤੀ ਆ ਆਏ ਖੁਦਾ ਹੁਣ ਮੈਂ ਇਹਨੂੰ ਖੋਣਾ ਇਹਨੂੰ ਨਹੀਂ ਖੋਣਾ ਚਾਹੁੰਦਾ ਇਹ ਪਿਆਰ ਇੱਕ ਅੱਛੇ ਅੱਛੇ ਸੋਹਰਾ ਸਾਹਿਬ ਦਾ ਇਹਨੂੰ ਧਿਆਨ ਰੱਖੀਏ ਮਸੀਹੀ ਫੈਮਲੀਆਂ ਵੀ ਸਥਿਰ ਨਹੀਂ ਹੈ ਕ੍ਰਿਸਚਨ ਹੋ ਕ੍ਰਿਸਚਨ ਹਜ਼ਾਰਾਂ ਲੱਖਾਂ ਲੋਕ ਨੇ ਫੈਮਲੀਆਂ 'ਚ ਫਿਰ ਵੀ ਸਮੱਸਿਆ ਆ ਸ਼ਿਕਾਇਤਾਂ ਆਉਂਦੀਆਂ ਫੋਨ ਦੇ ਉੱਤੇ ਆਉਂਦੀਆਂ ਵਿਅਕਤੀਗਤ ਬਹਿ ਕੇ ਲੋਕ ਆਉਂਦੀਆਂ ਕੋਈ ਦੁਆ ਕਰਨ ਲਈ ਸਾਸੂ ਮਾਂ ਹੋਵੇ ਤੇਰੇ ਸਾਹਮਣੇ ਆ ਜਾਏਗੀ ਤੇਰੀ ਨੂੰਹ ਜੇ ਤੂੰ ਚੰਗੀ ਨਹੀਂ ਹੈ ਜੇ ਤੇਰੀ ਸੱਸ ਨਹੀਂ ਚੰਗੀ ਤੇਰੀ ਲਾਈਫ ਚੰਗੀ ਹੋਵੇ ਤੇਰੇ ਸਾਹਮਣੇ ਚੁੱਕ ਜਾਏਗੀ ਤੇਰਾ ਚਰਿੱਤਰ ਦੇਖ ਕੇ ਇਹੋ ਜਿਹਾ ਚਾਹੀਦਾ ਸਹੁਰਾ ਸਾਹਿਬ ਜਿਹੜਾ ਗੁੱਟੇ 'ਤੇ ਆਏ ਪ੍ਰਭੂ ਇੱਕ ਖੋਤੀ ਮੈਂ ਇਹਨੂੰ ਖੋਣਾ ਇਹਨੂੰ ਨਹੀਂ ਖੋਣਾ ਚਾਹੁੰਦਾ ਔਰ ਫਿਰ ਮੈਂ ਖੋਣਾ ਨਹੀਂ ਚਾਹਤਾ ਮੈਂ ਖੋਣਾ ਨਹੀਂ ਚਾਹਤਾ ਚਾਹੇ ਇਹ ਆਪਰੇਸ਼ਨ ਕਿਤਨਾ ਹੀ ਸਾਧਾਰਨ ਹੋ ਹਾਂ ਪਰੰਤੂ ਮੈਂ ਕੋਈ ਜੋਖਿਮ ਨਹੀਂ ਉਠਾਉਣਾ ਚਾਹਤਾ ਹੂੰ ਹਾਂ ਕਿਰਪਾ ਸਾਧਾਰਨ ਪ੍ਰਸਵ ਕੇ ਦੁਆਰਾ ਜਨਮ ਦੇਣੇ ਕੇ ਲਈ ਉਸਕੀ ਸਹਾਇਤਾ ਕਰੇ ਔਰ ਮੁਝੇ ਸ਼ਾਂਤੀ ਸੇ ਜੀਨੇ ਦੇ ਇਹ ਦੁਆ ਕਰ ਉਹ ਰਾਸੋ ਨਾ ਕਰ ਰਿਹਾ ਆਪਣੀ ਨੋਰ ਵਾਲੀ ਔਰ ਫਿਰ ਦੂਸਰੇ ਹੀ ਸ਼ਣ ਪਵਿੱਤਰ ਆਤਮਾ ਨੇ ਸਵਰਗ ਕੋ ਖੋਲਾ ਦੂਸਰੇ ਸ਼ਣ ਪ੍ਰੇਅਰ ਕਰਦੇ ਸਵਰਗ ਖੁੱਲ ਗਿਆ ਔਰ ਫਿਰ ਔਰ ਮੈਨੇ ਸਵਰ ਸ਼ਕਤੀਮਾਨ ਪਰਮੇਸ਼ਵਰ ਕਾ ਮਹਾਨ ਸਿੰਹਾਸਨ ਕੋ ਦੇਖਾ ਹਾਂ ਮੈਨੇ ਆਗ ਕੋ ਗੋਲਾਕਾਰ ਰੂਪ ਮੇਂ ਦੇਖਾ ਔਰ ਉਸਮੇਂ ਸੇ ਫੋਸਫਰਸ ਔਰ ਗੰਧਕ ਕਾ ਧੂੰਆਂ ਮਿਲਕਰ ਪੂਰਨ ਤੀਵਰਤਾ ਸੇ ਪਰਮੇਸ਼ਵਰ ਕੇ ਸਿੰਹਾਸਨ ਸੇ ਨਿਕਲ ਰਹਾ ਥਾ ਹਾਂ ਵਹ ਤੀਵਰਤਾ ਸੇ ਅਸਪਤਾਲ ਕੀ ਔਰ ਜਾ ਰਹਾ ਥਾ ਔਰ ਉਸ ਪ੍ਰਸਵ ਕਕਸ਼ ਮੇਂ ਭਰ ਗਿਆ ਜਹਾਂ ਇਵੈਂਜਲਿਨ ਸ਼ਿਸ਼ੂ ਕੋ ਜਨਮ ਦੇ ਰਹੀ ਥੀ ਹਾਂ ਉਸਕੇ ਪਸ਼ਚਾਤ ਮੈਨੇ ਯਿਸ਼ੂ ਮਸੀਹ ਕੋ ਸ਼ਾਂਤ ਔਰ ਧੈਰਯਵਾਨ ਚਿਹਰੇ ਕੇ ਸਾਥ ਮੇਰੇ ਕਮਰੇ ਮੇਂ ਆਤੇ ਦੇਖਾ ਔਰ ਉਸਨੇ ਆਪਣੀ ਮਧੁਰ ਉਸ ਕਮਰੇ ਵਿੱਚ ਆਸੋਂ ਦੀ ਪ੍ਰਾਰਥਨਾ ਕਿਨੂੰ ਆਲੇ ਮਜੂਰ ਕਰਤਾ ਪ੍ਰਭੂ ਯਿਸ਼ੂ ਮਸੀਹ ਉਸ ਕਮਰੇ 'ਚ ਆ ਗਏ ਇਹ ਸੱਚੀ ਦਿਲ ਦੀ ਹਿਰਦੇ ਦੀ ਦੁਆ ਆਸੋਂ ਦੇ ਨਾਲ ਔਰ ਫਿਰ ਔਰ ਉਸਨੇ ਆਪਣੀ ਮਧੁਰ ਵਾਣੀ ਮੇਂ ਮੁਝਸੇ ਕਹਾ ਬੱਚੇ ਨੇ ਜਨਮ ਲੈ ਲਿਆ ਹੈ ਔਰ ਵਹ ਚਲਾ ਗਿਆ ਇਹ ਬਸ ਮੈਸੇਜ ਤਾਂ ਬੱਚੇ ਨੇ ਜਨਮ ਲੈ ਲਿਆ ਤੇ ਉਹ ਕੀ ਹੋ ਗਿਆ ਚਲਾ ਗਿਆ ਔਰ ਫਿਰ ਕੁਛ ਹੀ ਸ਼ਣੋ ਕੇ ਬਾਅਦ ਮੇਰੇ ਬੇਟੇ ਨੇ ਹਸਪਤਾਲ ਸੇ ਮੁਝੇ ਫੋਨ ਕਰਕੇ ਬਤਾਇਆ ਬੇਟੀ ਕਾ ਜਨਮ ਹੁਆ ਹੈ ਔਰ ਬਿਨਾਂ ਕਿਸੀ ਆਪਰੇਸ਼ਨ ਕੇ ਮੈਨੇ ਉਸਸੇ ਪੁੱਛਾ ਕਿਸ ਸਮੇਂ ਪਰ ਬੇਟੀ ਹੋਈ ਉਸਨੇ ਕਿਹਾ ਪ੍ਰਾਤਿਆ 10:20 ਪਰ ਮੈਨੇ ਉਸੀ ਵਕਤ ਘੜੀ ਕੀ ਔਰ ਦੇਖਾ ਔਰ ਇਹ ਬਿਲਕੁਲ ਵਹੀ ਸਮੇਂ ਥਾ ਜਬ ਪ੍ਰਭੂ ਯੇਸ਼ੂ ਮਸੀਹ ਨੇ ਮੁਝੇ ਬਤਾਇਆ ਥਾ ਬੱਚੇ ਨੇ ਜਨਮ ਲੈ ਲਿਆ ਹੈ ਸੁਣੀਏ ਇਹੀ ਗੱਲ ਤੁਹਾਨੂੰ ਪਤਾ ਜਿਲੇ ਪਰਮੇਸ਼ੁਰ ਦੇ ਦਾਸ ਕਿਤੇ ਪ੍ਰੇਰ ਕਰਨ ਜਾਂਦੇ ਆ ਪਰਮੇਸ਼ੁਰ ਦੀ ਉਪਸਥਿਤੀ ਆਉਂਦੀ ਉਸ ਜਗ੍ਹਾ ਉੱਤੇ ਪਰਮੇਸ਼ੁਰ ਆਉਂਦਾ ਜਿਲੇ ਕਹਿੰਦੇ ਨਾ ਸੀ ਕਿ ਉਹ ਪਰ ਸਾਹਿਬ ਆਪਰੇਸ਼ਨ ਕੈਂਸਲ ਹੀ ਹੋ ਗਿਆ ਫਿਰ ਇੱਦਾਂ ਹੋਇਆ ਭਾਈ ਸ਼ਿੰਦਰਪਾਲ ਜੀ ਜਿਹੜੇ ਰਾਣੀ ਦੀ ਵਾਈਫ ਆ ਉਹਦੇ ਡਾਕਟਰ ਨੇ ਕਿਹਾ ਸੀ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋਣਾ ਹੁਣੀ ਜਿਹੜਾ ਕੇਸ ਆ ਬਹੁਤ ਉਲਝਣ 'ਚ ਪੈ ਗਿਆ ਹੈ ਉਹ 'ਚ ਹੋ ਸਕਦਾ ਇੱਕ ਜੀ ਜਾ ਵੀ ਸਕਦਾ ਹੈ ਉਹਨੇ ਇਹ ਵੀ ਕਿਹਾ ਸੀ ਜਾ ਸਕਦਾ ਹੈ ਰਮਨ ਦੀ ਜਿਹੜੀ ਵਾਈਫ ਆ ਉਹ ਭਾਈ ਚੰਦਰਪਾਲ ਦੀ ਨੂੰਹ ਨੇ ਕਿ ਬਈ ਜਾ ਸਕਦਾ ਇੱਥੇ ਜੌਲ ਹੋਸਪਿਟਲ ਪਰ ਉਸੇ ਵੇਲੇ ਸਾਡੀ ਭੈਣ ਜੀ ਸ਼੍ਰੀ ਲੰਕਾ ਜੀ ਪਹੁੰਚ ਗਏ ਉੱਥੇ ਇਹਨੇ ਕਮਰੇ ਕਛ ਜਾ ਕੇ ਦੁਆ ਕੀਤੀ ਅਤੇ ਬੱਚਾ ਕੀ ਹੋ ਗਿਆ ਬੋਲੋ ਨੋਰਮਲ ਹੋਇਆ ਬੱਚਾ ਉਸ ਵੇਲੇ ਇਹ ਪਤਾ ਕਦੋਂ ਹੁੰਦਾ ਇਹ ਪ੍ਰਾਰਥਨਾ ਇੱਕ ਆਸੋਂ ਦੀ ਹੁੰਦੀ ਦੂਜਾ ਹਿਰਦੇ 'ਤੇ ਹੁੰਦੀ ਇੱਕ ਸਿਰਫ ਸ਼ਬਦਾਂ ਨਾਲ ਲੋਕ ਪ੍ਰੇਰ ਕਰਦੇ ਆ ਗੱਲੀ ਜ਼ਬਾਨੀ
एक अंदरों प्रेयर आती अंदरों टुटे हिरदे ना आंसुओं नाल वो प्रार्थना जिहड़ी आ बाइबल कहिंदी प्रभावशाली हुंदी आ। तदी लिखा तेरे आंसुओं नूं मैं देखिया है। मेरे भैन भराओ मैं दसना चाहुंदा स्वर्गदूत आंदे आ आंदे आ और इदां नहीं आके उत्थे खड़ा मैं देख रहा चला गया वो कुछ जिहड़े आएगा तो कुछ करके जाएगा कुछ दे के जाएगा मैसेज लैके आएगा। अब मैं की करना चाहुंदा है ਇਹਦਾ ਦੂਸਰਾ ਟੌਪਿਕ ਅਕਸ਼ਾ ਫੜਾ ਜੀ ਸਾਹਿਬ ਇਹਦਾ ਦੂਸਰਾ ਟੌਪਿਕ ਇੱਥੇ ਮੈਂ ਤੁਹਾਨੂੰ ਟੱਚ ਕਰਾਉਣਾ ਸਿਰ ਇਸ ਕਰਕੇ ਇਹ ਮੈਂ ਇੱਕ ਕਿਉਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ ਤਾਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਮੈਂ ਤੁਹਾਨੂੰ ਕਿਹੜੀ ਗੱਲ ਕਰਨਾ ਚਾਹੁੰਦਾ। ਆਈਏ ਦੂਸਰਾ ਇੱਕ ਔਰ ਮੈਂ ਤੁਹਾਨੂੰ ਪੜ੍ਹਾਉਣਾ ਚਾਹੁੰਦਾ। ਇੱਕ ਰਾਤ ਫਿਰ ਪ੍ਰੇਅਰ ਚੱਲੀ ਉਸ ਪ੍ਰੇਅਰ 'ਚ ਕੀ ਰਿਜ਼ਲਟ ਆਇਆ। ਮੈਂ ਇੱਕ ਪ੍ਰਿਯ ਦੰਪਤੀ ਕੋ ਜਾਣਦਾ ਹਾਂ ਇੱਕ ਕਪਲ ਨੂੰ ਅੱਛੇ ਤਰੀਕੇ ਨਾਲ ਕਹਿੰਦਾ ਮੈਂ ਜਾਣਦਾ ਹਾਂ ਜੋ ਹਮਾਰੀ ਸੇਵਕਾਈ ਸੇ ਜੁੜੇ ਹੈ ਔਰ ਉਸ ਭਾਈ ਕਾ ਨਾਮ ਆਇਸਕ ਰਾਜਕੁਮਾਰ ਹੈ ਹਾਂ ਔਰ ਬਹਿਨ ਕਾ ਨਾਮ ਸੁਜਰਿਤਾ ਹੈ ਹਾਂ ਔਰ ਵੇ ਅਭੀ ਵੀ ਚੇਨਈ ਮੇ ਰਹਤੇ ਹੈ। ਇੱਕ ਬਾਰ ਉਨਕਾ ਨਵਜਾਤ ਬੇਟਾ ਅਸਪਤਾਲ ਮੇ ਜੀਵਨ ਕੇ ਲੀਏ ਸੰਘਰਸ਼ ਕਰ ਰਹਾ ਥਾ। ਜਬ ਮੈਂ ਬੈਂਕ ਸੇ ਲੌਟਾ ਤੋ ਇਸ ਖਬਰ ਨੇ ਮੇਰੇ ਹਿਰਦੇ ਕੋ ਤੋੜ ਕਰ ਰੱਖ ਦਿਆ। ਇਹ ਆ ਪਰਮੇਸ਼ਰ ਦਾ ਸੱਚਾ ਜਨ ਜਿਹੜੇ ਖੁਦਾ ਦੇ ਸੱਚੇ ਸੇਵਕ ਆ ਨਾ ਉਹ ਸ਼ੋ ਨਹੀਂ ਕਰਦੇ ਲੇਕਿਨ ਆਪਣੀਆਂ ਪਰਸਨਲ ਪ੍ਰਾਰਥਨਾ 'ਚ ਆਸੂ ਬਹਿੰਦੇ ਹਨ ਰੋਂਦੇ ਖੁਦਾ ਸਾਹਿਬ ਉਹਨਾਂ ਅੰਦਰ ਦਇਆ ਰਹਿੰਦੀ ਦਿਖਾਵਟ ਹੀ ਨਹੀਂ ਹੈ। ਬਹੁਤ ਲੋਕ ਇੱਦਾਂ ਸਮਝਦੇ ਨੇ ਮੈਂ ਦੇਖਿਆ ਲੋਕਾਂ ਦੇ ਅੰਦਰ ਅੰਦਰ ਲਿਖੀ ਉਹਨਾਂ ਦੇ ਘਰ ਜਾ ਕੇ ਪ੍ਰੇਅਰ ਪ੍ਰੇਅਰ ਘੰਟਾ ਲਾ ਦਿਓ ਬੜੇ ਖੁਸ਼ ਹੁੰਦੇ ਇੱਕ ਘੰਟਾ ਪ੍ਰੇਅਰ ਕੀ ਸਾਡੇ ਘਰ ਆ ਕੇ ਪਾਦਰੀ ਸਾਹਿਬ ਨੇ ਦਿਖਾਵਟੀ ਪ੍ਰੇਅਰ ਉੱਥੋਂ ਆਨੰਦਿਤ ਹੁੰਦੇ ਆ। ਪਤਾ ਨਹੀਂ ਤੇਰੇ ਘਰ ਨਾਲੋਂ ਜ਼ਿਆਦਾ ਉਹ ਆਪਣੇ ਘਰ 'ਚ ਆਪਣੇ ਕਮਰੇ 'ਚ ਆਪਣੇ ਕਮਰੇ ਕਕਸ਼ 'ਚ ਲੈ ਜਾਂਦਾ ਆ ਉਹ ਕਿੰਨੀ ਤੇਰੇ ਤੁਹਾਡੀ ਫੈਮਿਲੀ ਕਿੰਨੀ ਪ੍ਰੇਅਰ ਕਰਦਾ। ਇਹਦੇ 'ਤੇ ਉਹਦਾ ਵਿਸ਼ਵਾਸ ਨਹੀਂ ਹੈ ਪਰ ਦਿਖਾਵਟੀ ਪੇੜ 'ਤੇ ਜ਼ਿਆਦਾ ਵਿਸ਼ਵਾਸ ਹੁੰਦਾ। ਪਰ ਸਾਹਿਬ ਸਾਡੇ ਇੱਕ ਘੰਟਾ ਪ੍ਰੇਅਰ ਕਰਕੇ ਗਏ ਬੜਾ ਖੁਸ਼ ਹੁੰਦੇ। ਦਿਖਾਵਟੀ ਪ੍ਰੇਅਰ ਅਸਲੀ ਕੋਲ ਨਹੀਂ ਹੁੰਦੀ। ਅਸਲੀ ਆਪਣੇ ਜਿਹੜਾ ਅਸਲੀ ਰੱਬ ਦਾ ਦਾਸ ਆ ਉਹ ਗੁੱਟਿਆਂ 'ਤੇ ਆਪਣੀ ਪਰਸਨਲ ਪ੍ਰੇਅਰ 'ਚ ਰੁੰਦਾ ਹੈ। ਉਹਦੇ ਹਿਰਦੇ ਨੂੰ ਕੋਈ ਨਹੀਂ ਜਾਣ ਸਕਦਾ ਸਿਰਫ ਆਤਮਿਕ ਆਦਮੀ ਜਾਣ ਸਕਦਾ ਉਹਦੀ ਗੱਲ ਨੂੰ। ਇਹ ਵਿਅਕਤੀ ਆਪਣੇ ਕੰਮ ਤੋਂ ਆਇਆ ਸ਼ਾਮ ਨੂੰ ਦਿਨਾ ਕਰਨ ਜੀ ਪ੍ਰਭੂ ਦੇ ਸੰਤ ਆਏ ਇਹਨੂੰ ਜਿਹੜੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੂੰ ਕਿ ਇਸ ਤਰੀਕੇ ਨਾਲ ਬੱਚਾ ਬਿਮਾਰ ਆ ਅਤੇ ਰਾਤ ਆ ਕੇ ਕਿਹੜੇ ਗੋਡੇ ਟੇਕੇ ਕੀ ਕਿਆ ਪੜ੍ਹੀਏ। ਜਬ ਮੇਰਾ ਪਰਿਵਾਰ ਸੋ ਗਿਆ ਤੋ ਮੈਂ ਆਪਣੇ ਪਲੰਗ ਕੇ ਪਾਸ ਘੁਟਨੇ ਟੇਕ ਕਰ ਇਹਨਾਂ ਨੂੰ ਪਤਾ ਲੱਗਾ ਤੇ ਰਾਤ ਇਹਨੇ ਗੁੱਟੇ ਟੇਕੀ ਕੀ ਕਰਦੇ ਪਏ ਨੇ ਲਗਭਗ 11 ਵਜੇ ਪ੍ਰਾਰਥਨਾ ਕਰਨੇ 11 ਰਾਤ ਦੇ ਵਜੇ 11 ਵਜੇ ਪ੍ਰੇਅਰ ਕਰ ਰਹੇ ਨੇ ਔਰ ਫਿਰ ਕੀ ਪਰਮੇਸ਼ਰ ਉਸ ਬੱਚੇ ਕੋ ਜੀਵਨ ਦੇ ਹਾਂ ਐਸੇ ਅਫਸਰੋਂ ਪਰ ਮੁਝੇ ਪਤਾ ਵੀ ਨਹੀਂ ਚਲਤਾ ਕਿ ਕਿਸ ਪ੍ਰਕਾਰ ਸਮੇਂ ਬੀਤ ਜਾਤਾ ਹੈ। ਸੁਣੀਏ ਜਿਲੇ ਸਹੀ ਵਿਅਕਤੀ ਪ੍ਰਾਰਥਨਾ 'ਚ ਹੁੰਦਾ ਨਾ ਆਤਮਾ 'ਚ ਹੁੰਦਾ ਨਾ ਅੱਖਾਂ ਖੋਲ ਕੇ ਦੇਖਦਾ ਕਿਸੇ ਨੂੰ ਨਾ ਉਹਦੇ ਵੱਲੋਂ ਪਤਾ ਹੁੰਦਾ ਕੋਈ ਆ ਰਿਹਾ ਕੋਈ ਜਾ ਰਿਹਾ ਨੂੰ ਕੁਛ ਨਹੀਂ ਪਤਾ ਉਹ ਆਪਣੇ ਪਰਮੇਸ਼ਰ ਦੇ ਨਾਲ ਕੀ ਹੋ ਜਾਂਦਾ ਹੈ ਜੁੜ ਜਾਂਦਾ। ਉਹੀ ਸੱਚੀ ਪ੍ਰੇਅਰ ਆ ਉਹੀ ਉਸ ਜਗ੍ਹਾ 'ਤੇ ਜਿਹੜੇ ਬੰਦਾ ਸਹੀ ਇਨੋਇੰਟਿੰਗ 'ਚ ਹੁੰਦਾ ਆਤਮਾ 'ਚ ਚੱਲਦਾ ਅਭਿਸ਼ੇਕ 'ਚ ਫਿਰ ਇਹਨਾਂ ਨੂੰ ਪਤਾ ਲੱਗਦਾ 2 ਘੰਟੇ 3 ਘੰਟੇ 6 ਘੰਟੇ ਕਿੱਥੇ ਗਏ। ਸਰੀਰਕ ਆਦਮੀ 15 ਮਿੰਟ 'ਚ ਥੱਕ ਜਾਏਗਾ ਬਸ ਉਹਦੀ ਪ੍ਰਾਰਥਨਾ ਤੋਂ ਵੱਧ ਨਹੀਂ ਹੋਏਗੀ ਦੌੜ ਜਾਏਗਾ ਮੇਰਾ ਦਿਲ ਨਹੀਂ ਕਰਦਾ ਫਿਰ ਉਹ ਦਿਲ ਤੇਰਾ ਕਰਨਾ ਨਹੀਂ ਕਿਉਂਕਿ ਤੂੰ ਸਰੀਰਕ ਆ। ਸਰੀਰਕ ਆਦਮੀ ਖੁਦਾ ਦੇ ਸਾਹਮਣੇ ਨਹੀਂ ਬਹਿ ਸਕਦਾ ਆਤਮਾ 'ਚ ਚੱਲਣਾ ਆਦਮੀ ਉਹ ਖੁਦਾ ਦਾ ਜਲਾਲ ਵੇਖੇਗਾ। ਇੱਦਾਂ ਲਿਖਿਆ 11 ਵਜੇ ਬੈਠੇ ਆ ਔਰ ਸੁਬਹਾ ਕੇ 5 ਵਜੇ ਬੋਲੋ ਕਿੰਨੇ ਵਜੇ ਬੈਠੇ ਬੋਲੋ ਕਿੰਨੇ ਵਜੇ 11 ਵਜੇ ਬੈਠੇ ਕੰਮ ਤੋਂ ਆਉਣ ਤੋਂ ਬਾਅਦ ਰਾਤ ਸਾਰਾ ਦਿਨ ਆਪਣੇ ਕਿੱਥੇ ਬੈਂਕ 'ਚ ਰਹੇ ਕੰਮ ਕੀਤਾ ਅਤੇ ਰਾਤ ਨੂੰ 11 ਵਜੇ ਆ ਕੇ ਦੁਆ 'ਚ ਬਹਿ ਗਏ ਔਰ ਫਿਰ ਸੁਬਹਾ ਕੇ 5 ਵਜੇ ਪਰਮੇਸ਼ੁਰ ਕੇ ਸਵਰਗਦੂਤ ਨੇ ਆ ਕੇ ਮੁਝਸੇ ਕਿਹਾ ਸਵੇਰੇ 5 ਵਜੇ ਸਵਰਗਦੂਤ ਨੇ ਆ ਕੇ ਕਿਹਾ ਪ੍ਰਾਰਥਨਾ 'ਚ ਚਿੰਤਾ ਮਤ ਕਰ ਚਿੰਤਾ ਨਾ ਕਰ ਬੱਚਾ ਜੀਵਿਤ ਹੈ ਬੋਲੋ ਬੱਚਾ ਕੀ ਹੈ ਕੌਣ ਮੈਂ ਸਰਦੂਤ ਕਦ ਲਿਆਂਦਾ ਬੋਲੋ ਸਰਦੂਤ ਕਦ ਲਿਆਂਦਾ ਮੈਸੇਜ ਲੈ ਕੇ ਆਉਂਦਾ ਬੋਲੋ ਕੀ ਲੈ ਕੇ ਆਉਂਦਾ ਜਵਾਬ ਦੇਣਾ ਆਉਂਦਾ ਤੁਹਾਨੂੰ ਜਿਹੜੀ ਪ੍ਰੇਅਰ ਕਰਦੇ ਹਾਂ ਪਰ ਅਸੀਂ ਸਮਾਂ ਗੁਜ਼ਾਰਾਂਗੇ ਅਤੇ ਜਵਾਬ ਤਾਂ ਥੋੜ੍ਹਾ 15 ਰਾਤ 11 ਵਜੇ ਦੁਆ ਕਰਦਾ ਹੋਵੇ ਅਤੇ 20-20 ਵਾਰੀ ਤੈਨੂੰ ਗਲਾਟ ਆਉਣੇ 12 ਤੋਂ ਪਹਿਲਾਂ ਹੀ ਪਹਿਲਾਂ ਤੈਨੂੰ ਇਹੋ ਜਾਣਾ ਹਾਲੇਲੂਇਆ ਕਿੱਦਾਂ ਕਰਦੇ 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 ਉਹ ਜਿਹੜਾ ਆਪਾਂ ਰਜਾਈ ਖੇ ਉੱਥੇ ਸਿਰਹਾਣੇ 'ਤੇ ਸਿਰ ਰੱਖ ਕੇ ਕੀ ਆ ਬੋਲੋ ਇੱਦਾਂ ਹੀ ਹੋ ਜਾਓ
ਘੰਟਾ ਦੋ ਘੰਟੇ ਸੁੱਕੇ ਫਿਰ ਉੱਠਣਾ, ਹਾਏ ਦੋ ਵੱਜ ਗਏ, ਨੀਂਦ ਆ ਪੂਰੀ ਕਰ ਲਈ। ਇੱਦਾਂ ਮੈਂ ਦੇਖਿਆ ਲੋਕ ਵੀ ਸਰੀਰਕ ਲੋਕਾਂ ਨੂੰ ਬੜੀ ਜਲਦੀ ਨੀਂਦ ਆਉਂਦੀ। ਬਾਈਬਲ ਦੀ ਗੱਲ ਕਰੋਗੇ ਨਾ ਤਾਂ ਵੀ ਨੀਂਦ ਆਉਂਦੀ, ਉਹਨਾਂ ਨੂੰ ਨੀਂਦ ਆਉਂਦੀ, ਜਲਦੀ ਸੌ ਜਾਣਗੇ। ਇਹ ਇਹਨਾਂ 'ਤੇ ਦੁਸ਼ਟ ਆਤਮਾ ਦਾ ਪ੍ਰਭਾਵ ਆ, ਇਹਨਾਂ ਰੂਹਾਂ ਦੇ ਉੱਤੇ ਪੁੱਤਰ ਆਤਮਾ ਦਾ ਨਹੀਂ। ਦੁਸ਼ਟ ਆਤਮਾ ਨੂੰ ਨਾ ਵਚਨ ਸੁਣ ਦਿੰਦੀਆਂ, ਨਾ ਪੜ੍ਹਨ ਦਿੰਦੀਆਂ, ਨਾ ਦੁਆ ਕਰਨ ਦਿੰਦੀਆਂ। ਮੇਰੀ ਗੱਲ ਸਮਝ ਆ ਰਹੀ ਤੁਹਾਨੂੰ? ਇੱਕ ਹਾਲੂਆ ਬੋਲੋਗੇ, ਇਹਦਾ ਕਹਿਣਾ ਸੁਸਤੀ ਵੀ ਨਿਕਲ ਜਾਂਦੀ ਹੈ। ਸੁਣੀਏ ਖਿਆਲ ਨਾਲ, ਇੱਦਾਂ ਲਿਖਿਆ, ਪੜ੍ਹੀ ਕੀ ਲਿਖਿਆ? ਉਹ ਇਨ ਸ਼ਬਦੋਂ ਨੇ ਮੇਰੇ ਚਿੰਤਿਤ ਹਿਰਦੇ ਕੋ ਸ਼ਾਂਤੀ ਕਹਿੰਦੇ, ਫਿਕਰ ਨਾ ਕਰ, ਬੱਚਾ ਕੀ ਹੋ ਗਿਆ ਹੈ? ਬੱਚਾ ਜੀਵਿਤ ਆ, ਸਵਰਗ ਮੈਂ। ਔਰ ਇਹਨਾਂ ਗੱਲਾਂ ਕੀ ਕਰਤਾ? ਸ਼ਾਂਤ ਕਰਤਾ। ਇਨ ਸ਼ਬਦੋਂ ਨੇ ਮੇਰੇ ਚਿੰਤਿਤ ਹਿਰਦੇ ਕੋ ਸ਼ਾਂਤੀ ਔਰ ਆਰਾਮ ਸੇ ਭਰ ਦਿਆ। ਔਰ ਮੈਂ ਆਪਣੇ ਬਿਸਤਰ ਪਰ ਸੋ ਗਿਆ ਤਾਂ ਕਿ ਦਫ਼ਤਰ ਜਾਣੇ ਸੇ ਪਹਿਲੇ ਕੁਛ ਦੇਰ ਆਰਾਮ ਕਰ ਸਕੂੰ। ਹਾਂ, ਤਬ ਉਸ ਪ੍ਰਿਯ ਪਰਿਵਾਰ ਸੇ ਸਮਾਚਾਰ ਆਇਆ ਕਿ ਉਨਕਾ ਬੱਚਾ ਅਦਭੁਤ ਰੀਤੀ ਸੇ ਠੀਕ ਹੋ ਗਿਆ। ਮੈਨੇ ਉਨਸੇ ਪੂਛਾ ਉਸ ਸਮੇਂ ਕਿਤਨੇ ਬਜੇ ਥੇ, ਉਨ੍ਹੋਂਨੇ ਕਹਾ ਸੁਬਹੇ ਕੇ 5 ਬਜ ਰਹੇ ਥੇ। ਜੀ ਹਾਂ, ਸਵਰਗਦੂਤ ਵਾਸਤਵਿਕ ਹੋਤੇ ਹੈ, ਵੇ ਉਨ ਸੰਦੇਸ਼ੋ ਕੋ ਲਾਤੇ ਹੈ ਜੋ ਸੱਚਮੁੱਚ ਸਵਰਗ ਸੇ ਆਤੇ ਹੈ। ਬੋਲੋ ਕੀ ਲੈ ਕੇ ਆਉਂਦੇ? ਮੈਸੇਜ ਲੈ ਕੇ ਆਉਂਦੇ ਸਵਰਗਦੂਤ, ਇੱਦਾਂ ਲੈ ਕੇ ਮੈਸੇਜ ਆਉਂਦਾ। ਇਹਨੂੰ ਖਿਆਲ ਨਾਲ ਸੁਣੀਏ, ਇਹ ਉਹ ਸਵਰਗਦੂਤ ਆ ਮਿਕਾਇਲ, ਜਿਹੜਾ ਹਮੇਸ਼ਾ ਤੁਹਾਡੇ ਮੈਸੇਜ ਲਈ ਤੁਹਾਡਾ ਵੇਟ ਕਰਦਾ ਰਹਿੰਦਾ। ਤੁਸੀਂ ਕਹਿੰਦੇ ਜਵਾਬ ਨਹੀਂ ਆਉਂਦਾ, ਉਹ ਚਾਹੁੰਦਾ ਮੈਸੇਜ, ਪਰ ਜ਼ਿੰਦਗੀ ਠੀਕ ਨਾ ਹੋਣ ਕਰਕੇ ਮੈਸੇਜ ਰੁਕ ਜਾਂਦਾ। ਉਹ ਚਾਹੁੰਦਾ ਹੈ, ਉਹਨੇ ਇਸ ਕਰਕੇ ਸਵਰਗਦੂਤ ਰੱਖਿਆ ਮੈਸੇਜ ਦੇਵੇ। ਮੈਸੇਜ ਇਸ ਕਰਕੇ ਨਹੀਂ ਆਉਂਦਾ ਕਿ ਸਾਡੀ ਲਾਈਫ ਦੇ ਮੁਤਾਬਕ ਨਹੀਂ ਹੈ। ਇੱਕ ਲਾਈਨ ਨੋਟ ਪੜ੍ਹਨਾ ਮੈਨੂੰ ਜਰਾ, ਮੈਂ ਤੁਹਾਨੂੰ ਥੋੜ੍ਹਾ ਟੱਚ ਕਰਨਾ ਚਾਹੁੰਦਾ। ਦੇਖੀਏ, ਅੱਜ ਮੇਰਾ ਥੋੜ੍ਹਾ ਮੈਸੇਜ ਟੋਪਿਕ ਧਿਆਨ ਨਾਲ ਸੁਣਨਾ, ਕਿੱਧਰ ਜਾ ਰਿਹਾ ਹੈ। ਜਿਹੜਾ ਅਸੀਂ ਹੁਣ ਇਸ ਵਚਨ ਨੂੰ ਜਿਹੜੇ ਪੜ੍ਹਦੇ ਹਾਂ, ਇਹਦਾ ਇੱਕ ਹੋਰ ਬੜਾ ਗਹਿਰਾ ਭੇਤ ਆ ਜਿਹੜਾ ਮੈਂ ਦੱਸਣਾ ਚਾਹੁੰਦਾ ਤੁਹਾਨੂੰ। 7 ਚੈਪਟਰ ਵਿੱਚ ਸਨ 1985 ਮੇ ਸੁਣਿਆ ਖਿਆਲ ਨਾਲ, ਮੈਂ ਬੜੀ ਹੁਣ ਦੱਸਣਾ ਜਿਹੜੇ ਉੱਤੇ ਬਿਮਾਰੀਆਂ ਆਉਂਦੀਆਂ ਤੁਹਾਡੇ 'ਤੇ ਕਿੱਦਾਂ ਆਉਂਦੀਆਂ, ਪਰੇਸ਼ਾਨੀਆਂ ਕਿਉਂ ਆਉਂਦੀਆਂ ਲੋਕਾਂ ਦੇ ਘਰਾਂ 'ਤੇ, ਉਹਦੇ ਕਾਰਨ ਕੀ ਹੈ? ਪੜ੍ਹੀਏ 1985 'ਚ। ਮੈਂ ਬੜੀ ਵੇਦਨਾ ਮੇ ਥਾ, ਹਾਂ, ਕਿਉਂਕਿ ਮੇਰੇ ਦੋਨੋਂ ਗੁਰਦੇ ਖਰਾਬ ਹੋ ਗਏ ਥੇ। ਹੋਵੇ ਪ੍ਰਭੂ ਦਾ ਜਨ ਤੇ ਦੋਨੋਂ ਗੁਰਦੇ ਕੀ ਹੋ ਗਏ? ਦੋਨੋਂ ਕਿਡਨੀਆਂ ਖਰਾਬ ਹੋ ਗਈਆਂ। ਔਰ ਫਿਰ ਬਿਸ਼ਪ ਜੇਮਸ ਮੈਥਿਊ, ਅਮਰੀਕਾ ਕੇ ਮੈਥੋਡਿਸ ਚਰਚ ਕੇ ਬਿਸ਼ਪ ਬੈਨ ਓਲੀਫੈਂਟ, ਬਿਸ਼ਪ ਐਮ ਏਰਜ਼ਾ ਸਾਰਗੁਮਨ ਭਾਰਤ, ਔਰ ਹਮਾਰੇ ਪ੍ਰਭੂ ਹਮਾਰੇ ਕੁਛ ਸ਼ੁਭ ਚਿੰਤਕੋ ਨੇ ਅਮੈਰੀਕਾ ਮੇ ਮੇਰੀ ਚਿਕਿਤਸਾ ਕਾ ਇੰਤਜ਼ਾਮ ਕਰਵਾਇਆ। ਸ਼੍ਰੀਮਤੀ ਔਰ ਸ਼੍ਰੀ ਜੇ ਐਸ ਦੇਵਰਾਜ ਔਰ ਸ਼੍ਰੀਮਤੀ ਔਰ ਸ਼੍ਰੀ ਜੇਕਬ ਸਿਗਾਮੋਨੀ ਨੇ ਜੋ ਮਲੇਸ਼ੀਆ ਕੇ ਥੇ, ਮੇਰੇ ਯਾਤਾਯਾਤ ਕਾ ਪ੍ਰਬੰਧ ਕੀਆ। ਮੇਰੀ ਪਤਨੀ ਔਰ ਮੇਰਾ ਬੇਟਾ ਪੌਲ ਮੇਰੇ ਸਾਥ ਗਏ ਥੇ। ਮੇਰੇ ਮਿੱਤਰ ਸ਼੍ਰੀਮਤੀ ਔਰ ਸ਼੍ਰੀ ਇਬਰਾਹਿਮ ਮੈਥਿਊ ਨੇ ਹਮਾਰੇ ਰਹਿਣੇ ਕਾ ਪ੍ਰਬੰਧ ਕੀਆ। 1 ਜੁਲਾਈ 1985 ਕੋ ਮੇਰਾ ਜਨਮਦਿਨ ਥਾ, ਔਰ ਮੈਂ ਇਤਨਾ ਨਿਰਾਸ਼ ਥਾ ਕਿ ਜੀਵਿਤ ਰਹਿਣੇ ਸੇ ਬੜਕਰ ਮਰਨਾ ਚਾਹਤਾ ਥਾ। ਪਰਮੇਸ਼ਵਰ ਕਾ ਏਕ ਜਨ ਡਾਕਟਰ ਜੌਨ ਔਸਟਿਨ ਦ ਲੇਕਵੁੱਡ ਚਰਚ ਹੌਸਟਨ ਮੇ, ਜਿਸੇ ਦ ਓਇਸਿਸ ਔਫ ਲਵ ਵੀ ਕਿਹਾ ਜਾਤਾ ਹੈ, ਪਾਦਰੀ ਥੇ, ਔਰ ਉਨਕੀ ਸ਼੍ਰੀ ਪਤਨੀ ਸ਼੍ਰੀਮਤੀ ਡੋਡੀ ਔਸਟਿਨ ਨੇ, ਜਿਨ ਮੇ ਮੇਰੇ ਜੈਸੇ ਲੋਗੋ ਕੇ ਲੀਏ ਤਰਸ ਕਾ ਹਿਰਦੇ ਥਾ, ਮੇਰੇ ਸਾਥ 6 ਘੰਟੇ ਬਿਤਾਏ ਤਾਂ ਕਿ ਮੈਂ ਉਸ ਨਿਰਾਸ਼ਾ ਸੇ ਬਾਹਰ ਆ ਸਕੂੰ। ਉਹਨੇ ਰਾਤ ਕੋ 11 ਵਜੇ ਸੇ ਥੋੜ੍ਹੇ ਪਹਿਲੇ ਹੀ ਮੇਰੇ ਕਮਰੇ ਕੋ ਛੋੜਾ, ਫਿਰ ਮੈਨੇ ਮੇਰੀ ਪਤਨੀ ਔਰ ਮੇਰੇ ਬੇਟੇ ਪੌਲ ਕੇ ਸੋਨੇ ਸੇ ਪਹਿਲੇ ਗੁੱਟੇ ਟੇਕੇ ਔਰ ਪ੍ਰਾਰਥਨਾ ਕੀ। ਪਰਮੇਸ਼ਵਰ ਉਸ ਸਮੇਂ ਜੋ ਹਮਸੇ ਮੁਲਾਕਾਤ ਕਰਨੇ ਕੋ ਚੁਣਾ, ਪਵਿੱਤਰ ਆਤਮਾ ਇੱਕ ਬਾਹਰ ਕੇ ਸਮਾਨ ਆਇਆ ਔਰ ਹਮਾਰੇ ਅੰਦਰ ਸੇ ਸੰਪੂਰਨ ਨਿਰਾਸ਼ਾ ਕੋ ਬਾਹਰ ਨਿਕਾਲ ਕਰ ਉਸਨੇ ਬਾਹਰ ਪਰਮੇਸ਼ਵਰ ਸੁਰਗੇ ਅਲੌਕਿਕ ਆਨੰਦ ਕੋ ਭਰ ਦਿਆ। ਇਹ ਹੈ, ਮੈਂ ਦੱਸਣਾ ਚਾਹੁੰਦਾ ਉਹਦੀ ਹੀਲਿੰਗ, ਹੀਲਿੰਗ ਦਾ ਤਰੀਕਾ, ਹੀਲਿੰਗ ਹੋਈ ਕਿੱਦਾਂ, ਇਹ ਬਿਮਾਰੀ ਕਿੱਦਾਂ ਆਈ, ਪਤਾ ਕਿੱਦਾਂ ਆਈ, ਸੁਣੀਏ। ਇਸ ਬਿਮਾਰੀ ਦਾ ਕਾਰਨ ਕੀ ਆ? ਕੁਛ ਲੋਕਾਂ ਦੇ ਮੈਸੇਜ ਜਿਹੜੇ ਆ ਗਲਤ ਮਿਲੇ, ਗਲਤ ਇਹਦੇ ਖਿਲਾਫ ਬੋਲੇ ਗਏ। ਇਹ ਉਹਨਾਂ ਦੇ ਪ੍ਰਤੀ ਦਿਨਾ ਕਰਨ ਜੀ ਸੋਚਦੇ ਸੀ, ਮਨ 'ਚ ਕੁੜਤਣ ਆ, ਸਾਡੇ ਤੁਹਾਨੂੰ ਕੋਈ ਕਵੇ ਨਾ ਕੋਈ ਬੁਰੀ ਗੱਲ, ਤੁਹਾਨੂੰ ਕੁੜਤਣ ਆਏਗੀ। ਜਗ੍ਹਾ ਦਿੰਦੇ ਆਪਾਂ ਅਤੇ ਜਿਹੜੇ ਸਾਡੇ ਅੰਦਰ ਕੁੜਤਣ ਭਰਦੀ ਨਾ, ਸ਼ੈਤਾਨ ਉਸ ਵਕਤ ਤੁਹਾਡੇ 'ਤੇ ਕੀ ਕਰਦਾ ਹੈ,
ਅਸੀਂ ਮਾਫ ਨਹੀਂ ਕਰ ਸਕਦੇ ਕਿਉਂ ਉਹਨੇ ਬੋਲੋ ਕੌਣ ਹੁੰਦੀ ਬੋਲਣ ਲਈ ਉਹਨੇ ਕਿਉਂ ਬੋਲ ਦਿੱਤਾ ਮੇਰੇ ਖਿਲਾਫ ਸਾਡੇ ਅਸੀਂ ਜ਼ਹਿਰ ਉਗਲਦੇ ਜ਼ਹਿਰ ਕਿਉਂਕਿ ਅਸੀਂ ਵਿਸ਼ਿਕਤ ਨਹੀਂ ਹਾਂ ਅਸੀਂ ਪ੍ਰਭੂ ਦੇ ਬੱਚੇ ਹਜੇ ਤੱਕ ਬਣੇ ਨਹੀਂ ਹਾਂ ਇਹੋ ਜਿਹੀਆਂ ਗੱਲਾਂ ਸੋਚ ਕੇ ਡਿਜਿਟ ਦਿਨਾ ਕਰਦਾ ਮਨ ਕੁੜੱਤੇ ਨਾਲ ਭਰਿਆ ਸੀ ਉੱਪਰ ਆਵਾਜ਼ ਪਤਾ ਕੀ ਆਈ ਸੁਣੋ ਜਿਹੜੇ ਤੁਸੀਂ ਇਹਦੀ ਸਫਲਤਾ ਰਹੱਸ ਪੜ੍ਹੋਗੇ ਨਾ ਬੁੱਕ ਇਹਨਾਂ ਦੀ ਉੱਥੇ ਲਿਖਿਆ ਕਿ ਤੇਰੇ ਕਰਕੇ ਇਸ ਕਰਕੇ ਪਰੇਸ਼ਾਨੀ ਆ ਕਿ ਜਿਹਨਾਂ ਲੋਕਾਂ ਨੇ ਤੈਨੂੰ ਆਹ ਗੱਲਾਂ ਕਹੀਆਂ ਬੁਰੀਆਂ ਬੁਰੀਆਂ ਤੇਰੇ ਮਨ 'ਚ ਉਹਦੇ ਪ੍ਰਤੀ ਅਪਸ਼ਬਦ ਉੜਤਣ ਆਈ ਤੇਰੇ ਅੰਦਰ ਇਸ ਕਰਕੇ ਸ਼ੈਤਾਨ ਨੇ ਤੇਰੇ ਲਈ ਆਪਣੀ ਬਿਮਾਰੀ ਦਾ ਦਰਵਾਜ਼ਾ ਕੀ ਕੀਤਾ ਖੋਲ੍ਹਿਆ ਹੋਇਆ ਕਈ ਲੋਕਾਂ ਦੀਆਂ ਬਿਮਾਰੀਆਂ ਇੱਥੇ ਇਸ ਕਰਕੇ ਵੀ ਖੜੀਆਂ ਹਨ ਪਤਾ ਕਿਉਂ ਕਿਉਂਕਿ ਆਪਣੇ ਸਤਾਉਣ ਵਾਲਿਆਂ ਨੂੰ ਕਦੀ ਮਾਫ਼ ਕਰ ਹੀ ਨਹੀਂ ਸਕੇ ਮਨ 'ਚ ਈਰਖਾ ਰਹਿੰਦੀ ਗੁੱਸਾ ਰਹਿੰਦਾ ਧੜੇਬਾਜ਼ੀਆਂ ਰਹਿੰਦੀਆਂ ਉਹ ਵੀ ਬਿਮਾਰ ਰਹਿੰਦੇ ਹਨ ਲੋਕ ਦੁਆ ਕਰਾਉਣ ਤੋਂ ਬਾਅਦ ਠੀਕ ਨਹੀਂ ਹੁੰਦਾ ਕਾਰਨ ਕੁਛ ਨਹੀਂ ਆ ਕਾਰਨ ਇੱਕੋ ਹੀ ਆ ਉਹ ਪਛਤਾਪ ਕਰਨ ਅਤੇ ਦੂਜਿਆਂ ਨੂੰ ਖਿਮਾ ਕਰਨ ਅਤੇ ਕੀ ਹੋ ਜਾਣ ਚੰਗੇ ਹੋ ਜਾਣ ਮੈਂ ਦੱਸਣਾ ਚਾਹੁੰਦਾ ਕੁਛ ਸਮੱਸਿਆ ਇੱਦਾਂ ਵੀ ਖੜੀਆਂ ਸਾਡੀ ਫੈਮਲੀਆਂ ਜਿਹੜੀਆਂ ਕਦੀ ਵੀ ਸੋਲਵ ਨਹੀਂ ਹੋਣੀਆਂ ਉਹਦਾ ਕਾਰਨ ਇਹੀ ਹੈ ਲੇਕਿਨ ਇੱਥੇ ਲਿਖਿਆ ਜਿਹਨੂੰ ਪਤਾ ਲੱਗਾ ਇਹ ਇਸ ਗੱਲ ਦੇ ਉੱਤੇ ਇਹਦੇ ਕੋਈ ਕਮਰੇ 'ਚ ਤੁਹਾਨੂੰ ਪਤਾ ਕੌਣ ਆਇਆ ਬੋਲੋ ਕੌਣ ਆਇਆ ਸਵਰਗਦੂਤ ਆਇਆ ਜਿਹੜੀਆਂ ਝੂਠੀਆਂ ਗੱਲਾਂ ਬੋਲੀਆਂ ਗਈਆਂ ਉਹਦੇ 'ਤੇ ਇੱਦਾਂ ਲਿਖਿਆ ਉਹ 'ਚ ਮਤਲਬ ਝੂਠੀ ਬਾਤੇ ਜੋ ਤੁਸੀਂ ਅਨੇ ਦਾਸੋ ਕੇ ਲੀਏ ਮੀਡੀਆ ਮੈਂ ਨਿੰਦਿਆ ਔਰ ਝੂਠੀ ਬਾਤੇ ਬੋਲਤੇ ਔਰ ਲਿਖਤੇ ਹੈ ਐਸੇ ਲੋਕੋ ਕੋ ਉਂਗਲੀਓ ਪਰ ਗਿਣ ਸਕਤੇ ਹੈ ਤੂੰ ਇਨ ਅਧਰਮੀ ਲੋਕੋ ਕੇ ਵਿਸ਼ੇ ਮੈਂ ਪਰਮੇਸ਼ਰ ਨੇ ਕਿਹਾ ਸੋਚਦਾ ਆ ਜਿਹੜੇ ਤੇਰੇ ਬਾਰੇ ਕਹਿੰਦੇ ਔਰ ਤੁਸੀਂ ਵੀ ਸੋਚੋ ਜਿਹੜੇ ਤੁਹਾਨੂੰ ਖਿਲਾਫ਼ ਬੋਲਦੇ ਤੁਹਾਡੇ ਖਿਲਾਫ਼ ਕੋਈ ਬੋਲਦਾ ਨਾ ਤੁਹਾਡੇ ਅੰਦਰ ਵੀ ਕੁੜੱਤਣਾ ਪ੍ਰਤੀ ਤੁਹਾਡੀਆਂ ਆਸ਼ਿਸ਼ਾਂ ਇਹਦੇ ਕਰਕੇ ਰੁਕਣੀਆਂ ਅਤੇ ਸਮੱਸਿਆ ਤੇਰੀ ਖੜੀ ਰਹਿਣੀ ਉਹਦੀ ਮਤ ਸੁਣ ਉਹ ਕੀ ਕਹਿ ਰਿਹਾ ਉਹ ਸੁਣ ਕੇ ਤੈਨੂੰ ਪਰਮੇਸ਼ਰ ਕੀ ਕਹਿ ਰਿਹਾ ਤੈਨੂੰ ਉਹ ਸੁਣ ਅੱਜ ਮੈਸੇਜ ਆਪਾਂ ਦਿੰਦੇ ਨਾ ਇੱਕ ਦੂਸਰੇ ਨੂੰ ਭੈਣ ਜੀ ਉਹਨੇ ਤੁਹਾਨੂੰ ਫਲਾਨੀਆਂ ਗੱਲ ਕਹੀ ਜੇ ਭੈਣ ਜੀ ਖਰੀ ਨਾ ਹੋਏ ਕਵੇ ਤੈਨੂੰ ਰੱਬ ਨੇ ਕੋਈ ਮੈਸੇਜ ਨਹੀਂ ਦਿੱਤਾ ਉਹ ਸੁਣਾ ਜੇ ਉਹ ਖਰੀ ਹੋਵੇ ਤਾਂ ਰੱਬ ਦਾ ਮੈਸੇਜ ਦੇਵੇ ਉਹਦੇ ਕੋਲ ਵੀ ਸ਼ੈਤਾਨੀ ਮੈਸੇਜ ਹੀ ਆ ਦੂਜਿਆਂ ਨੂੰ ਮਤਲਬ ਕਿ ਉਭਾਰਨ ਵਾਲਾ ਪਾਪ ਕਰਾਉਣ ਵਾਲਾ ਕੋਈ ਗਾ ਕੇ ਗਲਤ ਗੱਲ ਤੁਹਾਨੂੰ ਕਹਿੰਦਾ ਉਹਦੇ ਟਿੱਪਣਾ ਟੁੱਪਣੀ ਦੇ ਉੱਤੇ ਨਾ ਆਓ ਉਹਨੂੰ ਕਹੋ ਪ੍ਰਭੂ ਇਹਨੂੰ ਖਿਮਾ ਕਰ ਮੈਂ ਤੇਰੀ ਸੁਣਨੀ ਆ ਕੋਈ ਤੇਰਾ ਮੈਸੇਜ ਲੈ ਕੇ ਆਵੇ ਜੇ ਮੈਂ ਖਰਾ ਹਾਂ ਤੁਹਾਨੂੰ ਕਹੋ ਕਿ ਕਿਸੇ ਨੂੰ ਰੱਬ ਨੇ ਕੋਈ ਮੈਸੇਜ ਦਿੱਤਾ ਤੈਨੂੰ ਉਸ ਭੈਣ ਨੇ ਤੈਨੂੰ ਮੈਸੇਜ ਦਿੱਤਾ ਵਾਲਾ ਉਹ ਵੀ ਦੁਸ਼ਟ ਆਤਮਾ ਉਹਦੀਆਂ ਗੱਲਾਂ ਵੀ ਦੁਸ਼ਟ ਵਾਲੀਆਂ ਤੇਰੇ 'ਚ ਪ੍ਰਵੇਸ਼ ਕੀਤੀਆਂ ਤੂੰ ਵੀ ਦੂਜੇ ਨੂੰ ਅਫਸਰ ਕਰਨ ਵਾਸਤੇ ਦੱਸ ਰਿਹਾ ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਐਸੇ ਲੋਕ ਆ ਉਹਨਾਂ 'ਚ ਈਵਲ ਸਪਿਰਿਟ ਹੁੰਦੀ ਆ ਦੁਸ਼ਟ ਆਤਮਾ ਹੁੰਦੀ ਆ ਉਹਦੀਆਂ ਗੱਲਾਂ ਤੇਰੇ ਅੰਦਰ ਚਲੀਆਂ ਜਾਂਦੀਆਂ ਸੁਲੇਮਾਨ ਕਹਿੰਦਾ ਇਹਦਾ ਲਿਖਿਆ ਮਿੱਠੀ ਲਿਖਿਆ ਬੁਰਕੀ ਵਰਗੀਆਂ ਸਵਾਦਲੀ ਬੁਰਕੀ ਵਰਗੇ ਲੱਗਦੀਆਂ ਬਾਈਬਲ 'ਚ ਲਿਖਿਆ ਅੰਦਰ ਧੱਸ ਜਾਂਦੀਆਂ ਸੁਲੇਮਾਨ ਕਹਿੰਦਾ ਅਤੇ ਬਾਹਰ ਨਹੀਂ ਆਉਂਦੀਆਂ ਫਿਰ ਉਹ ਵੀ ਤੇਰੇ ਤੋਂ ਪਾਪ ਉਤਪੰਨ ਕਰਾਉਂਦੀਆਂ ਜਿਹਦੇ ਕਰਕੇ ਤੇਰੇ ਉੱਤੇ ਵੀ ਸ਼ਰਾਬ ਪਿਆ ਬਿਮਾਰੀ ਦਾ ਤੇਰੇ ਉੱਤੇ ਵੀ ਪਰੇਸ਼ਾਨੀ ਆ ਸਕਦੀ ਤੇਰੇ ਤੂੰ ਵੀ ਕਿਸੇ ਦਬਾਅ ਥੱਲੇ ਰਹਿ ਸਕਦਾ ਸੋ ਕੋਈ ਦਿਨਾਕਰ ਨੇ ਕੀਤਾ ਅਤੇ ਦਿਨਾਕਰ ਦੱਸਿਆ ਕਿ ਤੂੰ ਉਹਨਾਂ ਬਾਰੇ ਸੋਚਦਾ ਇਸ ਕਰਕੇ ਤੇਰੀ ਕਿੱਟੀਆਂ ਖਰਾਬ ਆ ਜਿਹੜੀ ਅਸੀਂ ਇਹਦੀ ਸਫਲਤਾ ਕਰਾ ਪੜ੍ਹੇ ਇਹਨੇ ਪਛਤਾਪ ਕੀਤਾ ਆਪਣੀ ਫੈਮਲੀ ਦੇ ਨਾਲ ਰੋਇਆ ਜਿਸ ਦਿਨਾਕਰ ਜੀ ਰੋਏ ਰੋ ਕੇ ਜਿਹੜੇ ਪ੍ਰਾਰਥਕ ਪਰਮੇਸ਼ੁਰ ਦਾ ਆਤਮਾ ਉਤਰਿਆ ਔਰ ਉਹਨੇ ਛੁਟਕਾਰਾ ਦਿੱਤਾ ਮੇਰੇ ਭੈਣ ਭਰਾਓ ਮਸੀਹ ਯਸੂ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਸਵਰਗ ਦੂਤ ਆਉਣਾ ਚਾਹੁੰਦੇ ਆ ਪਰ ਤੁਸੀਂ ਤੁਹਾਡੀਆਂ ਗੱਲਾਂ ਨੂੰ ਆਉਣ ਤੋਂ ਕੀ ਕੀਤਾ ਹੋਇਆ ਰੁਕਿਆ ਹੋਇਆ ਵੇਟ ਕਰ ਰਹੇ ਵੇਟ ਖੁਦਾ ਚਾਹੁੰਦਾ ਤੁਹਾਨੂੰ ਆਪਣਾ ਦੂਤ ਭੇਜ ਕੇ ਤੁਹਾਨੂੰ ਮੈਸੇਜ ਦੇਵੇ ਪਰ ਸਾਡੀ ਲਾਈਫ ਜਿਹੜੀ ਇਸ ਲਾਇਕ ਨਹੀਂ ਆ ਬਾਈਬਲ ਦਾ ਇੱਕ ਸੰਤ ਕਹਿੰਦਾ ਉਹ ਆਉਂਦੇ ਆ ਵਾਪਸ ਲੌਟ ਜਾਂਦੇ ਆ ਇਹ ਘਟਨਾ ਘਟੀ ਔਰ ਦੂਸਰੀ ਇਹਦੀ ਜਿਹੜੀ ਇਹ ਬਿਮਾਰੀ ਦੇ ਬਾਰੇ ਗੱਲ ਲਿਖਿਆ ਇੱਥੇ ਇੱਦਾਂ ਲਿਖਿਆ ਇਹਦੇ 'ਚ 23 ਜੂਨ 1985 ਨੂੰ ਜਿਹਦੇ ਦੇ ਗੁਰਦੇ ਖਰਾਬ ਹੋਏ ਅੱਛਾ ਹੁਣ ਘਟਨਾ ਸੁਣੀਏ ਇੱਥੇ ਘਟਨਾ ਕੀ ਘਟੀ ਖੋਰ ਇਹ ਬਿਮਾਰੀਆਂ 'ਚੋਂ ਗੁਜ਼ਰਦੇ ਗਏ ਕਿਉਂ ਕਿੱਥੇ ਕਿੱਥੇ ਮੁਸ਼ਕਲ ਕਿਉਂ ਆਈਆਂ ਪ੍ਰੋਬਲਮ ਕੀ ਹੈ ਪੜ੍ਹੀਏ 23 ਜੂਨ 1985 ਕੋ ਜਬ ਮੈਂ ਗੁਰਦੇ ਖਰਾਬ ਹੋਣੇ ਕੀ ਪੀੜਾ ਸੇ ਛੁਟਕਾਰਾ ਪਾਣੇ ਕੇ ਦਿਨ ਕਾ ਇੰਤਜ਼ਾਰ ਕਰ ਰਹਾ ਥਾ ਤਭੀ ਇੱਕ ਸਵਰਗਦੂਤ ਮੇਰੇ ਕਮਰੇ ਮੇ ਆਇਆ ਦੇਖੇ ਸਵਰਗਦੂਤ ਆਏਗਾ ਅੱਜ ਵੀ ਆਉਂਦਾ ਹੈ
आएगा, उन्हें आया, उन्हें की किता? उसने मुझसे कहा, श्री दिनाकरन, तुम अपने बिस्तर से 1 अगस्त 1985 को बाहर आ जाओगे। सुनिए, टाइम दिता, 1 अगस्त 1985 नु, है ना, समय 1 अगस्त नु तू की आ रहा है? बाहर आ जाओ। बाहर आ रहा हॉस्पिटल चो। और फिर? मैं अत्यधिक उत्साहित हो गया। और? 25 जुलाई 1985 को मुझे अस्पताल में बुलाकर हाँ गुर्दा प्रतिरोपण किया गया। डॉक्टरों को मेरी हालात में सुधार देखकर पूर्ण संतोष था, किंतु दूसरी ओर 31 जुलाई 1985 की रात को मेरे कमरे में शैतान और उसकी अंधकार की सेना में घमासान युद्ध हुआ। और उसी दिन रात के 9 बजे मेरी पत्नी, जो मेरे साथ अस्पताल में थी, पूर्ण तरह से थक कर गहरी नींद में सो गई थी। तभी नियुक्त नर्स ने वहां आकर मुझे शुभ रात्रि कहा और चली गई। तब मैं अकेला था और मुझे झपकी भी नहीं आ रही थी। हाँ। उस क्षण मुझे प्रतीत हुआ मानो संपूर्ण नरक को मेरे कमरे में मुझे निरुत्साहित और मुझ पर आक्रमण करने उतार दिया गया हो। मैंने शैतान को देखा, वह बहुत प्रसन्न था। उसने मेरे मुंह पर कहा, श्रीमान दिनाकरन, तेरा शरीर इस गुर्दे को नकार देगा और कल तू फिर से उसी दयनीय स्थिति में आ जाएगा। वह लाखों शैतानी दूतों के साथ मिलकर मेरा उपहास कर रहा था। मैं पूर्ण तरह से टूट चुका था और अपने आप को असहाय महसूस कर रहा था। मुझ में कोई सामर्थ्य या समझ नहीं बची थी कि मैं अपनी पत्नी को उठा सकूं या नियुक्त नर्स को पुकार सकूं। ना ही मुझ में पवित्र आत्मा का अभिषेक था कि मैं शैतान को व दुष्टात्मा को भगा सकूं। उसी समय परमेश्वर का एक बड़ा स्वर्गदूत, जो करीब 7 फुट लंबा था, मेरे निकट आकर खड़ा हो गया। हाँ, और उसके पास कमर में बड़ी तलवार जैसी चीज लटक रही थी। एक कौन बोले, जोर दी बोलिए, मिकाइल तलवार रखता है। बोलो, मिकाइल की रखेगा कादे वास्ते? बोलो, ओ गया तेरी लड़ाइयां यहोवा आप लड़दा। सुनिए, इदा लिखा, 7 फुट का एक व्यक्ति देखा, उन्हें एडा लंबा स्वर्गदूत तलवार टंगी हुई है। जे दुष्टात्मा ही है ते स्वर्गदूत उतर आया। और मिकाइल ने की किया? उसने मुझे आश्वासन दिया, हाँ? श्रीमान दिनाकरन, मैं मिकाइल हूं। परमेश्वर ने मुझे बताया कि तुम मुश्किल में हो, भयभीत ना हो, मैं यहां तुम्हारी रक्षा करने आया हूं। एदा आएगा, कई बार मैसेज देने वाला आंदा ते कई बार बोलो तुहाडी लड़ने तुहाडी की करना आंदा? स्वर्गदूत। बाइबल कहंदी वो अपने स्वर्गदूतां नूं की करेगा? ऑर्डर देगा। तां इह लिखिया वो अपने पैर रखण वालियां दे इर्द गिर्द की करदा आ? की लांदा? बाड़ लांदा। आया, कदी जिब्राइल आएगा, कदी मिकाइल आएगा। तुसी किदी सहायता चाहुंदे हो? मुश्किल वेले को प्रभु अपना दूत मिकाइल भेज, ते जो दी आवाज सुनी मैसेज चाहिदा प्रभु उस परेशानी च आई, खुदा जिब्राइल भेज। बोलो, किनू भेज? जिब्राइल भेज। पर कित्थे दुआ? अपन तो आप बाइबल पढ़ी नहीं, अपन नूं पता ना, आप कदी कहंदे नहीं कि जिब्राइल भेज, मिकाइल भेज, क्योंकि हले तक यसू से ने गल कही ना, चेलिया ने कही, सानू की करनी सिखा? बोलो, सानू प्रार्थना करनी सिखा। अज दे लोकां नूं मैनूं एक गीत का मौका दोगे? कहीं 2 घंटे प्रार्थना करनी पलो सिख, वर्त रखना करना सिख, गीत गाण दा तैनू गीत गाण दा मौका नहीं है। तू सही आराधक उसले बनेगा जिहड़े प्रेयर च चला जाएगा। ये तो बहुत लोगों ने देखा, मिटगा च कहणगे मैं एक गीत गाना चाहुंदा है, प्रार्थना नहीं करनी सिखांदा, गीत गाना चाहुंदा। मैं दसना चाहुंदा, मसीह यसू विच चेलिया ने कहा, खुदा सानू की सिखा? जे सही प्रेयर करनी आ जाएगी तो स्वर्गदूत तेरे लिए हमेशा तैयार रहेंगे। बाइबल कह, मैं पता साधु सुंदर सिंह की करी मैं गल पढ़ी, जल्द तो पहाड़ी तो डिगे एक दूत ने हाथ की कर लिया,
ਫਲ ਹੈ। ਉਹ ਆਪਣੇ ਦੂਤਾਂ ਨੂੰ ਆਰਡਰ ਕਰੇਗਾ ਤੁਹਾਡੇ ਲਈ ਕਿ ਤੇਰੇ ਪੈਰਾਂ ਨੂੰ ਠੋਕਰ ਨਾ ਲੱਗੇ। ਉਹ ਤੋਂ ਬਾਜੂ ਫਲ ਲਈ ਸਰਦੂਤ ਨੇ, ਇਹ ਸੱਚਾਈ ਆ। ਪਰਮੇਸ਼ੁਰ ਦੇ ਦੂਤ ਸਾਡੀ ਮਦਦ ਲਈ ਆ, ਸਾਡੀ ਹੈਲਪ ਕਰ ਲਈ ਆਉਂਦੇ ਆ। ਪਰ ਤੁਸੀਂ ਕਦੇ ਕਿਹਾ ਨਹੀਂ ਪ੍ਰਭੂ ਅੱਜ ਇਸ ਜਗ੍ਹਾ 'ਤੇ ਸਾਡੀ ਘਰ 'ਤੇ ਪਿੱਛੇ ਲੜਾਈ ਝਗੜਾ ਹੋ ਗਿਆ ਆ, ਆਪਣਾ ਸਰਦੂਪੇ ਇਨਫ ਇਹਨਾਂ ਲੋਕਾਂ ਤੋਂ ਸਾਨੂੰ ਬਚਾ ਖੁਦਾ ਹੁੰਦਾ। ਪਰ ਨਹੀਂ ਯਾਦ ਨਹੀਂ ਉਹਦੇ ਉਹਦੇ ਤੋਂ ਕਹਿੰਦੇ ਪ੍ਰਭੂ ਜੀ ਹੈਲਪ ਕਰੋ, ਪ੍ਰਭੂ ਜੀ ਸਹਾਇਤਾ ਕਰੋ, ਆਏ ਖੁਦਾ ਸ਼ਾਂਤ ਹੋ ਜਾਏ ਮਾਹੌਲ, ਕਿ ਸਾਡੇ ਕਦੇ ਲੜਾਈ ਝਗੜਾ। ਇਹ ਦੁਆ ਕਦੀ ਕਿਹਾ ਕਿ ਆਏ ਖੁਦਾ ਮਿਕਾਇਲ ਨੂੰ ਭੇਜ, ਕਿਉਂਕਿ ਮੈਨੂੰ ਮੇਰਾ ਰਿਸ਼ਤਾ ਹੀ ਨਹੀਂ ਯਸੂ ਮਸੀਹ ਨਾਲ, ਮੈਨੂੰ ਪਤਾ ਨਹੀਂ, ਬਾਈਬਲ ਕਦੀ ਪੜ੍ਹੀ ਨਹੀਂ ਮੈਂ, ਮੈਨੂੰ ਕੀ ਪਤਾ ਦੁਆ ਕਿਵੇਂ ਕਰਨੀ। ਮੈਂ ਤਾਂ ਵੈਸੇ ਕਹਿੰਦਾ ਪ੍ਰਭੂ ਹੈਲਪ ਕਰੋ, ਪੁੱਤਰ ਆਤਮਾ ਤੂੰ ਸਹਾਇਤਾ ਕਰ ਸਾਡੀ। ਕਦੀ ਕਿਹਾ ਕਰੋ ਦੁੱਖ ਵੇਲੇ ਪ੍ਰਭੂ ਹੁਣ ਮਿਕਾਇਲ ਭੇਜ, ਅਤੇ ਮਿਕਾਇਲ ਉਹਦੇ ਲਈ ਲੜੇਗਾ ਜਿਹੜਾ ਖੁਦਾ 'ਚ ਖੜਾ ਆ, ਹਰ ਇੱਕ ਲਈ ਨਹੀਂ, ਜਿਹੜਾ ਵਫ਼ਾਦਾਰ ਉਹਦੇ ਲਈ ਆਏਗਾ। ਇਹਨੂੰ ਖਿਆਲ ਆ, ਸੁਣ ਔਰ ਕੀ ਲਿਖਿਆ ਪੜ੍ਹੀਏ। ਉਸਕੀ ਉਪਸਥਿਤੀ ਨੇ ਹੀ ਸ਼ੈਤਾਨ ਔਰ ਉਸਕੇ ਸਾਥੀਓਂ ਕੋ ਨਿਸਹਾਸ ਕਰ ਦਿਆ। ਹਾਂ, ਤਬ ਵੀ ਸ਼ੈਤਾਨ ਕਭੀ ਇੱਕ ਔਰ ਸੇ ਤੋ ਕਭੀ ਦੂਸਰੀ ਔਰ ਸੇ ਆਕਰਮਣ ਕਰਤਾ ਰਹਾ, ਪਰੰਤੂ ਮਿਕਾਇਲ ਸਵਰਗਦੂਤ ਸਭੀ ਔਰ ਸੇ ਮੇਰੀ ਰਕਸ਼ਾ ਕਰਤਾ ਰਹਾ। ਅਚਾਨਕ ਮੈਨੇ ਦੇਖਾ ਕਿ ਸਵਰਗ ਖੁੱਲ ਗਿਆ, ਮੈਨੇ ਪਰਮੇਸ਼ੁਰ ਕੇ ਸਿੰਹਾਸਨ ਕੋ ਦੇਖਾ ਔਰ ਪਰਮੇਸ਼ੁਰ ਕੀ ਆਵਾਜ਼ ਕੋ ਇਹ ਕਹਿਤੇ ਸੁਣਾ, ਭੈਭੀਤ ਨਾ ਹੋ, ਮੈਂ ਇਬਰਾਹਿਮ ਇਸਹਾਕ ਔਰ ਯਾਕੂਬ ਕਾ ਪਰਮੇਸ਼ੁਰ ਹੂੰ, ਜਿਸਨੇ ਤੁਝੇ ਨਯਾ ਗੁਰਦਾ ਉਪਹਾਰ ਮੇਂ ਦਿਆ ਹੈ। ਬੋਲੋ, ਗੁਰਦੇ ਵੀ ਕੱਚ ਦਿੰਦਾ ਹੋ, ਬੋਲੋ ਕੱਚ ਗਿਫਟ ਵਿੱਚ, ਬੋਲੋ ਕੱਚ ਹੁੰਦਾ। ਜੇ ਖਰਾਬ ਹੋ ਗਿਆ ਤਾਂ ਜੀ ਲਿਖਿਆ ਮੈਂ ਤੈਨੂੰ ਨਵਾਂ ਕੀ ਦਊਂਗਾ, ਜੇ ਹਾਰਟ ਖਰਾਬ ਹੋ ਗਿਆ ਤਾਂ ਨਵਾਂ ਦਿਲ ਵੀ, ਹੈਂਜੀ, ਉਹ ਵਾਲਾ ਨਹੀਂ ਤੈਨੂੰ ਦਿਲ ਵੀ ਦਿਆਂਗੇ, ਇੱਦਾਂ ਨਹੀਂ, ਇੱਦਾਂ ਤੈਨੂੰ ਨਵਾਂ ਕੀ ਦਊਗਾ, ਤੈਨੂੰ ਦਿਲ ਦਊਗਾ ਤਾਂ ਲਿਖਿਆ ਹਿਜਕਲ ਦੀ ਪੁਸਤਕ 'ਚ। ਉਹ ਵਾਲਾ ਨਹੀਂ ਹੈ ਤੈਨੂੰ ਦਿਲ ਵੀ ਦਿਆਂਗੇ, ਇਹ ਉੱਪਰੋਂ ਆਏਗਾ ਜਿਹੜਾ ਖੁਦਾ ਦੇਗਾ। ਔਰ ਕੀ ਲਿਖਿਆ, ਤੂੰ ਚੰਗਾ ਹੋ ਕੇ ਮੇਰੀ ਸੇਵਕਾਈ ਫਿਰ ਸੇ ਕਰੇਗਾ। ਚੰਗਾ ਹੋ ਕੇ ਮੇਰੀ ਕੀ ਕਰੇਗਾ, ਮੇਰੀ ਸੇਵਕਾਈ ਕਰੇਗਾ। ਔਰ ਵਹਿ ਮੁਝਸੇ ਬਾਤਚੀਤ ਕਰਕੇ ਆਸ਼ਵਾਸਨ ਦਿਲਾਤਾ ਰਹਾ ਔਰ ਮੈਂ ਸੋ ਗਿਆ। ਜਿਨ ਡਾਕਟਰੋਂ ਨੇ ਮੇਰਾ ਇਲਾਜ ਕੀਆ ਥਾ ਵੇ ਦੂਸਰੇ ਦਿਨ ਸੁਬਹਾ ਆਏ ਔਰ ਉਨ੍ਹੋਂਨੇ ਮੇਰਾ ਨਿਰੀਕਸ਼ਣ ਕੀਆ, ਵੇ ਮੇਰਾ ਰਿਕਾਰਡ ਦੇਖ ਕਰ ਸੰਤੁਸ਼ਟ ਹੋਏ ਔਰ ਕਹਾ, ਸ਼੍ਰੀ ਦੀਨਾਕਰਨ ਆਪ ਬਹੁਤ ਅੱਛੇ ਪ੍ਰਕਾਰ ਸੇ ਸਵਾਸਥ ਲਾਭ ਕਰ ਰਹੇ ਹੈ ਔਰ ਹਮ ਆਜ ਆਪਕੋ ਵਾਪਸ ਘਰ ਭੇਜ ਰਹੇ ਹੈ। ਜੀ ਹਾਂ, ਬਿਲਕੁਲ ਉਸੀ ਦਿਨ ਜੋ 23 ਜੂਨ 1985 ਕੋ ਸਵਰਗਦੂਤ ਨੇ ਘੋਸ਼ਿਤ ਕੀਆ ਥਾ। ਜਿਹੜਾ ਟਾਈਮ ਉਹਨੇ ਕਿਹਾ ਸੀ, ਕਿੰਨੀ ਵੀ ਹਾਲਾਤ ਖਰਾਬ ਰਹੀ, ਲੇਕਿਨ ਮੇਰਾ ਖੁਦਾ ਇੱਕ ਸੈਕਿੰਡ 'ਚ ਸਾਰਾ ਕੁਛ ਕੀ ਕਰ ਦਿੰਦਾ ਹੈ, ਤਬਦੀਲ ਕਰ ਦਿੰਦਾ ਹੈ। ਠੀਕ ਉਹੀ ਟਾਈਮ 1 ਜੁਲਾਈ ਨੂੰ ਮੈਂ 1 ਅਗਸਤ, ਬੋਲੋ 1 ਅਗਸਤ 1985 ਕੋ ਹਾਂ ਉਸਕੇ ਅਨੁਗ੍ਰਹਿ ਸੇ ਆਜ਼ਾਦ ਵਿਅਕਤੀ ਘੋਸ਼ਿਤ ਕਰ ਦਿਆ ਗਿਆ। ਜਿਹੜੇ ਸਵਰਗਦੂਤ ਨਾ ਕੇ ਮੈਂ ਸੱਤੇ, ਤੂੰ 1 ਅਗਸਤ ਨੂੰ ਆਪਣੇ ਕੀ ਆ, ਇਹਨੂੰ ਛੱਡ ਜਾਣਾ, ਤੂੰ ਠੀਕ ਹੋ ਜਾਣਾ ਹੈ। ਠੀਕ ਉਸ ਟਾਈਮ 'ਤੇ ਉਹ ਕੀ ਹੋ ਗਏ, ਚੰਗੇ ਗਏ। ਮੇਰੇ ਭੈਣ ਭਰਾਓ, ਸਵਰਗਦੂਤ ਸਾਡੀ ਮਦਦ ਲਈ ਆਉਂਦੇ ਹਨ। ਜੇ ਕਿਤੇ ਕਿਡਨੀ ਠੀਕ ਹੋ ਗਈ ਆ, ਸਵਰਗਦੂਤ ਆਏਗਾ ਉਹਨੂੰ ਠੀਕ ਕਰਨ ਲਈ। ਜੇ ਕਿਤੇ ਲਿਵਰ ਖਰਾਬ ਹੋ ਗਿਆ ਆ, ਯਸੂ ਮਸੀਹ ਉਹਨੂੰ ਵੀ ਕੀ ਕਰ ਦੇਗਾ, ਉਹਨੂੰ ਵੀ ਚੇਂਜ ਕਰਨ ਲਈ ਆਏਗਾ। ਪਰ ਕਦੋਂ, ਜਿਹਲੇ ਰਿਸ਼ਤਾ ਕੀ ਹੋਵੇਗਾ, ਬਿਹਤਰ ਹੋਵੇਗਾ। ਮੇਰਾ ਕਿਸੇ ਨਾਲ ਬਹੁਤ ਅੱਛਾ ਰਿਸ਼ਤਾ ਨਾ, ਵਿਸ਼ਵਾਸ ਯੋਗੇ ਹਾਂ ਮੈਂ, ਉਸ ਕੋਲ ਪੈਸੇ ਹੈਗੇ ਆ, ਮੈਂ ਉਹਨੂੰ ਇਮਾਨ ਨਾਲ ਕਹੂੰਗਾ ਭਾਅ ਜੀ 50,000 ਰੁਪਏ ਮੈਨੂੰ ਚਾਹੀਦਾ। ਉਹਨੂੰ ਪਤਾ ਪਾਸਟਰ ਵਿਜੇ ਨਾਲ ਮੇਰਾ ਅੱਛਾ ਰਿਲੇਸ਼ਨ ਆ, ਉਹ ਨਾ ਨਹੀਂ ਸੋਚੇਗਾ ਵੀ ਨਹੀਂ, ਉਹ ਕਹੇਗਾ ਲੈ ਲਓ। ਜੇ ਗੜਬੜ ਵਾਲੇ ਬੰਦੇ ਨੂੰ ਕਹੋਗੇ ਨਾ, ਉਹ ਬਹਾਨੇ ਪਾਏਗਾ ਫਿਰ, ਉਹ ਨਹੀਂ, ਉਹ ਸਾਡਾ ਇਹਦਾ ਪ੍ਰੋਬਲਮ ਸੀ। ਰਿਸ਼ਤਾ ਅੱਛਾ ਰੱਖੋ, ਤੇਰਾ ਖੁਦਾ ਤੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਕੀ ਕਰੇਗਾ। ਆਈ ਅੱਖਾਂ ਬੰਦ ਕਰਾਂਗੇ, ਦੁਆ ਕਰਾਂਗੇ। ਸਵਰਗਦੂਤ ਕਾਹਦੇ ਲਈ ਆਉਂਦੇ ਹਨ, ਮੈਸੇਜ ਦੇਣ। ਰੋਜ਼ ਜਦ ਪ੍ਰਾਰਥਨਾ ਕਰਦੇ, ਪ੍ਰਭੂ ਤੇਰਾ ਵਚਨ ਸੱਚਾ ਹੀ ਆ, ਪ੍ਰਭੂ ਮੈਂ ਮੇਰੇ ਮਨ 'ਚ ਚਾਹਤਾ। ਪਰ 15 ਮਿੰਟ ਵਾਲੀ ਪ੍ਰੇਅਰ ਨਹੀਂ, ਝੂਠੀ ਜ਼ਿੰਦਗੀ ਨਾਲ ਨਹੀਂ, ਜਿਹੜੇ ਲੋਕ ਖਰੇ ਆਰਾਧਕ ਹਨ, ਸੱਚੀ ਆਰਾਧਨਾ ਕਰਦੇ ਹਨ, ਪਰਮੇਸ਼ੁਰ ਦੇ ਵਚਨ ਨੂੰ ਪੂਰਾ ਕਰਦੇ ਹਨ, ਉਹਨਾਂ ਨੂੰ ਕਹੇਗਾ ਜਾਓ ਆਪਣੇ ਦੂਤ ਨੂੰ, ਉਹ ਦੁਹਾਈ ਦੇ ਰਿਹਾ ਹੈ, ਮੈਸੇਜ ਆਏਗਾ। ਗਿਦੋਨ
ਮੈਂ ਪਿਛਲੀ ਵਾਰੀ ਆਪਾਂ ਹਵਾਲਾ ਪੜਿਆ ਸੀ ਗਿਦੋਨ ਕਹਿੰਦਾ ਇਹ ਖੁਦਾ ਕਿੱਥੇ ਆ ਖੁਦਾ ਜਿਹੜੇ ਸਾਡੇ ਬਾਪ ਦਾਦੇ ਬਾਈਬਲ ਤੇ ਰੱਖਣ ਵਾਲੇ ਕਹਿੰਦੇ ਸੀ ਯਸੂ ਸੀ ਨੇ ਸਮੁੰਦਰ ਨੂੰ ਦੋ ਪਾੜ ਉਹਨੂੰ ਪਾਣੀ ਨੂੰ ਦੋ ਬਦਲ ਦਿੱਤਾ ਉਹਨੇ ਗੱਲਾਂ ਕਹੀਆਂ ਗਿਦੋਨ ਨੇ ਖੁਦਾ ਨੂੰ ਕਹਿੰਦਾ ਕਿੱਥੇ ਹੁਣ ਸਵਰਦੂਤ ਆਇਆ ਕਹਿੰਦਾ ਕਿੱਥੇ ਨਹੀਂ ਪਰਮੇਸ਼ਰ ਨੇ ਮੈਨੂੰ ਭੇਜਿਆ ਗਿਦੋਨ ਮੈਂ ਤੇਰੇ ਲਈ ਕਰੂੰਗਾ ਗਿਦੋਨ ਦੇ ਨਾਲ ਸਵਰਦੂਤ ਨੇ ਆ ਕੇ ਜੋ ਮੈਸੇਜ ਦਿੱਤਾ ਖੁਦਾ ਨੇ ਉਹੀ ਕੀਤਾ ਮੇਰੇ ਭੈਣ ਭਰਾਓ ਅਸੀਂ ਬਾਤਾਂ ਪਾਉਣ ਵਾਲੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ ਪਰਮੇਸ਼ਰ ਨੂੰ ਮੰਨਿਆ ਕਰ ਐਂ ਕਰਿਆ ਕਰ ਪਰਮੇਸ਼ਰ ਨੂੰ ਮੰਨਣਾ ਚਾਹੀਦਾ ਰੱਬ ਨੂੰ ਟਾਈਮ ਅਸੀਂ ਗੱਲਾਂ ਬਾਤਾਂ ਦੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ ਅਸੀਂ ਉਸ ਪਰਮੇਸ਼ਰ ਆਰਾਧਨਾ ਕਰਦੇ ਹਾਂ ਬਾਬੂ ਕੋਕੇ ਨਹੀਂ ਪ੍ਰੈਕਟੀਕਲ ਵਿੱਚ ਸ਼ਿਨਾ ਦੇ ਦੁਆਰਾ ਖੁਦਾਵੰਦ ਆਪਣੇ ਕੰਮਾਂ ਨੂੰ ਕੀ ਕਰਦਾ ਆ ਸਾਬਤ ਕਰਦਾ ਉਹਨੇ ਗਿਦੋਨ ਨੂੰ ਚਿੰਨ ਦਿੱਤੇ ਉਹ ਕਹਿੰਦਾ ਜੇ ਤੂੰ ਸਾਡੇ ਨਾਲ ਆ ਤੇ ਫਿਰ ਪ੍ਰਮਾਣਾ ਪ੍ਰਮਾਣ ਦੇ ਤੇ ਲਿਖਿਆ ਕਿ ਖੁਦਾ ਨੇ ਪ੍ਰਮਾਣ ਦਿੱਤੇ ਅਗਰ ਤੁਸੀਂ ਇਹ ਗੱਲਾਂ ਰੱਖੋਗੇ ਵਰਤ ਰੱਖ ਕੇ ਪ੍ਰਭੂ ਦੇ ਅੱਗੇ ਪ੍ਰਭੂ ਜੇ ਤੂੰ ਸਾਨੂੰ ਨਹੀਂ ਛੱਡਿਆ ਜੇ ਤੂੰ ਸਾਡੇ ਨਾਲ ਆ ਤੇ ਖੁਦਾ ਮੈਨੂੰ ਨਿਸ਼ਾਨ ਦੇ ਤੇਰਾ ਖੁਦਾ ਜਿਹਦੀ ਤੂੰ ਆਰਾਧਨਾ ਕਰਦਾ ਉਹ ਛਿਲਾ ਦੇ ਨਾਲ ਤੇਰੇ ਘਰ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇਗਾ ਮੈਂ ਤਾਂ ਉਸ ਪਰਮੇਸ਼ਰ ਦੀ ਆਰਾਧਨਾ ਕਰਦਾ ਜੋ ਕੰਮਾਂ ਦੁਆਰਾ ਪ੍ਰਗਟ ਕਰ ਰਿਹਾ ਅੱਜ ਤੱਕ ਛਿੰਦੇ ਦੇ ਕੇ ਜਿਹਨੇ ਪ੍ਰਗਟ ਕੀਤਾ ਮੇਰੀ ਸੇਵਕਾ ਜਿਹੜੀ ਸੇਵਕਾ ਇਹਨੂੰ ਦਿੱਤੀ ਆ ਮੈਨੂੰ ਗੱਲਾਂ ਬਾਤਾਂ ਦਾ ਪ੍ਰਚਾਰਕ ਨਹੀਂ ਹਾਂ ਮੈਂ ਉਹਦੇ ਕੰਮਾਂ ਨੂੰ ਵਿਅਕਤੀਗਤ ਅੱਖਾਂ ਨਾਲ ਵੇਖਦਾ ਔਰ ਕਰਦਾ ਹਾਂ ਯਸੂ ਪਿੱਛੇ ਕੇ ਚੱਲ ਤੇਰਾ ਰਾਜਾਣ ਦਾ ਤੇਰੀ ਆਮ ਕਿਲਾ ਨੂੰ ਖੁਦਾ ਜਾਣਦਾ ਤੇਰੀ ਆਮ ਕਿਲਾ ਨੂੰ ਖੁਦਾ ਜਾਣਦਾ ਉਹਦੇ ਪਿੱਛੇ ਹੋ ਕੇ ਚੱਲ ਖੁਦਾ ਤੇਰੇ ਸਭ ਰਸਤਿਆਂ ਨੂੰ ਜਾਣਦਾ ਤੂੰ ਕਿੱਥੇ ਜਾਣਾ ਕਿੱਥੇ ਆਉਣਾ ਤੇਰੀ ਸੋਚ ਤੇਰੇ ਵਿਚਾਰ ਕੀ ਹਨ ਅਜ਼ੀਜ਼ ਪਰਮੇਸ਼ਰ ਦੇ ਬੱਚਿਓ ਮੇਰੀ ਮਸੀਹ ਯਸੂ ਵਿੱਚ ਬੇਨਤੀ ਆ ਕਿ ਜੇ ਆਪਾਂ ਯਸੂ ਨੂੰ ਮੰਨਣਾ ਤਾਂ ਪੂਰੀ ਤਰ੍ਹਾਂ ਮੰਨੀਏ ਅਧੂਰੇ ਨਹੀਂ ਬਾਈਬਲ ਕਹਿੰਦੀ ਅਧੂਰੇ ਆਦਮੀ ਲਈ ਅਧੂਰੀ ਬਰਕਤ ਆ ਅਤੇ ਪੂਰੇ ਲਈ ਪੂਰੀ ਆਸ਼ੀਸ਼ ਆ ਆਪਣਾ ਮਨ ਫਰਾਈਏ ਪਵਿੱਤਰ ਆਤਮਾ ਪਾਈਏ ਪ੍ਰਭੂ ਨੂੰ ਕਹੀਏ ਮੈਨੂੰ ਹੋਲੀ ਸਪਿਰਿਟ ਚਾਹੀਦਾ ਹੈ ਬਿਨਾਂ ਹੋਲੀ ਸਪਿਰਿਟ ਤੋਂ ਜੇ ਮਰ ਜਾਓਗੇ ਜਿਸ ਯਸੂ ਨੂੰ ਮੁਰਦਿਆਂ ਵਿੱਚੋਂ ਲਿਖਿਆ ਪਵਿੱਤਰ ਆਤਮਾ ਉਠਾਇਆ ਯੋਹਨਾ ਦੇ ਵਿੱਚ ਲਿਖਿਆ ਉਹੀ ਪਵਿੱਤਰ ਆਤਮਾ ਜਿਹੜੇ ਮਰ ਜਾਵਾਂਗੇ ਉਹ ਸਾਨੂੰ ਮੁਰਦਿਆਂ 'ਚੋਂ ਉਠਾਏਗਾ ਜੇ ਬਿਨਾਂ ਪਾਕ ਰੂਹ ਤੋਂ ਮਰਾਂਗੇ ਬਾਈਬਲ ਕਹਿੰਦੀ ਖੁਦਾ ਕੌਣ ਸਾਨੂੰ ਮੁਰਦਿਆਂ 'ਚੋਂ ਉਠਾਏਗਾ ਆਈਏ ਆਪਣੇ ਮਨ 'ਚ ਛੋਟੀ ਜਿਹੀ ਪ੍ਰੇਅਰ ਕਰੀਏ ਪ੍ਰਭੂ ਤੇਰੇ ਕਲਾਮ ਨੇ ਤੋਂ ਅੱਜ ਮੈਂ ਕੁਛ ਸਿੱਖ ਕੇ ਜਾ ਰਿਹਾ ਹਾਂ ਅੱਜ ਇੱਕ ਨਈ ਗੱਲ ਸਿੱਖੀ ਆ ਕਿ ਕਦੀ ਮੈਂ ਪ੍ਰਾਰਥਨਾ 'ਚ ਨਹੀਂ ਕਿਹਾ ਆਪਣਾ ਦੂਤ ਭੇਜ ਮੈਨੂੰ ਮੈਸੇਜ ਦੇਵੇ ਲੇਕਿਨ ਅੱਜ ਮੈਂ ਤੇਰੇ ਤੋਂ ਗੱਲ ਸਿੱਖ ਕੇ ਜਾ ਰਿਹਾ ਹਾਂ ਇੱਕ ਨਵੀਂ ਗੱਲ ਸਿੱਖ ਕੇ ਜਾ ਰਿਹਾ ਮੈਂ ਅੱਜ ਕਿ ਪ੍ਰਭੂ ਹੁਣ ਮੈਂ ਜਦ ਪ੍ਰਾਰਥਨਾ ਕਰਨ ਨੂੰ ਜ਼ਰੂਰ ਕਹੂੰਗਾ ਪ੍ਰਭੂ ਜਿਬਰਾਇਲ ਭੇਜ ਮੇਰੀ ਪ੍ਰਾਰਥਨਾ ਦਾ ਉੱਤਰ ਆ ਜਾਏ ਡੈਨੀਅਲ ਦੀਆਂ ਪ੍ਰਾਰਥਨਾ ਦਾ ਪਿਛਲੇ ਸੰਡੇ ਆਪਾਂ ਪੜਿਆ ਸੀ ਡੈਨੀਅਲ ਦੀਆਂ ਪ੍ਰਾਰਥਨਾ ਦਾ ਉੱਤਰ ਆਇਆ ਆਇਆ 21ਵੇਂ ਦਿਨ ਨਹੀਂ ਆਇਆ ਉਸ ਤੋਂ ਬਾਅਦ ਆਇਆ ਸਰਦੂਤ ਨੇ ਆ ਕੇ ਕਿਹਾ ਆ ਕੇ ਮੈਸੇਜ ਦਿੱਤਾ ਡੈਨੀਅਲ ਉਹੀ ਖੁਦਾ ਦਾ ਦੂਤ ਜੇ ਸੱਚੇ ਦਿਲ ਤੋਂ ਪ੍ਰੇਅਰ ਕਰਦੇ ਜਾਓਗੇ ਔਰ ਸਮਾਂ ਗੁਜ਼ਾਰੋਗੇ ਆਪਣੇ ਪਰਮੇਸ਼ਰ ਨਾਲ ਉਹੀ ਦੂਤ ਉਹੀ ਜਬਰਾਇਲ ਉਹੀ ਮਕਾਇਲ ਤੇਰੀ ਮਦਦ ਲਈ ਆਉਣਗੇ ਆਉਣਗੇ ਔਰ ਤੇਰੀ ਸਹਾਇਤਾ ਕਰ ਗੂੰਗੇ ਵੀ ਬੋਲਣ ਲੱਗ ਪੈਂਦੇ ਲੰਗੜਾ ਵੀ ਦੌੜਾ ਦੌੜਦਾ ਜਦੋਂ ਆਉਂਦਾ ਆਤਮਾ ਜ਼ੋਰਦਾ ਬਲ ਵੱਧ ਜਾਂਦਾ ਕਮਜ਼ੋਰ ਦਾ ਜਦੋਂ ਆਉਂਦਾ
ਬਲ ਵੱਧ ਜਾਂਦਾ ਕਮਜ਼ੋਰ ਦਾ।